आप देख रहे हैं गैलेक्सी और मैं हम वापस आ चुके हैं एक बहुत ही मजेदार एपिसोड के साथ भाई लास्ट वीक के शो को तो लोगों ने बड़ा एंजॉय किया लोग हंस हंस के लोट पोट हो गए चाहे वो बदजात का धमाकेदार रिव्यू हो चाहे वो बादशाह बिगम का एक मजेदार सा आपने नक्शा खेचा हो चाहे वो ए मुश्ताक हो चाहे वो तो लोगों ने बड़ा शो को एंजॉय किया उसके अलावा बहुत से लोगों ने ये भी कमेंट किया कि मोमिन हम आपके साथ बिल्कुल अग्री करते हैं ए की आवाज बहुत सुकून दे है और एक मजा आता है सारे और, और लुच्चे जिन्हा ने ना हडरा माने कहने नहीं प्य ने कमाइया त्य औलाद ने लड़ाइया ਕੰਮ ਕਰੋ ਏਸੀ ਦੀਆਂ ਆਵਾਜ਼ਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਲੋਕਾਂ ਨੇ ਕਿਹਾ ਲੋਕਾਂ ਨੇ ਏਸੀ ਨਹੀਂ ਸੀਬ ਨਹੀਂ ਹੁੰਦਾ ਇਹਨਾਂ ਨੂੰ ਏਸੀ ਬੰਦ ਨਾ ਨੀਂਦਰਿਆਂ ਦੀ ਆਵਾਜ਼ ਤੁਹਾਡੇ ਕੋਲ ਛਣਕੜੇ ਕਰਦਾ ਮੈਨੂੰ ਇਸ ਵਕਤ ਲੱਗ ਰਹੀ ਹੈ ਇੱਕ ਟੀਵੀ ਕੋਲ ਨਿਊਜ਼ ਚੈਨਲ ਕਿ ਜੋ ਤਿਆ ਕਰਦੇ ਲੋਕਾਂ ਦੇ ਬਾਤੋ ਕੋ ਮਰੋੜਦੇ ਐ ਮੈਂਨੇ ਕਹਾਤਾ ਕਿ ਸਦੀ ਮੇ ਨਾ ਖਮੋਸ਼ੀ ਬਾਤ ਹੁੰਦੀ ਹੈ ਤੇ ਲੋਕੋ ਨੇ ਬਿਗਾ ਕਿ ਸਦੀ ਮੇ ਖਮੋਸ਼ੀ ਕਾਟਨੇ ਕੋ ਆਤੀ ਹੈ ਤੇ ਏਸੀ ਕੀ ਜੋ ਆਵਾਜ਼ ਹੈ ਉਸੇ ਸਕੂਨ ਮਿਲਤਾ ਹੈ चाहे वो, चाहे वो पंखे की आवाज भी हो चाहे पंखे की वो आवाज मां तुझे तो ऐसी सी आवाज क्या है नहीं दे ते सुकून तेरा अमा, भी एक दुख सी और लुटिया में तेरा राज बिल्कुल अजनब गोस्वामी लग रही है जो लोग बातों को ऐसे मरोड़ मरोड़ के शो बनाते हैं

ਖੁਦਾ ਕੁਆ ਮੇਰੀ ਨਮਾਜ਼ ਅੱਲਾ ਜਦੋਂ ਪਤਾ ਤੇ ਹੋਆ ਕਿ ਐਗਜ਼ੈਕਟਲੀ ਗਾਣੇ ਲੱਗੇ ਸੀ ਤੇ ਨਖਤਿਆਂ ਤੇ ਗਾਣੇ ਸਾਰੇ ਮੇਰੀ ਪਸੰਦ ਸਾਰੇ ਮੈਂ ਜਮਾਨੀ ਜਿਹੜੇ ਗਾਣੇ ਤੇ ਨੱਚ-ਨੱਚ ਪਾਗਲ ਹੁੰਦੀ ਸੀ ਨਾ ਸਾਰੇ ਉਹ ਗਾਣੇ ਇਹ ਖੁਸ਼ੀ ਦੀ ਗੱਲ ਨਹੀਂ ਸੀ ਕਿ ਮੈਂ ਖੁਸ਼ੀ ਸੀ ਕਿ ਤੇ ਨਾ ਮੈਂ ਕਹਿੰਦੀ ਬਾਅਦ ਚ ਲਾ ਦਿੰਦੇ ਬਾਅਦ ਇਹ ਠੀਕ ਹੈ ਕੋਈ ਬਿਮਾਰ ਹੁੰਦਾ ਕੋਈ ਕੁਝ ਹੁੰਦਾ ਇੰਨੀ ਉੱਚੀ ਆਵਾਜ਼ ਵਿੱਚ ਮੈਨੂੰ ਇਹ ਦੁੱਖ ਹੁੰਦਾ ਹੈ ਇਹ ਡਿਫੈਂਸ ਵੇ ਮਹੱਲਿਆਂ ਵਿੱਚ ਲਾਊਡ ਸਪੀਕਰ ਬੰਦ ਹੋ ਗਿਆ ਕਿਹੜੀ ਸਦੀ ਦਾ ਇਹ ਕੀ ਇਹ ਡਿਫੈਂਸ ਵਿੱਚ ਲੋਕ ਇਹ ਆਪ ਕੰਪਲੇਨ ਕਿਉਂ ਕਰਤੀ ਦੋ ਗੱਡੀਆਂ ਪੁਲਿਸ ਦੀਆਂ ਐਡੀਆਂ ਐਡੀਆਂ ਵੱਡੀਆਂ ਖੜੀਆਂ ਪਿਸਤੌਲ ਸਾਰੇ ਘਰਾਂ ਵਾਲੇ ਐ ਦੇਖ ਲੋ ਇਹ ਕਿਤਾ ਮੈਂ ਪੂਰੀ ਇੱਕ ਬੰਗਾ ਬਣ ਗਈ ਹਾਂ ਕਿਉਂ ਹਰ ਬੇਵਾਰ ਫਨੀ ਮਰਦ ਬਣ ਜਾਂਦੇ ਕਿ ਮੈਂ ਸਹੀ ਵਜਾ ਸੀ ਆਈ ਮੈਨ ਦਾ ਬਾਪ ਨਹੀਂ ਸੀ ਪਹਿਲੇ ਤੇ ਮੈਂ ਬਿੱਲੀ ਕੋ ਢਾਦੀ ਸੀ ਹਾਏ ਹੁਣ ਮੈਂ ਸ਼ੇਰ ਕੋ ਵੀ ਢਾਦੀ ਪਰ ਐ ਜਿਹੜੇ ਨੰ ਮੰਡਰਾ ਹਸਤਾ ਇਨਾ ਵਲ ਨਾਲ ਵਿੰਗ ਯਖ ਨਮੀ ਤੱਕ ਦੀ ਬਸ ਅੱਲਾ ਨਾਲ ਰਜੂ ਕਰਨੀ ਹੈ ਕਿ ਯਾ ਅੱਲਾ ਅੱਜ ਤੇਰੀ ਨਮਾਜ਼ ਪਣੀ ਮੇਰੇ ਮੁਸ਼ਕਿਲ ਤੋਂ ਖਾਏ ਅੱਲਾ ਇੰਨੀ ਲੰਬੀ ਮੇ ਨਮਾਜ਼ ਹੋ ਗਈ ਮੈਂ ਪੜਾ ਕੇ ਠਾਕ ਇੱਕ ਗਾਣਾ ਖਤਮ ਹੋਵੇ ਦੂਸਰਾ ਲਾਉ ਇੱਕ ਗਾਣਾ ਖਤਮ ਦੂਸਰਾ ਲੱਗ ਗਿਆ ਤੇ ਮੈਂ ਅੱਲਾ ਨੂੰ ਕਹਿਆ ਯਾ ਅੱਲਾ ਮੇਰੀ ਅੱਜ ਜਿਸ ਤਰ੍ਹਾਂ ਵਿੰਗੀ ਚ ਦਿਨ ਨਮਾਜ਼ ਮੇਰੀ ਅੱਲਾ ਮੀਆਂ ਤੂੰ ਕਬੂਲ ਕਰੀ ਜਾਵਾ ਕਿੱਥੇ ਕਿਤਨਾ ਦੇ ਘਰ ਚ ਮੈਂ ਤੇ ਇਹ ਸਮਝਣਾ ਕਿ ਬਾਹਰ ਬੋਨੇ ਚ ਸੋ ਕਲਾਸ ਸਟਮਾ ਲੋਕੋ ਕੇ ਪਾਸ ਸੋ ਕਲਾਸ ਸਟਮਾ ਇੱਕ ਨਾਲ ਬਹੁਤ ਛੋਟਾ ਕਹਿ ਰਿਓ ਆਪਣੇ ਸੇ ਏਸੀ ਕੋਈ ਗੱਲ ਤੋਂ ਮੋੜੋ ਨਾ ਆਪਣੇ ਮੇਰੀਆਂ ਕੀ ਗੱਲ ਮੋੜ ਲਈਏ ਸਾਡੀ ਹਵੇਲੀ ਦਾ ਵੱਡਾ ਸੀ ਨਾ ਉੱਥੇ ਠਹਿਰ ਜਾ ਦੋ ਦੋ ਇੱਕ ਇੱਕ ਕਨਾਲ ਦਾ ਕਾਰੀਕ ਜਿਹਾ ਪਾਗਲ ਪੱਤਿਆਂ ਵਗੇ ਹੋ ਕੀ-ਕੀ ਕਾਗਜ਼ ਦੇ ਪਤਰਾ ਇਹਦੇ ਜੁ ਪੱਤੇ ਨਹੀਂ ਰਸਤਾ ਸਾ ਕੋਈ ਉਹ ਵਾਰਾ ਸਾਹਿਬ ਪਤਨੀਆਂ ਪਤਨੀਆਂ ਦੀ ਵਾਰਾ ਪੂਰੇ ਘਰ ਚ ਆਵਾਜ਼ ਆ ਗਈ ਉਸ ਤਰੀਗੀ ਸਾਰੀਆਂ ਕੋਨਾ ਅੰਛੀ ਜਿੱਥੇ ਜਾ ਕੇ ਮੈਨੂੰ ਮਾਸ ਪੜ ਲੈਂਦੀ ਫਿਰ ਬਾਦ ਮਹਿਰੂਮਾ ਨਾ ਚੀਜ਼ ਦਾ ਇਹ ਤਾਂ ਬੰਦਾ ਕਹਿੰਦਾ ਉਸ ਨੂੰ ਕਰਜੀ ਚੱਲਦਾ ਉਹਨਾਂ ਨੇ ਕੋ ਨੁਕਰ ਨਹੀਂ ਚੱਡੀ ਤੇ ਇਦੋਂ ਵੀ ਜਿੱਦ ਵਿੱਚ ਟੱਪਾ ਵਿੱਚ ਆਵੇ ਤਬਲਾ ਤੇਜ਼ ਹੋ ਜੀਵੇ ਕਸੇ ਮਾ ਸੁਣੋ ਮੇਰਾ ਦਿਲ ਕਿਤੋਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਉੱਚੀ ਜੀਂਚੀ ਖਾ ਤਾਂ ਖੁਦਾ ਗਰਹ ਕਰੇ ਖਾਣਾ ਖਰਾਬ ਹੋ ਵੀ ਕਿਸੇ ਦਾ ਖਿਆਲ ਵੀ ਕਰ ਲੋ ਕੋਈ ਬਿਮਾਰ ਵੀ ਹੋ ਸਕਦਾ ਨਾ ਨਹੀਂ ਬਾਜ਼ਾਂਦੇ ਅੱਲਾਹ ਤੁਹਾਨੂੰ ਪੁੱਛੇਗਾ ਮੈਂ ਤਾਂ ਕੰਨੀਆ ਚੰਗੀ ਪਲੀ ਰਿਹਾਇਸ਼ੀ ਮਹੱਲਾ ਸੇ ਉਹਨਾਂ ਕੀ ਬਣਾਤਾ ਲੋਕ ਬੜੇ ਸੋਚਦੇ ਕੌਣ ਸਾ ਘਰ ਹੈ ਇਹ ਆਣਾ ਤਾਂ ਧਾਵਾਂਗੇ ਜੀ ਕਹੇ ਤੋ ਜੱਜ ਕਾਲੀ ਪੱਟੀਆਂ ਕਾਲੀ ਪੱਟੀਆਂ ਸਾਡੇ ਕੋਲੋਂ ਜਾਣਗੀਆਂ ਨਹੀਂ ਕੁਛ ਨਾ ਅੱਲਾਹ ਦੇ ਛੱਡੇ ਆ ਅੱਲਾਹ ਤੁਹਾਡੀਆਂ ਬਿਜਲੀयां ਖਰਾਬ ਕਰੇ ਮੈਂ ਕਹਿੰਦੀ ਇਦੋਂ ਤਾਂ ਆ ਮਿਊਜ਼ਿਕ ਦਾ ਪ੍ਰੋਗਰਾਮ ਸੀ ਅਸਾਂ ਮਜ਼ੇ ਦੀ ਬਾਤ ਹੈ ਪਤਾ ਨਹੀਂ ਕੌਣ ਰਹਤਾ ਵੈਸੇ ਇਨਕੀ ਨਾ ਪਾਰਟੀ ਦਾ ਕੋਈ ਦਿਨ ਨਹੀਂ ਹੁੰਦਾ ਪਤਾ ਨਹੀਂ ਚਲਦਾ ਕੋਈ ਵੀ ਕਕੂਨ ਨੇ ਨਹੀਂ ਮੈਂ ਦੀ ਕਹਤਾ ਪਾਰਟੀ ਦਾ ਦਿਨ ਕੋਈ ਨਹੀਂ ਹੁੰਦਾ ਚਾਹੇ ਹਫਤਾ ਮੁੜਿਆ ਹੋ ਗਿਆ ਹੁਣ ਨਾ ਅੱਗੇ ਇੱਕ ਜਵਾਨਾਂ ਦੀ ਪਾਰਟੀ ਹੁੰਦੀ ਸੀ ਹਲਕਾ ਕਾ ਮਿਊਜ਼ਿਕ ਤੇ ਜਵਾਨ ਤੇ ਬੁੱਢੇ ਨੱਚਦੇ ਹੁੰਦੇ ਸੀ ਖਮੋਸ਼ੀ ਖਮੋ ਵਿੱਚ ਡਾਂਸ ਕਰਦੇ ਦੇਦੇ ਸੀ ਚੋਰ ਚੋਰ ਪੰਜ ਵਾਰ ਕਰਦੀ ਸੀ ਆਕਾਦੀ ਚਿੰਦੀ ਹੋਇਆ ਠੂੜ ਬੋਲਾ ਮੈਂ ਹੁਣ ਖੱਤਾ ਕੋਈ ਬੁੱਢਾ ਹੋ ਉਹ ਕਹਿੰਦਾ ਸਾਰੀਆਂ ਗਜ਼ਲਾਂ ਨਹੀਂ ਕਰਨੇ

ਕੰਪੇ ਟਾਂਗ ਰਹੀਆਂ ਪੇ ਕੰਪੇ 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 ਅੱਜ ਮেরি ਹੈ ਜੋ ਬ੍ਰਾਹਲਪੁੱਟ ਨੇ ਕਿਹਾ ਕੀ ਕਰਨਾ ਚਾਹਾਂਗੇ ਅਸੀਂ ਮਾਈਕ 'ਤੇ ਮੈਂ ਕੁਝ ਨਹੀਂ ਕਹਿਣਾ ਜਲਦੀ ਮੈਂ ਸਿਰ ਮੈਨ ਮੈਨ ਬਲਾਵਨਾ ਬਹੁਤ ਪਿਆਰ ਹੈ ਬੇਨਜ਼ੀਰ ਆਈ ਲਵ ਯੂ ਬੇਨਜ਼ੀ ਨੇ ਸਾਡੇ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਸਾਰੀ ਜ਼ਿੰਦਗੀ ਇਹ ਸੁਣਿਆ ਮੁੰਡਿਆਂ ਦਾ نسل ਚਲਦੀ ਏ ਮੁੰਡਿਆਂ ਦਾ ਖਾਨਦਾਨ ਦਾ ਨਾ ਹੁੰਦਾ ਲਵ ਯੂ ਬੇਨਜ਼ੀ ਬੇਨਜ਼ੀ ਨੇ ਦੱਸਿਆ ਕਿ ਕੁੜੀਆਂ ਨਾਲ ਵੀ ਨਾ ਹੋ ਸਕਦਾ ਬੇਨਜ਼ੀਰ ਕੁੜੀ ਸੀ ਪੁੱਟੋ ਖਾਨਦਾਨ ਦੀ ਖਲੇ ਤੱਕ ਉਹਨਾਂ ਦੀ نسل ਚੱਲਦੀ ਪਈ ਹੈ ਬੇਨਜ਼ੀਰ ਦੀ ਵਜ੍ਹਾ ਤੋਂ ਹੂੰ ਠੀਕ ਹੈ ਉਹ ਚਾਹ ਰ ਭਰਾਵ ਮਾਸਤ ਕੇ ਜਾ ਵੀ ਆਣਾ ਨਹੀਂ ਸੀ ਚਾਹਦਾ ਜ਼ਿੰਦਾਰੀ ਤੈਨੂੰ ਖੁਦਾ ਹੀ ਮੈ ਕਹਨੀ ਕੁਝ ਸਿਆਸਤ ਨਹੀਂ ਸੀ ਆਣਾ ਚਾਹੁੰਦਾ ਅਮਾ ਨੂੰ ਬਤਾਇਆ ਥਾ ਨਾ ਮੈਂ ਕਹਿਆ ਨਹੀਂ ਮੇਰੇ ਸੱਚੇ ਬੱਚੇ ਨੂੰ ਅਕਸ਼ੀ ਤਰ੍ਹਾਂ ਜਾਣਨੀ ਆ ਉਹ ਨਹੀਂ ਆਣਾ ਚਾਹੁੰਦਾ ਸੀ ਐ ਜ਼ਿੰਦਾਰੀ ਤੈਨੂੰ ਤੇ ਖੁਦਾ ਪੁੱਛੇਗਾ ਤੂੰ ਮੈ ਕਹਨੀਆ ਫਮ ਚੜਿਆ ਕਿਉਂ ਤੂੰ ਐ ਸਾਰਾ ਜ਼ਿੰਦਾਰੀ ਦਾ ਕਸੂਰ ਉਹ ਦੱਸੋ ਇੱਕ ਬੱਚੇ ਨੂੰ ਬੋਲਣਾ ਨਹੀਂ ਆਂਦਾ ਪਿਆ ਤੂੰ ਚੁੱਕ ਕੇ ਇਹ ਨਹੀਂ ਪਤਾ ਅੰਡੇ ਜਿਹੜੇ ਹੁੰਦੇ ਨੇ ਉਹ ਦਰਜੇ ਨੂੰ ਜਿਹੜਾ ਆਲੂ ਕਿਲੋ ਹੁੰਦੇ ਨੇ ਇਸ ਬੱਚੇ ਨੂੰ ਇਹ ਹੀ ਨਹੀਂ ਪਤਾ ਫੇਰ ਉਹਨਾਂ ਜ਼ਬਰਦਸਤੀ ਸਾਹਸ ਸਿਟਿਆਨੋਂ ਉਹ ਵੀਡੀਓ ਫੇਕ ਨਹੀਂ ਸੀ ਵੀਡੀਓ ਉਹ ਕਿਹੜੀ ਆਲੂ ਵਾਲੀ ਔਰ ਉਹ ਨਹੀਂ ਇਹ ਨਹੀਂ ਵਿਚਾਰੇ ਹਾਂ ਜੀ ਬੋਲ ਰਿਹਾ ਹਾਂ ਜੀ ਬੋਲ ਨਹੀਂ ਉਹ ਦਰਜਨ ਵਾਲੀ ਕਿ ਦਰਜਨ ਆਲੂ ਪਤਾ ਨਹੀਂ ਕਿ ਮੈਂ ਤਾਂ ਤਾਂ ਕਹਿੰਦੇ ਨਹੀਂ ਆਉਣਾ ਚਾਹੁੰਦਾ ਸੀ ਐਵੇਂ ਜ਼ਰਦਾਰ ਨੇ ਉਹਨੂੰ ਸਿਟਿਆ ਚਾਹਿਆ ਤੇ ਟਾਂਗ ਦੂਤ ਤੇ ਜੋ ਕਿਸ ਟਿਪ ਆਫ ਟਾਂਗ ਥਾ ਨਾ ਉਹ ਤਾਂ ਬੋਲਦੇ ਤਾਂ ਬੰਦਾ ਕਬੀ ਕਬ ਬਾਅਦ ਉਸੇ ਪਰ ਨਹੀਂ ਸੋਰੀ ਟਾਂਗੇ ਕਾਮਰਾ ਕੰਪੇ ਟਾਂਗਣਾ ਚਲੋ ਨਿਕਲ ਗਿਆ ਲੇਕਿਨ ਉਹ عجیب ਥਾ ਕਿ ਉਹ ਦਰਜਨ ਪਤਾ ਨਹੀਂ ਦਰਜਨ ਆਲੂ ਔਰ ਸਾਰਾ ਜ਼ਰਦਾਰ ਨੇ ਬੇ

रिव्यूज की शुरुआत हम सबसे पहले करेंगे नए ड्रामा सीरियल अंगना के साथ जो रोजाना लगता है तो इसकी पहली कुछ episodes, अम्मा, कैसी रही अच्छी रही पर इसका मैं हर दफा नहीं करूंगी इस दफा मैं करने पे इसलिए मजबूर हुई अल्लाह सात बजे का ड्रामा उस एक क्लास सारी कास्ट इसकी बड़ी बड़ी हाँ। वाला ड्रामा ना अच्छा एल वाई की मैंने बात एक नोटिस किया है कि एल वाई थिंक वाहिद चैनल जिनका सात बजे आठ बजे नौ बजे

ਇੱਕ ਹੋਏਗੀ ਚੜੇਲ ਇੱਕ ਹੋਏਗੀ ਚੰਗੀ ਬਈ ਪਾਣੀ ਖਾਨੇ ਇੱਕ ਬੰਦਾ ਇੱਕ ਅਗਰ ਕਿਸੇ ਘਰ ਮੇ ਖੁਸ਼ੀ ਹੈ ਤਾਂ ਸਾਰੇ ਘਰ ਵਾਲੇ ਮਤਲਬ ਬਹੁਤ ਅੱਛੇ ਹੈ ਅਗਰ ਇੱਕ ਗੰਦੇ ਆ ਤਾਂ ਸਾਰੇ ਘਰ ਵਾਲੇ ਬਹੁਤ ਬਲੈਕ ਔਰ ਵਾਈਟ ਹਾਂ ਅਬ ਜੇ ਇਸ ਮੇ ਅਰੀਬਾ ਹੈ ਨਾ ਅਰੀਬਾ ਕਾ ਸਾਸ ਸੂਸਰ ਉਸ ਕਾ ਮੀਆਂ ਸਾਰੇ ਘਰ ਵਾਲੇ ਫਨਿਸ਼ਤਾ ਅੱਛਾ ਉਹ ਦੁਖਿਆਰੀ ਸ਼ਮੀ ਮਾਰਾ ਹੈ ਉਹ ਵਿਚਾਰੀ ਦੁਖਾਂ ਦੇ ਮਾਰੀ ਸਾਰਾ ਕਾਰੋਗਾ ਤੋਬਾ ਦੀ ਇੱਕ ਸਸਵੇ ਤੇ ਇੱਕੋ ਤਾਂ ਬੰਦਾ ਠੀਕ ਹੈ ਸੱਸ ਜਿੱਡੀ ਚੋੜੇਲ ਰ ਵੀ ਨਾਛੇ ਵੱਡੀ ਡੈਨ ਦਿਖਾਈਏ ਕਿ ਜਿਹਦਾ ਸਾਹ ਕੋਈ ਨਹੀਂ ਉਹਦੀ ਡੈਨ ਅੱਛਾ ਮੈਂ ਹਾਲਾਕੇ ਬੱਚਿਆਂ ਨੂੰ ਕਹਨੀ ਹੁੰਦੀ ਆ ਕਿ ਬੱਚੋ ਜਿੱਦਾਂ ਕੋਲ ਸਕੇ ਘਰ ਬਸਾਨ ਦੀ ਕੋਸ਼ਿਸ਼ ਕਰੋ ਤਲਾਕ ਨਹੀਂ ਪਰ ਮਨ ਮੈਨ ਪਤਾ ਚੱਲਿਆ ਕਿ ਬਾਜ਼ ਜਗਾ ਦੇ ਤਲਾਕ ਕਿਉਂ ਹੁੰਦੀ ਹੈ ਇਹ ਜਿਹੜਾ ਦੁਖਿਆਰੀ ਸ਼ਮੀਮਰ ਵਾਲਾ ਪਾਟ ਨਾ ਉਹ ਅਲੀ ਬਾਜ਼ੀ ਬੀਵੀ 4 ਰਨ ਮੈਗਨੇ ਤਲਾਕ ਲੈ ਲੈਣੀ ਚਾਹੀਦੀ ਚਾਰ ਦਿਨ ਹੋਏ ਨੇ ਵਿਆਹ ਨੂੰ ਪੰਜਵਾਂ ਦਿਨ ਹੀ ਲੱਗਾ ਛੇ ਛਪੜ ਮਾਰ ਚੁੱਕਿਆ ਅਲੀ ਬਾਜ਼ ਅਲੀ ਬਾਜ਼ ਫਿਰ ਜਿਹੜੀ ਨੋਹ ਹੈ ਇੰਨੀ ਅਮੀਰ ਤੇ ਪੜ੍ਹ ਲਿਖੀ ਬੱਚੀ ਹੈ ਕਿਉਂਕਿ ਚਾਰ ਪਹਿਣਾ ਨੇ ਇਸਕੇ ਬਾਪ ਦਾ ਬੇਟਾ ਨਹੀਂ ਹੈ ਆਪਣੇ ਬਾਪ ਕੇ ਸਾਥ ਸ਼ਾਦੀ ਸੇ ਪਹਿਲੇ ਬਾਪ ਦਾ ਕਾਰੋਬਾਰ ਸੰਭਾਲ ਲਿਆ ਹੋਆ ਥਾ ਇੱਕ ਪੜ੍ਹੀ ਲਿਖੀ ਅਮੀਰ ਮਾਪਿਓ ਦੀ ਧੀ ਹਮ ਸਾਰੀ ਕੁਝ ਮਤਲਬ ਉਸ ਬੱਚੀ ਜਿੱਦ ਤੋਂ ਕੀ ਕਮੀ ਹੈ ਕਿਸ ਵਜ੍ਹਾ ਤੋਂ ਐਸ ਨੈਅ ਤੇ ਕਿ ਪੜੇ ਲਿਖੇ ਮੀ ਲੋਗ ਨੇ ਕਿ ਮੁੰਡਾ ਥੱਪੜ ਹੀ ਪਜਾਏ ਆ ਕਿ ਤੂੰ ਆਪਣੀ ਮਾਂ ਦੇ ਪਿੱਛੇ ਲਾ ਕੇ ਬੇਇੱਜ਼ਤੀ ਕਰ ਦੇਣਾ ਇਹ ਹੀ ਬੜੀ ਗੱਲ ਹੁੰਦੀ ਕਿ ਚਾਹ ਜਾ ਕੇ ਥੱਪੜ ਮਾਰ ਦੇਣਾ ਐਸ ਕੋਈ ਤੁਕ ਨਹੀਂ ਬਣੀ ਹਾਲਾਂਕਿ ਮੈਂ ਮਸ਼ਰਤ ਕੀ ਜਿਸ ਨਾਲ ਮੈਂ ਉਹ ਨਹੀਂ ਕਿ ਫੈਮਿਨਿਸਟ ਮੈਂ ਉਹ ਨਹੀਂ ਕਿ ਪਰ ਇਹਨੇ ਥੱਪੜਾਂ ਦੇ ਖਿਲਾਫ ਮੈਂ ਵੀ ਹਾਂ ਕੋਈ ਤੁਕ ਹੁੰਦੀ ਏ ਕੋਈ ਤੁਕ ਹੁੰਦੀ ਏ ਦੇ ਤੋ ਕੀ ਗਾਤੇ ਕੱਪੜੇ ਨਹੀਂ ਪਾਏ ਆਠਾ ਜੁੱਤੀ ਨਹੀਂ ਪਾਈ ਆਠਾ ਦੁਰਫਿਟੇ ਮੁੱਤੇ ਦੀ ਸ਼ਕਲ ਤੇ ਲਾਹਨਤ

मैं ऐसे की हूँ ड्रामे। अगर आपको लग रहा है कि किसने हमें पैसे दिए हैं इसका रिव्यू करने के तो मैं आपको बताता चलूँ कि जब इसके पहले सोच आए थे तो बड़ा वो एक ना एक बड़ा वो चीज़ वायरल गई थी वो वाली हमने इसका रिव्यू किया उसका अम्मा इसी नशे में गुम है कि इसकी छः किस्तें हाँ। हैं और छः किस्तों में ख़त्म हो जाना तो अम्मा हर हफ्ते इसको ख़ास रिव्यू करती है कि मैंने इसको करना है कि हाँ। बड़ा अच्छा लगा ट्रेंड है कि छह किस्त वाला बहुत इतना अच्छा ये हर चैनल को चाहिए बकाया दिन दिन की बात है इतने कम व्यूज थे उसके ऊपर बकाया बकाया जो पेड़ वाली बात है वो कभी जिंदगी में नहीं होगा अगर जिस दिन वो होगा उस दिन यम्मा का प्रोग्राम खत्म हो जाएगा बिल्कुल हाँ अगर इसी चीज से तो आप पूछे होते हैं कि जो आपके दिल की आवाज है वो मैं कहती अम्मा ना बेसिकली हम लोग हर चैनल पर हमारी नजर होती है जहां पे कुछ मजे का लगता है हमें चाहे हाँ। वो जियो हम चैनल एयर हाँ। इनके अलावा बाकी एक्सप्रेस इन पे भी कभी यू नो बड़े मजे की लगती जैसे हम लोग या था उसके दिक्कत एक्सप्रेस का ड्रामा था वो सना वाला उसका नाम पता नहीं क्या था वो थोड़ा सना वाला ड्रामा रचना उस बच्चे ने डबोया नवा बच्चा मैंने उन बच्चे ने बड़े कोसने देने ਛੋਟੀ ਨੀ ਉਮਰ ਦਾ ਬੱਚਾ ਹੈਗਾ ਚਾ ਸਾਰਾ ਬੇੜਾ ਘਰ ਕੋਨੇ ਡਰਾਮਾ ਕੀਤਾ ਖਾਣਾ ਖਰਾਬ ਉਸ ਬੱਚੇ ਨੇ ਕੀਤਾ ਅੱਲਾ ਜਾਣੇ ਬੱਚਾ ਲਾਖ ਤਾਂ ਜਾਂਦਾ ਪੈਸੇ ਉਸ ਬੱਚੇ ਦੇ ਨੇ ਸਾਰਾ 12 ਆਨੇ ਉਸ ਬੱਚੇ ਸਿਟਿਆ ਪਿਆ ਚਾਰ ਨੇ ਬਕਾਇਆ ਕਾਸਟ ਤੇ ਤੇ 12 ਨੇ ਜੇ ਤੇ ਸਿਟਿਆ ਉਹਨੂੰ ਧਿਕਾ ਗੁਰਦੇ ਨਹੀਂ ਮਰੋੜਦਾ ਮੈਂ ਉਸ ਦਾ ਜ਼ਿਕਰ ਗਿਆ ਤਾਂ اچھا ਲਗਦਾ ਫਿਰ ਉੱਨਾ اچھا ਨਹੀਂ ਲੱਗਾ ਅਬ ਮੈਂ ਐਸੀ ਕਿਉਂ ਹਾਂ ਕਿ ਆਖਰੀ ਥੋੜ੍ਹਾ ਮਾ ਕਿਸ ਲਈ ਪਤਾਓ ਫਿਰ मैं सीखी हूँ ड्रामा बहुत मजा आया एंड वाली एपिसोड बहुत अच्छा मैसेज था कि जैसे उस बच्ची का दिखाया था ना कि बालों का था कि अगर आपके ज़िंदगी में कोई भी अगर आपको कमी हो कुछ हो तो उसमें आप अपने आप में पूरा होकर मुकाबला करें दुनिया का अपने आप में है ना करो डिप्रेशन से जाकर दुखी ना हो आ, ये अच्छा था और दूसरा ये था जैसे नुमान बच्चा वो दिखाया था कि जिसरा आज़र था उसका जिब्रान उसका शोहर था उसने जारा को दुखी किया था ना कि वो दोबारा लगा हर वक्त करता सी ਨਮਾਨ ਬੱਚਾ ਉਹ ਉਸੀ ਬਾਲੋਂ ਸਮੇਤ ਉਸਕੇ ਸਾਥ ਟੂਟ ਕੇ ਸੱਚੇ ਦਿਲ ਸੇ ਪਿਆਰ ਕਰਦਾ ਥਾ ਐਗਾ ਚੰਗੀ ਵੀ ਸੀ ਨਾ ਅੱਜ ਵੀ ਉਸਦੀ ਨਮਾਨ ਕੇ ਸਾਥ ਸ਼ਾਦੀ ਹੋ ਗਈ ਹੈ ਹੋ ਗਈ ਸ਼ਾਦੀ ਬਾਕਾਇਆ ਮੈਂ ਕਹਿਣਾ ਚਾਹਨੀ ਹੈ ਇਹ ਡਰਾਮੇ ਚ 6 ਕਿਸ਼ਤਾਂ ਦਾ ਡਰਾਮਾ ਸੀ ਰਾਈਟਰ ਬੜਾ 6 ਕਿਸ਼ਤਾਂ ਦਾ ਡਰਾਮਾ ਲਿਖਣਾ ਤਾਂ ਕੋਈ ਮੁਸ਼ਕਲ ਗੱਲ ਨਹੀਂ ਹੁੰਦੀ ਬਟਾ 6 ਮਿੰਟਾਂ ਦਾ ਕੰਮ ਸੀ ਬਟਾ 6 ਮਿੰਟਾਂ ਤੂੰ ਸੰਭਾਲ ਨਹੀਂ ਸਕਿਆ ਬਟਾ ਤੇ ਕਹਾਣੀ ਵੀ ਢਿੱਕਮਜ਼ੋਰ ਸੀ ਸੋਟੀਆਂ ਮਾਰਾਂ ਤੇਰੀ ਐਡੀ ਕਮਜ਼ੋਰ ਕਹਾਣੀ ਤੇ 10 ਜਿਹੜੀ ਜ਼ਾਰਾ ਦੀ ਮਾਂ ਸੀ ਤੁਸੀਂ ਜ਼ਾਰਾ ਦੀ ਮਾਂ ਵਾਲਾ ਦੁੱਖ ਨਾਲ ਪਾਉਂਦੇ ਫਿਰ ਕਹਾਣੀ ਬੈਸਟ ਸੀ ਜ਼ਾਰਾ ਦੀ ਮਾਂ ਦੁਖਣਾ ਚੋਰੀ ਕਰ ਰਹੀ ਸਾਰੀ ਜ਼ਿੰਦਗੀ ਨੂੰ ਦੁਖਣਾ ਚੁੱਚੜਦੀ ਰਹੀ ਜਿਹੜੀ ਮਾਂ ਐਡੀ ਦੁਖੀ ਸੀ ਕਿ ਮੇਰਾ ਖਾਮਤ ਸਾਰੀ ਜ਼ਿੰਦਗੀ ਨੂੰ ਐਂਦੀ ਦੁਖੀ ਕਰਦਾ ਰਹੀ ਜਿਸਾਂ ਜ਼ਾਰਾ ਸੀ ਵੀ ਬਾਜੀ ਜੇ ਤੂੰ ਇੰਨੀ ਦੁਖੀ ਸੀ ਨੀ ਬਾਜੀ ਤੂੰ ਤੇ ਆਪਣੇ ਧੀ ਦਾ ਜਿਹੜਾ ਵਿਆਹ ਕੀਤਾ ਤੇਰੇ ਦੀ ਪਹਿਲੇ ਡਿਮਾਂਡ ਹੀ ਐ ਹੋਣੀ ਚਾਹੀਦੀ ਸੀ ਬੱਚੇ ਨਾਲ ਕਿ ਮੇਰੀ ਬੱਚੀ ਦਾ ਕਰਲੀ ਵਾਲੇ ਪਹਿਲਾ ਸਵਾਗਤ ਕਿਉਂਕਿ ਤੂੰ ਸਾਰੀ ਜ਼ਿੰਦਗੀ ਐ ਜ਼ਖਮ ਸਹੇ ਨੇ ਤੇ ਦੂਜੀ ਗੱਲ ਐ ਦੁਨੀਆ ਤੇ ਇੱਕ ਚੀਜ਼ ਬਣੀ ਐ ਮਾਵਾਂ ਤੇ ਧੀਆਂ ਦੋ ਸਹੇਲੀਆਂ ਹੁੰਦੀਆਂ ਨੇ ਅਬ ਇਮਾਨ ਕੀ ਬਹਿਨ ਨਹੀਂ ਹੈ ਨਾ ਤੋ ਉਹ ਖੰਸੇ ਹਰ ਬਾਤ ਸ਼ੇਅਰ ਕਰਦੀ ਹੈ ਮਾਂ ਬੇਟੀ ਸਹੇਲੀਆਂ ਹੁੰਦੀਆਂ ਐ ਕਿਸ ਤਰ੍ਹਾਂ ਦੇ ਜ਼ਾਰਾ ਦੀ ਮਾਂ ਜਿਹੜੀ ਸੀ ਇਹ ਕੀ ਸੀ ਕਿ ਜ਼ਾਰਾ ਨਾ ਉਹਨੇ ਕਦੀ ਆਪਣਾ ਦੁੱਖ ਰੋਇਆ ਹੀ ਨਹੀਂ ਤੇਰੀ ਇੱਕੋ ਇੱਕ ਤੀਸ ਜਾਰਾ ਤੇਰਾ ਪਿਓ ਬੜਾ ਲੁਚਾ ساری ਜ਼ਿੰਦਗੀ ਇਸ ਬੰਦੇ ਨੇ ਮੈਨੂੰ ਕੈਂਸਰ ਵਾਂਗ ਮੈਨੂੰ ਤਾਤਾ ਮਾਰਿਆ ਆਪਣੇ ਆ ਗੱਲਾਂ ਕਰ ਕਰਕੇ ਤੇ ਹੁਣ ਜ਼ਾਰਾ ਦੀ ਬੱਚੀ ਐਡੀ ਬੱਚੀ ਹੈ ਉਹਨੂੰ ਸਾਰਾ ਪਤਾ ਹੈ ਕਿ ਮੇਰਾ ਬਾਈਕ ਜ਼ਲੀਲ ਇਨਸਾਨ ਹੈ ਹਰ ਵਕਤ ਮੇਰੀ ਮਾਨਦੁਖੀ ਕਰਦਾ ਹੈ ਮੇਰੀ ਮਾਂ ਬਹੁਤ ਦੁਖੀ ਹੈ ਜ਼ਾਰਾ ਦੀ ਬੱਚੀ ਨੂੰ ਪਤਾ ਹੈ ਮੇਰਾ ਅੱਬਾ ਗਲਤ ਵੇ ਜ਼ਾਰਾ ਪਾਗਲ ਸੀ ਬਚਪਨ ਚ ਛੱਤ ਲੱਗੀ ਸੀ ਇਹਨੂੰ ਇਹਨੂੰ ਪਤਾ ਚੱਲਿਆ ਕਿ ਇਹਦੇ ਇਹਨੇ ਨਹੀਂ ਦੇਖਿਆ ਸੀ ਕਿ ਮੇਰੀ ਮਾਂ ਮੇਰਾ ਬਾਗੀ ਕਰਦਾ ਨਾ ਮਾਂ ਨੇ ਦੱਸਿਆ ਤੇ ਨਾ ਬੱਚੀ ਨੂੰ ਪਤਾ ਚੱਲਿਆ ਕਿ ਕਿੱਡਾ ਕਮਜ਼ੋਰ ਰਾਈਟਰ ਕੋ ਇਹ ਵਾਲੀ ਚੀਜ਼ ਹੋ ਗਈ ਸੀ ਮਾਂ ਵਾਲ ਗੱਲ ਜਿਹੜੀ ਪਾਇ ਤੇ ਸਾਰੀ ਕਹਾਣੀ ਐ ਡਿੱ ਦੁਖਣਾ ਨੁਚੜੀ ਬਣਾ ਦਿੱਤੀ ਇਹ ਦੁਖ ਮਾਂ ਵਾਲਾ ਵਿੱਚ ਪੋਰਸ਼ਨ ਨਾ ਹੁੰਦਾ ਟਰੂ ਦੋਪਕਾਇਆ ਵੀ ਇਹ ਤਾਂ ਬਹੁਤ ਅੱਛਾ ਲੱਗਾ ਕਿ ਜੈਸੇ ਆਜ਼ਰ ਕੋ ਸਜ਼ਾ ਮਿਲੀ आजर एक करता ना लड़की के साथ प्यार वो एंड पे जायदाद कह दी ना मेरे ना ला। एंड पे आजर रह गया अकेला ये हो गई खुश अच्छा लगा और अम्मा ने लूट लिया मेला <laughs> <laughs> बस अच्छा लगा कि छह किस्तों में आगे बढ़ते हैं आगे बढ़ते हैं अपने वीकली से का सिलसिला शुरू करते हैं सबसे पहले बात करते हैं ए मुश्तेखा की तो ए मुश्तेखा इस हफ्ते कैसा रहा

ਇਸ ਐਪੀਸੋਡਸ ਕੈਨੀ ਪਈਆਂ ਇਸ ਡਰਾਮੇ ਮੇ ਵਿਚਾਰੀ ਜੋ ਉਸਕੀ ਭਾਬੀ ਹੈ ਦੁਆ ਕਿ ਨਾ ਮੈਨੋ ਉਸ ਕੁੜੀ ਦੇ ਤਰ੍ਹਾਂ ਸੰਦਾ ਮੈਂ ਉਹਦੀ ਜਗ੍ਹਾ ਤੂੰਦੀ ਮੈਂ ਇਹ ਜੀ ਨਾਨ ਨੂੰ ਚਾਚੂ ਚੂਏ ਮਾਰ ਦਵਾਈ ਪਲਾਜ਼ ਮਾਰ ਦੇਣਾ ਕਿਉਂ ਓਹ ਲਾ ਮੇਰੀ ਤੋਬਾ ਵਿੱਚ ਉਸ ਆਦਮੀ ਚ ਹਰ ਵਕਤ ਇੱਕੋ ਹੀ ਜੇ ਕਰੁੰਦਾ ਮੈਂ ਕਿੰਨੇ ਚਲੋ ਸਸੋਰੇ ਤੇ ਕਾਲਣ ਠੀਕ ਹੈ ਹਰ ਵਕਤ ਦੁਆ 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 ਨਵੀਂ ਨਵੀਂ ਵਿਚਾਰੀ ਵੋਟੀ ਇਹ ਇਹਦਾ ਸ਼ੋਹਰ ਆਂਦਾ ਹੈ ਦਾਈ ਦਾਈ ਦੇ ਮੂੰਹ ਤੇ ਵਿੱਚ ਇੱਕੋ ਹੀ ਲਵ ਹੁੰਦਾ ਹੈ दुआ 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 तीसरा का लफ्ज़ कोई नहीं तो दूसरी गल है बच्ची जी है तबीर है इनी प्यारी बच्ची है बच्ची मतलब शुरू तो बच्ची एक्टिंग से भी फुल शानदार है शक्ल भी बड़ी प्यारी है कौन वाला मुझे नहीं पता इसका नाम क्या ना ना मुझे बच्ची पसंद बहुत आई है ये।, ये। कब से ड्रामा में आ रही है डार खुदा से मैं उसकी भाभी में अली इंसारी की ये बीवी बनी थी फिर इसका सीरस था शुरू से बच्ची में इतना फॉर्ट था मुझे शुरू से ये बच्ची बहुत पसंद आई है पर बच्ची नू बच्ची शकल वाइज एक्टिंग वाइज फुल अच्छी है ਇਹਨੋਂ ਮੌਕਾ ਨਹੀਂ ਮਿਲਦਾ ਪਿਆ ਜਿਉ ਬੱਚੀ ਡਿਸਰਵ ਕਰਦੀ ਪਈ ਹੈ ਇਸਾਂ ਬੱਚਾ ਅਫਜ਼ਲ ਉਹਦਾ ਨਾਮ ਹੈ ਦਾਨੀਅਲ 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 ਬੱਚੇ ਅਤੇ ਤਬੀਰ ਬੱਚੀ ਦੋਨੋਂ ਬੱਚੇ ਫੁੱਲ ਅੱਛੇ ਹਨ ਇਨ ਦੋਨੋਂ ਕੋ ਕਿਸੇ ਅਗਲੇ ਡਰਾਮੇ ਮੇ ਹੀਰੋ ਹੀਰੋਨ ਲੈ ਕੇ ਮੌਕਾ ਤੇ ਦੇ ਕੇ ਦੇਖੋ ਤੁਸੀਂ ਬਸ ਇੱਕ ਫੜੀ ਹੋਈ ਏ ਕਿ ਚਾਰ ਪੰਜ ਚਿਹਰੇ ਫੜੇ ਸਾਡੇ ਮੂੰਹ ਤੇ ਮਾਰ ਮਾਰ ਸਾਡੀ ਅੱਖਾਂ 'ਚ ਉਹ ਦਿਖਾਉਂਦੇ ਹੋ ਤੇ ਨਵੇਂ ਕਿਹੜਾ ਐਬ ਕਹਿ ਰਹੀ ਬੱਚੀ ਜਿਹੜੀ ਕਿਦੋਂ ਦੀ ਲੱਗੀ ਪਈ ਤਾਂ ਫੁੱਲ ਬੱਚੀ ਐਕਟਿੰਗ ਦੀ ਸ਼ਕਲ ਵਾਈ ਫੁੱਲ ਚੂਤ ਤੋਂ ਮਨ ਪਸੰਦ ਨਾ ਮੈਂ ਕਿ ਕੈਰੈਕਟਰ ਦਾ ਨਾਮ ਬਤਾ ਰਿਹਾ ਕੈਰੈਕਟਰ ਦਾ ਨਾਮ ਦੱਸੇ ਮੈਂ ਅਸਲੀ ਨਾਮ ਨਹੀਂ ਪਤਾ ਕਿ ਬੱਚੀ ਦਾ ਕੀ ਹੈ ਅਬ ਜੈਸੇ ਮਾਰੀ ਅਦਾਕਾਰੋਂ ਮੇ ਰੇਸ਼ਮ ਔਰ ਮੀਰਾ ਦੋਨੋਂ ਸ਼ੁਰੂ ਤੋਂ ਹੀ ਇਹਨਾਂ ਦੇ ਕੱਪੜੇ ਕੁਪੜੇ ਸਭ ਕੁਝ ਪਾਉਂਦਾ ਹੁੰਦਾ ਸੀ ਇਹ ਵਾਂਗ ਹੁੰਦਾ ਸੀ ਕਿ ਬੰਦਾ ਇਹਨਾਂ ਦੀ ਕਾਪੀ ਕਰਦਾ ਸੀ ਕਿ ਸ਼ੁਰੂ ਤੋਂ ਕਲਾਸੀ ਸੀ ਇਹ ਦੋਨਾਂ ਦੇ ਡਰੈਸਿੰਗ ਸੈਂਸ ਐਸੇ ਤਰ੍ਹਾਂ ਬੱਚੀ ਤਬੀਰ ਵੀ ਬਾਕੀ ਰੀਮਾ ਕਿ ਨਹੀਂ ਤੇ ਮੈਂ ਉਹ ਤੇ ਜਾਣ ਕਦੀ ਮੈਂ ਮੇਰੇ ਪਿੱਛੇ ਪਾ ਮੈਂ ਇਹਦੀ ਮਾਂ ਦਾ ਨਾਮ ਲਿਆ ਮੈਂ 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 ਦੋ ਨਾਮ ਲਿਆ ਤੂੰ ਮੈਂ ਦੋ ਨਾਮ ਲਿਆ ਤੇ ਮੈਂ ਬਸੇ ਪੁੱਛ ਰਹਾ ਹਾਂ ਯਾ ਫੇ ਬੜੀ ਗੰਦੀ ਸੀ ਉਹਦੇ ਅਲਾਮਾਫ ਕਰੀ ਖੋਚ ਹੋ ਗਿਆ ਕੀ ਹਤਾ ਮਾਂ ਉਹਦੇ ਕਪੜੇ ਐ ਨਹੀਂ ਪਾਦੀ ਸੀ ਤੇ ਇਹ ਵਰਗੀ ਲੋ ਆਦੁੰਦੀ ਰੋਜ ਜਨਮਾਨ ਗੋਤੇ ਜਮਾਨ ਹੁਣ ਕਾ ਮੈਂ ਕਹਤਾ ਸੀ ਅ اچھا ਅਗਰ ਕੋਈ ਕਪੜੇ ਪਹਿਨਦਾ ਇਸ ਮੇ ਅਮੀਰੀ ਗਰੀਬੀ ਕੁਛ ਨਹੀਂ ਸੈਂਸ ਹੁੰਦੀ ਹੈ ਅਲ ਗੋਡ ਗਿਫਟਡ ਹੁੰਦੀ ਹੈ ਮਗਰ ਇਹ ਮੇ ਹੈ

ਤਾਂ ਤੇ ਬਈ ਕਿ ਡੈਸਿੰਗ ਵਿੱਚ ਹੋਤੀ ਹੈ ਮਤਲਬ ਬਈ ਸ਼ੁਰੂ ਤੋਂ ਬੱਚੀ ਮੈਨੂੰ ਉਹੀ ਚੰਗੇ ਲਾਦੇ ਨੇ ਕਿ ਬੱਚੇ ਦਾ ਮੇਕਅਪ ਸੈਂਸ ਇਹਦੇ ਵਾਲਾ ਦਾ ਸਭ ਕੁਝ ਵਾਲ ਬੱਚੀ ਦਾ ਇਸਨਾਂ ਨੋਮੀ ਦਾ ਨਾਲ ਬੱਚਾ ਨਹੀਂਗਾ ਕਿ ਬੱਚੇ ਜੀ ਮੈਂ ਦੇਖਣਾ ਚਾਹ ਸੀ ਕਿ ਦਾਨਿਆਕ ਮੈਂ ਮੇਰੇ ਮੇਕਾ ਨੋਮੀ ਕੋ ਦੇਖਾ ਤਾਂ ਗੁੰਡਾ ਬੰਦਾ ਸੀ ਮੈਂ ਕਹਿੰਦਾ ਗੁੰਡਾ ਹੀ ਬੰਦਾ ਯਾਰ ਮੇਰਾ ਦਿਲ ਕਰਦਾ ਸੀ ਇਹਨੂੰ ਮੌਕਾ ਦਿੱਤਾ ਜਾਵੇ ਜਿੱਥੇ ਸੀਰੀਅਸ ਹੋਵੇ ਫੇਰ ਮੈਂ ਦੇਖਾਂ ਇਹ ਕੀ ਹੈ ਹੁਣ ਮੈਂ ਤਾਂ ਘਾਤਾ ਪਾਸ ਹੁਣ ਮੈਂ ਤੇ ਡਰਾਮਾ ਨਹੀਂ ਨਾ ਬਣਾਉਂਦੀ ਪਰ ਜਿਹੜੇ ਬਣਾਉਂਦੇ ਉਸ ਬੱਚੇ ਨੂੰ ਮੌਕਾ ਦੋ ਉਹ ਬੱਚਾ ਪੂਰੇ ਦਾ ਪੂਰਾ ਮਾਸ਼ਾਅੱਲਾ ਮਾਚੂ ਮੈਂ ਬੱਚਾ ਹੈ ਉਹਦਾ ਕਦ ਉਹਦੀ ਛੱਕਲ ਉਹਦੀ ਐਕਟਿੰਗ ਬੱਚਿਆ ਚ ਇੱਕ ਕਮਲੀ ਕੀ ਸੋ ਵਿੱਚ 100 ਨੰਬਰ ਹੈ ਬੱਚੇ ਦੇ ਤੇ ਪਲੀਜ਼ ਉਹਨੂੰ ਮੌਕਾ ਦੋ ਪੂਰਾ ਡਾਮੇ ਚੋਂ ਦੇ ਕੇ ਦੇਖੋ ਬੱਚੇ ਬਹੁਤ ਤਾਰੀਫ ਕਰ ਲਈ ਹਾਂ ਬੜੇ ਖੁਸ਼ ਹਾਂ ਕਿ ਆਪਨੇ ਟਾਈਮ ਨੂੰ ਸਪੋਰਟ ਕਰੀਏ ਡਾਮੇ ਕੋਈ ਵਾਪਸੀ ਕਰ ਲਵਾਂ ਅੱਛਾ ਅੱਛਾ ਇਹ ਜਿਹੜੀ ਦੁਆ ਬੇਟੀ ਹੈ ਦੁਆ ਨਹੀਂ ਮਾਂ ਸੱਤ ਕੇ ਜੈ ਦੀਨੀ ਤੇ ਮਜ਼ੇ ਵੀ ਤੋਂ ਅੱਡੀ ਇਹ ਬੇਟਾ ਹੁਣ ਦਿਨ ਕੀ ਹੋ ਗਿਆ ਨੀ ਲੁਚੀਏ ਲੁਚੀਏ ਜਵਾਨ ਤੇਰਾ ਭਰਾ ਬੁੱਢਾ ਤੇਰਾ ਅੱਬਾ ਕੀ ਮਤਲਬ ਨੀ ਦੋਨਾਂ ਸਮੇਂ ਚ ਨਹੀਂ ਲੈਂਦੀ ਤੂੰ ਨਖਤੀ ਜਿੱਡੀ ਤੇ ਮਸਬੀਆ ਨਹੀਂ ਦੁਆ ਬਹੁਤ ਮਸਬੀਅਤਲੀ ਹਾਂ ਮਸਬੀ ਕਰਕੇ ਕਹਨੇ ਪਿਆ ਹਾਲਾਂਕਿ ਅਸੀਂ ਦੁਆ ਜਿੱਡੇ ਮਸਬੀ ਨਹੀਂ ਸੀਗੇ ਪਰ ਸਾਨੂੰ ਇਹ ਹੁੰਦਾ ਸੀ ਜਦੋਂ ਅਸੀਂ ਜਵਾਨ ਸੀ ਤੇ ਆਪਣੇ ਭਰਾ ਕੋ ਵੀ ਤੇ ਆਪਣੇ ਅੱਬੂ ਜਾਨ ਕੋ ਵੀ ਅਸੀਂ ਲਾਜ਼ਮੀ ਦੁਬਾਰਾ ਦਾ ਬੇਟਾ ਜਿਹੜਾ ਮਰਜ਼ੀ ਜ਼ਮਾਨਾ ਲੈ ਲੈ ਬਾਪ ਉਤੋਂ ਦੁਆ ਜਿਸ ਤਰ੍ਹਾਂ ਦੀ ਦਿਖਾਈਏ ਪਤਾ ਕਿ ਨਹੀਂ ਇਸਲਾਮ ਜੀ ਕਹਿੰਦੇ ਨੇ ਕਿ ਤੁਸੀਂ ਜਵਾਨ ਭਰਾ ਤੇ ਭੈਣ ਸੌ ਸਕਦੇ ਦੋਤ ਪਤਾ ਪਤਾ ਹੈ ਨਾ ਚੀਜ਼ਾਂ ਤੇ ਇਹੀ ਕਹਿੰਨੀ ਪਈ ਨਾ ਕਿ ਦੁਆ ਦਬਾ ਬਿਲਕੁਲ ਅਜ ਸਰੇ ਹਾਂ ਮੈਂ ਖੁੱਲੇ ਲੱਤਾਂ ਚੋਰੀਆਂ ਕਰਕੇ ਬੈਠੀ ਦੁਆ ਕਰਦੀ ਹਾਂ ਹਾਂ ਦਾਈ ਅੱਬਾ ਦਾਈ ਐਂ ਜੀ ਬੈਠੋ ਜੀ ਜ਼ੁਲਫਾਂ ਖੋਲ ਕੇ ਜ਼ੁਲਫਾਂ ਵਿੱਚ ਬਣੀ ਆ ਜਸਟ ਟੂ ਕਲੈਰੀਫਾਈ ਅਮਾ ਕਹਿ ਰਹੀ ਹੈ ਕਿ ਦੁਆ ਦਾ ਕਿਰਦਾਰ ਕਿਉਂਕਿ ਇਤਨਾ ਮਜ਼ਬੀ ਹੈ ਇਸ ਲਈ ਅਮਾ ਕਹਿ ਰਹੀ ਹੈ ਇਹ ਕਹਿ ਨਹੀਂ ਪਈ ਹਾਂ ਜੀ ਹਾਂ ਜੀ ਦਾ ਮਾਂ ਵੀ ਚੁੰਨੀ ਦੇ ਬਗੈਰ ਬੈਠੀ ਪਈ ਹੈ ਮੈਂ ਕਹਿ ਨਹੀਂ ਪਈ ਕਿ ਦੁਆ ਜਦ ਐਡੀ ਮਜ਼ਬੀ ਦਾਈ ਦੁਆ ਨੇ ਜੋ ਹਰਕਤ ਕੀਤੀ ਹੈ ਐ ਸ਼ੁਰੂ ਵਾਲੀ ਦੁਆ ਮੇਰ ਕੋ ਮੈਂ ਤੇ ਦੁਆ ਦੀ ਬਣ ਗਈ ਫੁੱਲ ਦੁਸ਼ਮਣ ਮੇਰ ਕੋ ਇੱਕ ਰਾਫਾ ਨਹੀਂ ਕੀ ਨਾ ਮੈਂ ਕਹਿੰਦੀ ਆ ਬਚਪਨ ਚ ਪਕਾਨਿਆਂ ਨੂੰ ਨਿਸ਼ਾਨੇ ਨਹੀਂ ਮਾਰੇ ਸੀ ਉਹਨ ਸ਼ਬਦੀ ਮਾਰਾ ਆ ਤੇ ਇਕਲੀ ਨਹੀਂ ਦੁਆ ਕੇ ਬਹੁਤ ਦੁਸ਼ਮਨ ਹੈ ਦੇ ਲਿਆ ਯਾ ਇੱਤ ਤੂੰ ਨਾ ਮਰਨੀ ਮੈਂ ਤੂੰ ਕੀ ਮੇਰਾ ਪੁੱਤਰ ਹੈ ਅਚਾਰੇ ਬੋਲ ਸਟੇਲਾ ਪੁੱਤਰ ਕੋ ਕੋ ਪਹਿਲੇ ਮਨ ਰੀਮਾ ਚ ਪਸਾਰਤਾ ਹੁਣ ਉਹ ਦੀ ਮਾਂ ਚ ਪਛਾਨ ਲਿਆ ਮੈਂ ਤੇ ਦੁਆ ਅਵੇ ਵੈਸੇ ਕਾਇਬਾ ਲੇਕੋ ਦੁਆ ਕੇ ਬਾਦ ਦੁਸ਼ਮਨ ਹੈ ਦੁਆ ਤੇਰਾ ਪਿਓ ਦੀ ਚ ਮਾਰ ਅ ਤਰਾ ਬੋਲ ਦੁਆ ਦੇਖੋ ਬੱਚੀ ਜਦੋਂ ਸੀ ਬੋਬੀ ਦੀ ਬੀਵੀ ਅੱਗ ਲੱਗੀ ਸੀ ਅੱਗਾਂ ਬੁਝੀਆਂ ਨਹੀਂ ਸੀ ਇਹਦੀਆਂ ਹੂੰ ਇਹ 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 ਗੱਲ ਕਿ ਮੈਂ ਮੈਗਜ਼ੀਨ ਕੱਟ ਕੇ ਪਿਆਰ ਨਾਲ ਤਾਂ ਅੱਲਾ ਨੇ ਦੀਨ ਚ ਕਿਹਾ ਪਿਆਰ ਨਾਲ ਉਹਨੂੰ ਰਾਹ ਤੇ ਲਿਆ ਉਦੋਂ ਤਲਵਾਰ ਫੜੀ ਹੋਈ ਸੀ ਤੇ ਕਹਿੰਸੀ ਬੋਬੀ ਤੂੰ ਨਿਆ ਰਹਮ ਮੈਂ ਤੈਨੂੰ ਛੱਡਣਾ ਤੇ ਫੋੜ ਲੈਣੀ ਤਲਾਕ ਅੱਗਾ ਤੈਨੂੰ ਬੜੀਆਂ ਸੀ ਤਲਾਕ ਦੀਆਂ ਨਖਰਤੀ ਹੁਣ ਜੇ ਤਲਾਕ ਲਿੱਤੀ ਜਿੱਦੀ ਤੂੰ ਦੀਨੀਆਂ ਥੋੜਾ ਸਕੂਨ ਕਰ ਬੇਸ਼ਰਮੇ ਹੁਣ ਉਹ ਜਿਹੜਾ ਤੇਰਾ ਐਕਸ ਬੋਬੀ ਬੋਬੀ ਹਾਂ ਹੁਣ ਉਹਨਾਂ ਗੱਲਾਂ ਵੀ ਕਰਨੀਆਂ ਏ ਉਸ ਬਗੈਰ ਤੋ ਨਾ ਬੈਠ ਕੇ ਗੱਡੀਆਂ ਚ ਜਾਨੀਂ ਕੱਲੀ ਉਹਦਾਂ ਜਾਨੀਂ ਤੇ ਹਮ ਚੈਨ ਨਹੀਂਗਾ ਹੁਣ ਤਲਾਕ ਦੇਵਾ ਤਾਂ ਕਿਹੜੀ ਚੀਜ਼ ਟਿਕਾ ਨਹੀਂ ਦਿੰਦੀ ਭਈ ਪਹਿਲੇ ਤਾਂ ਤਲਾਕ ਦਿਆਂ ਵੀ ਅੱਗਾ ਲੱਗੀਆਂ ਪਈਆਂ ਸੀ ਅਬ ਇਸ ਵਾਰ ਆਪੀ ਐਪੀਸੋਡ ਮੇ ਨਾ ਇਹ ਨਿਆ ਰੋਹੀ ਇਖਤਿਆਰ ਹੋ ਗਿਆ ਪਹਿਲੇ ਨਬ ਮੈਂ ਆਇਆ ਕਿ ਹਾਈ ਐਂਡ ਹੋ ਗਿਆ ਉਹ ਵੀ ਮਸਤੀ ਬਣ ਗਿਆ ਉਸ ਦਾ ਸ਼ੁਕਰ ਹੈ ਮੋ ਬੋਬੀ ਵੀ ਕਦਤ ਬੋਬੀ ਤੁਸੀਂ ਬੜਾਈ ਬਚਾਰਮ ਨਿਕਲੇ ਲੁਚੀਆਂ ਖੱਲਾ ਤੇ ਚਕਲ ਤੇ ਬਚਾਰਮ ਨਕਲੀ ਬਣਿਆ ਆਓ तो पर फिर मैं, लोकन करना मैं, की करा। मैं फिरोजी बन है मैं मैं कलमे वाला उसमें सीन था कि कि कलमा पढ़ता है। जावे कोई एक्टिंग सी कि होता नहीं सी नहीं कम वाकई होता है, किसी ऐसी अजान की होती है। हाँ। तो कलमा सारा सुनता था 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 एक्टिंग होने की कुछ मतलब अच्छा। हो बहुत शानदार की वो सारा ना नकली बनिया

ਮੁਫਤੀ ਸਾਹਿਬ ਮੁਫਤੀ ਸਾਹਿਬ ਕੋ 파ੜ ਮੁਫਤੀ ਸਾਹਿਬ ਨੇ ਇੰਨੇ ਸ਼ਦੋ ਮਦਨੇ ਨੇ ਨਾ ਦੀਨੀ ਤਰੀਕੇ ਨਾਲ ਸਮਝਾਇਆ ਐ ਐਸੇ ਆ ਅਨੁਰਾਮ ਦੀ ਲਦੋਰਾ ਪੈ ਗਿਆ ਵਕੀਲ ਕਿਲ ਕਿਲ ਲੱਗਾ ਸੀ ਗਾਂ ਮੁਫਤੀ ਸਾਹਿਬ ਕੋ ਲਾਂਗ ਸੀ ਮੋਸਾਂ ਰਹਿ ਲਦੋਰਾ ਤੇ ਫਿਰ ਐ ਨਾਲ ਲੈ ਕੇ ਗਿਆ ਉਹਨੂੰ ਐ ਲੈ ਕੇ ਗਿਆ ਅੱਬ ਮੈਨੂੰ ਸਮਝ ਨਹੀਂ ਆਈ ਜਿੱਥੇ ਮੁਫਤੀ ਸਾਹਿਬ ਰਹਿੰਦੇ ਨੇ ਉਹ ਜਗ੍ਹਾ ਨੇ ਖਤਨਾਕ ਖਤਨਾਕ ਬਣਾਈ ਜਾਂਦੇ ਪਏ ਨੇ ਕਹਿੰਦੇ ਉਹ ਤੇ ਡਾਕੋ ਦਾ ਨਵਾਂ ਘਰ ਆ ਗਿਆ ਸ਼ਾਮ ਨੂੰ ਤੇ ਜਾਣੀ ਚਾਹੀਦਾ ਮੁਫਤੀ ਸਾਹਿਬ ਤਾਂ ਜੇ ਪਤਾ ਤੁਹਾਡੀ ਦੀ ਦੁਆ ਤੁਹਾਡੀ ਮਸਤਾਨੀ ਤੇ دیਵਾਨੀ ਕੋਈ ਹੋਰ ਕੁੜੀਆਂ ਵੀ ਆਉਣਗੀਆਂ ਤੁਸੀਂ ਟਿਕਾਣਾ ਹੀ ਬਦਲ ਲਓ ਤੁਸੀਂ ਸਾਰੀਆਂ ਕੁੜੀਆਂ ਦੀ ਜੱਟੋ ਖਰਾਬ ਕਰਵਾਣੀ ਡਾਕਾਂ ਦੇ ਤੋਂ ਕਹਿੰਦੇ ਨੇ ਉਹ ਜਾਨ ਲਾ ਦੀ ਦੁਆ ਕਰ ਦਿਨਾ ਮੈਂ ਮੁਫਤੀ ਸਾਹਿਬ ਕੋ ਜਾਣਾ ਤੇ ਪਤਾ ਚੱਲਦਾ ਕਿ ਉਹ ਤੇ ਡਾਕਾਂ ਦਾ ਨਵਾ ਕਰੋ ਆ ਸ਼ਾਮ ਨੂੰ ਕਹਿਣਾ ਬੰਦਾ ਤੇ ਦਾਈ ਕੰਦਾ ਮੈਂ ਤੇਰੇ ਨਾਲ ਚੱਲਾਂ ਮਾਂ ਤੇ ਜਾ ਕੇ ਪਤਾ ਚੱਲਦਾ ਕਿ ਮੁਫਤੀ ਸਾਹਿਬ ਤੇ ਹਸਪਤਾਲ ਦਾਖਲ ਨੇ ਅੱਛਾ ਹਸਪਤਾਲ ਚਲੇ ਗਏ ਨੇ ਹਸਪਤਾਲ ਗਏ ਤੇ ਸ਼ਾਹੀ ਮੁਫਤੀ ਸਾਹਿਬ ਨਾਲ ਪਤਾ ਚੱਲਦਾ ਕਿ ਉਹ ਬੜੀ ਨਾ ਤਰੀਫਾਂ ਕਰਦਾ ਕਿ ਇਹਨੂੰ ਦੋਰਾ ਪਿਆ ਸੀ ਸਾਰਾ ਕੁਝ ਬੋਬੀ ਭਾਈ ਜਾਨ ਨੇ ਕੀਤਾ ਅੱਛਾ ਬੋਬੀ ਭਾਈਆਂ ਦੇ ਜ਼ਿੰਦਗੀ ਦੀ ਪਰਵਾਨ ਕੀਤੀ ਸਾਰਾ ਕੁਝ ਤਰੀਫਾਂ ਦਾ ਕੁਲ ਬੰਦ ਤੇ ਉਹ ਮੁਫਤੀ ਸਾਹਿਬ ਕੋਲ ਅੰਦਰ ਗਏ ਅੰਦਰ ਗਏ ਨੇ ਦੋਨੋਂ ਭੈਣ ਪਰਮੂਸਾ ਪਤਾ ਪੁੱਛਿਆ ਫੂਲ ਲੰਬੀ ਗੁਫ਼ਤਗੂ ਹੋਈ ਅੱਛਾ ਕਹਿੰਦੇ ਮੁਫਤੀ ਸਾਹਿਬ ਉਹਨੂੰ ਤੁਸੀਂ ਆਰਾਮ ਕਰੋ ਦੋਨੋਂ ਭੈਣ ਭਰਾ ਕਹਿੰਦੇ ਅਸੀਂ ਹੁਣ ਚੱਲਨੇ ਆ ਠੀਕ ਹੈ ਠੀਕ ਹੈ ਵੈਲ ਡਨ ਦੱਸੋ ਅਸੀਂ ਨਾ ਕੀ ਮਤਲਬ ਸੀ ਦੇ ਦਾਈ ਰੁਕ ਗਿਆ ਦਾਈ ਨੇ ਕਹਾ ਮੇਰੀ ਬੇਸ਼ਰਮ ਭੈਣ ਚੁੱਪ ਕੇ ਨਾ ਕਿਸੇ ਨੂੰ ਹੀ ਪਤਾ ਚੱਲਦਾ ਜਿਆਜ ਇੱਕ ਗੱਲਾਂ ਗੱਲ ਹੈ ਤੂੰ ਤੇ ਲੁਕੋਂ ਡਿਆ ਸੀ ਉਹਨੂੰ ਕਿ ਬੋਬੀ ਦੇ ਕੋਲ ਨਾ ਚੱਲ ਜਾ ਭੈਣ ਬਾਹਰ ਗਈਏ ਦਾਈ ਕੋਲ ਬੈ ਉਸ ਕੋ ਬੈਠੀ ਬੋਬੀ ਕੋਲ ਲਿਆ ਵੀ ਉਹਨੇ ਸਕੂਨ ਦੇ ਨਾਲ 20 ਮਿੰਟ ਗੱਲਾਂ ਕੀਤੀਆਂ ਬੋਬੀ ਨਾਲ ਬੱਤਾਂ ਕੀਤੀ ਬੋਬੀ ਕਿੰਜ ਹੋਇਆ ਇੰਜ ਸਾਰੇ ਨਾਲ ਕਿਸ ਤਾਂ ਬਦਲ ਗਿਆ ਦੁਵਾਨ ਕਮਾ ਤੂੰ ਹੁਣ ਛੜ ਤਾ ਤੈਨੂੰ ਕਿਉਂ ਬਦਲੇ ਨਾ ਬਦਲੇ ਪਹਿਲੇ ਦਾਈ ਨੇ ਦੱਸੋ ਤੁਸੀਂ ਦੋਨੇ ਭੈਣ ਬਰਾ ਇਕੱਠੇ ਕੋ ਨੀ ਬਾਹਰ ਨਿਕਲੇ ਹਾਂ ਅੱਛੀ ਤਰ੍ਹਾਂ ਗੁਫ਼ਤਗੂ ਕਰ ਲਈ ਫੇਰ ਬੋਬੀ ਦੇ ਜਾਂਚ ਅੱਛੀ ਤਰ੍ਹਾਂ ਇੰਨੀ ਗੁਫਤੂ ਕੀਤੀਆਂ ਘਰ ਜਾ ਕੇ ਵਿਆਹ ਤੇ ਆਪਣੇ ਖਾਪ ਦੀ ਗੱਲਾਂ ਦੇਖਣ ਲਈ ਨਵੇਂ ਵਿਆਹ ਨਹੀਂ ਕਿਹੜਾ ਇਹਨਾਂ ਵਿਆਹ ਗੁਜ਼ਰ ਚੁੱਕਿਆ ਕਿ ਡੋ ਬੋਬੀ ਨਾਲ ਜੀ ਡੁੱਬ ਗਈ ਹੈ ਅੱਛਾ ਤਾਂ ਆਪ ਜਿਹਾ ਬੋਬੀ ਕੀ ਮਾਂ ਬਿੰਬ ਅਸ਼ਕੀਲਾ ਬਾਜੀ ਬਹੁਤ ਅੱਛੇ ਹੋਏ ਅੱਛਾ ਜੀ ਸ਼ਕੀਲਾ ਬਾਜੀ ਇੰਨੇ ਚੁਗੇ ਸ਼ਕੀਲਾ ਬਾਜੀ ਕਹਿੰਦੀ ਬੋਬੀ ਹੱਕ ਤੇ ਬਾਤਾਂ ਦੀ ਲੜਾਈ ਏ ਹਮੇਸ਼ਾ ਬਾਤਲ ਹਾਰਦਾ ਹੁੰਦਾ ਤੂੰ ਸਹੀ ਨਹੀਂ ਨਾ ਐਸਾ ਕੀਦਿਆਂ ਲੈ ਕੇ ਕਰਕੇ ਕਰਨਾ ਪਿਆ ਤੇ ਬੋਬੀ ਬਾਤਲ ਦੀ ਹਾਰ ਹੀ ਹੁੰਦੀ ਹੈ ਪਰ ਆ ਵੀ ਹੋਗਾ ਨਾ ਕਿ ਬੋਬੀ ਨੇ ਹੋਣਾ ਨੇਕ ਹੀ ਹੈ ਅੱਛਾ ਵਕਤੇ ਸਾਥ ਵਕਤੇ ਸਾਥ ਸਾਥ ਹੋਗਾ ਕਿਉਂਕਿ ਮੁਫਤੀ ਸਾਹਿਬ ਕਾ ਦਿਖਾ ਦਿਆ ਨਾ ਉਹ ਸਾਰੀ ਬਾਤ ਇਸ ਕੋ ਦਿਲ ਕੋ ਲੱਗੇਗੀ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਹੋਗਾ ਇਹ ਨੀਕੀ ਤੇ ਮੈਂ ਇੱਕ ਗੱਲ ਪੁੱਛਣਾ ਚਾਹੰੀਆਂ ਨਹੀਂ ਜਿਹੜੇ ਪੈਮਰਾ ਐ ਐ ਐਨ ਆਈਸ ਮੇ ਨਾ ਪਿਛਲੀ ਦਫਾ ਮਾਰ ਰਹਾ ਥਾ ਨਾ ਉਸਨੇ ਮੁੱਕਾ ਉਹ ਵੀ ਨੇ ਕਿਸ ਕੋ ਤਕੀਨੂ ਠੀਕ ਹੈ ਮੁੱਕਾ ਮਾਰਿਆ ਇਤੋਂ ਜ਼ਖਮੀ ਹੋ ਗਿਆ ਜ਼ਖਮੀ ਐ ਤਾਂ ਸੰਖਿਆ ਤੇ ਉਹਦਾ ਖੂਨ ਕਾਲੇ ਰੰਗ ਦਾ ਸੀ ਤੇ ਮੈਂ ਕਹਾ ਖੂਨ ਲਾਉਡ ਨਹੀਂ ਦਿਖਾਣਾ ਠੀਕ ਹੈ ਲੈ ਫੇ ਬਟਾ ਆਪਣੇ ਗੱਲ ਤੇ ਕੈਮਰੇ ਅਮੀਕਾ ਮੇਕਅਪ ਐਮਰਾਂ ਮੈਂ ਹਾਲ ਕਿ ਮੈਂ ਕਬਾ ਦਿਨ ਮੈਂ ਕਬਾ ਜੀ ਫਲਾ ਤੋ ਸਪੈਮਰਾਂ ਪੁੱਛਣ ਵਾਲਾ ਵੇ ਮੈਂ ਖੁਦ ਪਿਆ ਸਾਰੀਆਂ ਯਾਸ਼ੀਆਂ ਦੀ ਲੁੱਚਾ ਪੰਨ ਤੁਸੀਂ ਦਿਖਾਣ ਦੇਓ ਇਹ ਖੂਨ ਜਿਹੜੇ ਖੂਨ ਹੁੰਦਾ ਬੱਚਿਆਂ ਨੂੰ ਪਤਾ ਖੂਨ ਖੂਨ ਹੁੰਦਾ ਖੂਨ ਦਾ ਕਾਦ ਲਕੋਣਾ ਖੂਨ ਨਹੀਂ ਦਿੰਦੇ ਪੈਮਰਾਂ ਨਕਾਲਾ ਕਰਦਾ ਲੋ ਜੀ ਤੱਕੀ ਘਰ ਗਿਆ ਖੂਨ ਲਾਲ ਹੋ ਗਿਆ ਉਹ ਕੀ ਮਤਲਬ ਸੀ ਪੈਮਰਾਂ ਨੇ ਘਰ ਤੋਂ ਕਿਸਾਂ ਜਿਆਦਾ ਦੇਤੀ ਨੇ ਉਹਨਾਂ ਨੇ ਕਰਨਾ ਭੁੱਲ ਗਏ ਬਲੈਕ ਉਸਕੋ ਹੈ ਬਲੈਕ ਨਾ ਭੁੱਲ ਗਏ ਇੱਕ ਚਾਰਟਿੰਗ ਤਿੰਨ ਚਾਰਟ ਫੋਰ ਦਾ ਰੈੱਡ ਖੂਨ ਨਾਲ ਆਇਆ ਹਾਂ ਕੁਛ ਵੀ ਨਹੀਂ ਬਾਤ ਸੁਣ ਆਪ ਦੇਖੇ ਦੇਖੇਂ ਜਿਵੇਂ ਤੱਕੀ ਵੀਰ ਮੈਂ ਕਹਿੰਦਾ ਤੱਕੀ ਤੂੰ ਵੀ ਬੜਾ ਖੱਲਾ ਹੀ ਪਾਦੇ ਦਫਾ ਦੂਰ ਕਰਦੇ ਕਿ ਦਵਾ ਜਿਹੜੀ ਦਵਾਨ ਪੁੱਛਦਾ ਨਾ ਕਿ ਦਵਾ ਤੂੰ ਉੱਠੜ ਕੇ ਕੁਦਕੁਦ ਕੇ ਜਾਨੀਏ ਤੇ ਅਰ ਦਿਲ ਤੇ ਕੋਈ ਸੌਫਟ ਕਾਰਨਰ ਬਬੀ ਵਾਸਤੇ ਆ ਕੇ ਛੁਪ ਕਰ ਗਈ ਹੋ ਅੱਛਾ ਤੇ ਫਿਰ ਅਗੋ ਬੇਸ਼ਰਮ ਤੱਕੀ ਕਹਿੰਦਾ ਕਿ ਮੈਨ ਲੱਗਦਾ ਕੁਝ ਖਮੋਸ਼ੀ ਵੀ ਹਾਂ ਹੀ ਹੁੰਦੀ ਹੈ ਕਹਿੰਦੀ ਹੈ ਬੇਸ਼ਰਮ ਪਗਲੇ ਇਨਸਾਨ ਜਿਸਨ ਇਨਸਾਨ ਕਿਸ ਨਾਲ ਰਹਿੰਦਾ ਸੌਫਟ ਕਾਰਨਰ ਬਣ ਜਾਂਦਾ ਅੱਛਾ ਤੱਕੀ ਕਹਿੰਦਾ ਜੀ ਯਾਰ ਮੇਰੇ ਰਾਸ ਤੇ ਖੁੱਲੇ ਨੇ ਹੂੰ ਦੇਖਣਾ ਕੀ ਹੁੰਦਾ ਦੇਖਣਾ ਦਿਲਚਸਪ ਹੋਗਾ ਅੱਗੇ ਉਹਨੇ ਬਾਈਕ ਉੱਪਰ ਗਾਲ ਮੈ ਕਹਿਣਾ ਚਾਹੀਦਾ ਪ ਖੰਨੀ ਦਵਾ ਦਾ ਜਿਹੜਾ ਬਾਏ ਨਾ ਜਦੋਂ ਦਾ ਡਰਾਮਾ ਸ਼ੁਰੂ ਹੋਇਆ ਖੰਨੀ ਉਹਨੇ ਫੱਸੀ ਸਕੀਨੀ ਪੈਂਟ ਨਹੀਂ ਹੁੰਦੀ ਅੰਮਾ ਸਕੀਨੀ ਪੈਂਟ ਪਾ ਕੇ ਯਕੀਨ ਕਰੋ ਉਹਦਾ ਬੱਚਾ ਹਸਪਤਾਲ ਧੀ ਉੱਜੜ ਗਈ ਘਰ 'ਚ ਬਿਮਾਰੀ ਪਰੇਸ਼ਾਨੀ ਈਦ ਸ਼ਬਰਾਤ ਬੱਚੀ ਦਾ ਨਕਾ ਲੈ ਵੀ ਦਾਈ ਛਲਵਾ ਕਮੀਜ਼ ਪਾਉਂਦਾ ਕਦੀ ਕੁੜਤਾ ਪਜਾਮਾ ਪਾਉਂਦਾ ਕੱਸੀ ਪੈਂਟ ਪਾਈ ਉਹਨੇ ਬਾਏ ਨੇ ਕੱਸੀ ਪੈਂਟ ਪਾ ਕੇ ਸ਼ੁਰੂ ਕਿਸ ਤੋਂ ਲੈ ਕੇ ਇੰਨੀਆਂ ਕਿਸ਼ਤਾਂ ਆ ਗਈਆਂ ਉਹ ਕੱਸੀ ਪੈਂਟ ਲਾਂਦਾ ਹੀ ਨਹੀਂ ਉਹ ਐਡੀ ਕੱਸੀ ਦੋ ਜਵਾਨ ਬੱਚਿਆਂ ਦਾ ਬਦ ਆਇਆ ਉਹਦੀ ਕੱਸੀ ਪੈਂਟ ਲਾਦੀ ਕੋਈ ਨਹੀਂ ਮੈਨੂੰ ਮਤਾਜੋ ਦੀ ਕੱਛ ਪੈਂਟ ਆਇਆ ਕਹਿੰਦਾ ਉਮਰਾ ਕਰਨ ਚੱਲਾ ਆਂ ਬੀਵੀ ਨਾਲ ਤੂੰ ਤੇ ਕੱਸੀ ਪੈਂਟ ਲਾਂਦਾ ਕੋਈ ਨਹੀਂ ਅੰਮਾ ਤੂੰ ਕਿਸ ਤਰ੍ਹਾਂ ਹਮਰਾ ਤੇ ਰੰਗ ਤੂੰ ਤੇ ਕੱਸੀ ਪੈਂਟ ਤੇ ਨਹੀਂ ਆਦਤ ਅੰਮਾ ਚੱਲੋ ਕੋਣੇ ਪੇ ਅੱਗੇ ਬੜਤੇਨ ਬਾਤ ਕਰਤੇ ਹੈ ਅਮਾਨਤ ਕੀ ਤਾਂ ਅਮਾਨਤ ਇਸ ਹਫਤੇ ਕਿਹੋ ਜਿਹਾ ਰਹਾ ਅਮਾਨਤ ਹੋ ਅਮਾਨਤ ਅਮਾਨਾ ਡਰਾਮਾ ਜ਼ੂਨੀ ਨੇ ਕਰ ਲਈ ਖੁਦਕੁਸ਼ੀ ਹਾਂ ਮਾਰ ਕੇ ਸੁਣੀ ਜੋਨੀ ਮਸਾਹਦੀ ਮੇਰਾ ਨੋ ਡਾਇਨਾਸੌਰ ਤੇ ਲੱਖਣ ਮਾਪਦੀਆਂ ਭਈਆਂ ਬੰਦੀ ਖੁਦਕੁਸ਼ੀ ਕਰ ਲਈ ਉਸਨੇ ਪਹਿਲੇ ਮੈਂ ਦੱਸ ਡਾਇਨਾਸੌਰ ਤੇ ਬੰਦੀ ਵੀ ਕਿ ਨਹੀਂ ਜ਼ੂਨੀ ਵੀ ਕਦੀ ਜਿਹੜੇ ਜੇ ਕਰੁੰਦੇ ਨੇ ਨਾ ਨਖਤੇ ਉਹ ਸਾਰ ਦੁਨੀਆਂ ਨੂੰ ਮਾਰ ਦਿੰਦੇ ਆਪ ਹੀ ਮਾਰਦੇ ਜ਼ੂਨੀ ਨੇ ਖੁਦਕੁਸ਼ੀ ਕੋਸ਼ਿਸ਼ ਕੀਤੀ ਅਟੈਂਪਟ ਕੀ ਉਸਨੇ ਹਾਂ ਠੀਕ ਠੀਕ ਤਾਂ ਜ਼ੂਨੀ ਕੋ ਬਚਾਲਿਆ ਸਾਰਾ ਕਾਰ ਜ਼ੂਨੀ ਦਾ ਤਰੀਫ ਹੈ ਕਿਸੀ ਐਸੇ ਪੁੱਛੀ ਹੈ ਕਿਵੇਂ ਸੱਕੀ ਹੈ ਬੱਸ ਇਹ ਪੁੱਛੋ ਮੈਂ ਕਿਹੜਾ ਚੀ ਵੀ ਆਈ ਸੋ ਹਲਪ ਕਿ ਦੰਦ ਤੇ ਨਾ ਇਹਸ ਗੱਲਾਂ ਕਿ ਜ਼ੂਨੀ ਕੋਈ ਬੁੜਾ ਕਿਸ ਤਰ੍ਹਾਂ ਕਰਾਉਂ ਪੰਖੇ ਦੇ ਸਾਥ ਵੈਸੇ ਪੁੱਛ ਰਹਾ ਮੈਂ ਪੱਕੇ ਨਾ ਨਹੀਂ ਬਚਦਾ ਕੋਈ ਤੂੰ ਵੀ ਮੈਂ ਕਹਿੰਦਾ ਇਹਨੇ ਬਚਣਾ ਹੁੰਦਾ ਨਾ ਉਹ ਖਾਂਦਾ ਗੋਲੀਆਂ ਇਹਦੇ ਪੱਕੇ ਪ੍ਰੋਗਰਾਮ ਆਣ ਉਹ ਨਹੀਂ ਇਹਨੇ ਕੱਚੇ ਕੱਚੇ ਪ੍ਰੋਗਰਾਮ ਉਹ ਖਾ ਲੈਂਦੇ ਨੇ ਗੋਲੀਆਂ ਤਾਂ ਕਿਸਾਨ ਬਚਾ ਦੋ ਗੋਲੀਆਂ ਖਾ ਕੇ ਉਸਨੇ ਮੇਰੇ ਨਾਲ ਗੋਲੀਆਂ ਖਾਦੀਆਂ ਮੈਨੂੰ ਨਹੀਂ ਪਤਾ ਬਸ ਇਹ ਪਤਾ ਦੁਨੀਆ ਨੇ ਕੁਝ ਕੁਝ ਕੀ ਅੱਛਾ ਦੁਨੀਆ ਨੇ ਖੁਦਕੁਸ਼ੀ ਕੀ ਤੇ ਹੁਣ ਦੁਨੀਆ ਤਾਂ ਮਤਲਬ ਜ਼ਰਾਰ ਕੇ ਸਾਥ ਸ਼ਾਦੀ ਮੈਂ ਜ਼ਰਾਰ ਦਾ ਨਾਮ ਪਾਤਾ ਉੱਲੂ ਬਾਟਾ ਨੰਬਰ 1 ਉੱਲੂ ਬਾਟਾ ਨਹੀਂ ਉਹ ਤਾਂ ਨਹੀਂ ਉਹ ਤਾਂ ਉਹ ਤਾਂ ਅਸਲ ਜਾ ਜਾ ਇਹਨੇ ਲੈ ਲਈ ਸੀਟ ਇਨੇ ਕਾ ਕਿਉਂ ਅੱਛਾ ਤੂੰ ਉਲੂ ਬਾਟਾ ਮੈਂ ਕਿੱਥੇ ਵੱਡਾ ਉਲੂ ਬਾਟਾ ਮਹਿਰ ਨਾਲ ਵਿਆਹ ਕੀਤਾ ਹਾਲਾਂਕਿ ਮੈਨਾਂ ਪਿਆਰ ਵੀ ਕੁਛ ਨਹੀਂ ਸੀ ਪੂਰਾ ਹੀ ਪਤਾ ਚਲ ਜਾਂਦਾ ਮਹਿਰ ਇੱਕ ਪੂਰਾ ਪੱਥਰ ਸੀ ਪੱਥਰ ਬੂਰੇ ਕਾਚ ਲਗਾ ਫਿਰਦਾ ਸੀ ਐਡਾ ਐਡਾ ਨੇਕ ਪੱਥਰ ਏ ਡੈਡ ਸਟੇਟ ਵਾਲ ਵਾਲੀ ਚਾਚੀ ਨੇ ਕਿਆ ਕਹਦੀ ਅੱਜ ਤੱਕ ਹਾਲਾਂਕਿ ਮਾਵਾ ਕਹਿੰਦੀਆਂ ਹੁੰਦੀਆਂ ਨੇ ਕਿ ਅਸੀਂ ਆਪਣੀ ਔਲਾਦ ਦੇ ਵੀ ਐਸੀ ਗੱਲ ਸੁਣੀ ਹੈ ਕਿ ਅਸੀਂ ਆਪਣੀ ਔਲਾਦ ਦੀ ਵੀ ਕਸਮ ਨਹੀਂ ਖਾ ਸਕਦੇ ਬਾਬਾ ਠੀਕ ਹੈ ਤੇ ਜਿੱਦ ਡੈਸਟੇ ਬਾਅਦ ਮੈਂ ਕਹਿੰਦੀ ਮਲਕ ਸਾਹਿਬ ਨੂੰ ਕਿ ਮੈਂ ਆਪਣੀ ਕਸਮ ਨਹੀਂ ਖਾ ਸਕਦੀ ਮੈਂ ਜਿੱਡੇ ਫੈਸ਼ਨ ਕਰਨ ਤੈਨੂੰ ਪਤਾ ਮੈਂ ਕੀ ਕੀ ਕੁਸ਼ ਕਰਦੀ ਹਾਂ ਹਾਂ ਮੈਂ ਮਹਿਰ ਦੀ ਕਸਮ ਖਾ ਸਕਦੀ ਹਾਂ ਲੁਚੀਏ ਚੰਗਾ ਹੁੰਦਾ ਮਲਕ ਤੇਰੀਆਂ ਨਸਾਂ ਦਾ ਮੁੱਕਾ ਮਾਰਦਾ ਨਹੀਂ ਤੂੰ ਆਪਣੀ ਕਸਮ ਕਿਉਂ ਨਹੀਂ ਖਾ ਸਕਦਾ ਜੇ ਤੂੰ ਨੇਕਦਾਰ ਔਰਤਵੇਂ ਉਹਨੇ ਮਹਿਰ ਦੀ ਕਸਮ ਖਾ ਲਈ ਮੈਂ ਰੈਡੀ ਨੇਕਦਾਰ ਆਈ ਏ ਇਹ ਦਾ ਤੂੰ ਜ਼ਰਾਰ ਇੰਨਾ ਵਾ ਡਾਲੂ ਬਾਟਾ ਜਿਸ ਗੱਲ ਦਾ ਸ਼ੱਕ ਕਰਨਾ ਪਿਆ ਬੇਨਖਤਿਆ ਦਿਨ ਦਾ ਟੈਨ ਸੀ ਤੇਰੀ ਬੁੱਢੀ ਗਈਏ 2 ਮਿੰਟ ਲਈ ਕਮਰੇ ਚ ਉਹ ਉਹਦੇ ਨਾਲ ਉਹ ਬੱਚਾ ਆਪਣੀ ਦੋਸਤ ਨਾਲ ਵਿਆਹ ਕਰਾ ਕੇ ਲੰਡਨ ਵੀ ਚਲਾ ਗਿਆ ਠੀਕ ਹੈ ਕਿਸ ਕਾਜ਼ਾ ਕਰਨਾ ਤੇ ਮਲਕ ਸਾਹਿਬ ਨਾਲ ਆਪਣੀ بیوی ਦੇ ਸਮਝਾਣ ਤੇ ਲੈ ਕੇ ਆਏ ਨੇ ਨਾ ਉਹਨੂੰ ਇਸ ਕੋ ਇਹਨੂੰ ਮਹਿਨ ਅੱਛਾ ਜ਼ਰੂਰ ਵੱਜ ਕੇ ਬਿਸਤੀ ਕਰਦਾ ਨਹੀਂ ਨਹੀਂ ਹਲੇ ਆਪ ਹੀ ਐਸਾ ਮਲਕ ਸਾਹਿਬ ਆਪ ਕਹਿਣ ਆਏ ਨੇ ਤੇ ਜ਼ਰਾਰ ਕਹਿੰਦਾ ਬਦ ਕਰਦਾਰ ਬਦ ਕਰਦਾਰ ਔਰਤ ਦਾ ਮੈਂ ਨਾਂ ਵੀ ਨਹੀਂ ਸੁਣਾ ਚੰਦਾ ਦਫਾ ਦੂਰ ਹੋ ਜਾਓ ਮੈਂ ਨਹੀਂ ਕਰਨਾ ਇਹ ਕੁਝ कहना तू तो कर हाँ हाँ तो बात करता करदारे ना सुना अच्छा जूनी के साथ होगी जरार की शादी जूनी ने यह सारिया पता नहीं किनिया किस्तों हो गई सारिया किस्तां जूनी इको गेम जरार ने उन्हें हासिल करना है ये तो कर इंज कर यह सारा कुछ कर करा के जिंदगी की बहुत खुशी थी जरारे जिंदगी खुशी का दिन आ गया जरार वाला दसो वह एक बेवा भाभी वाला गैटअप क्यों एक टुटी भजी हल्की चुनी लैके ਇੰਨੀ ਬਕਵਾਸ ਉਹਦੇ ਕੱਪੜਿਆਂ ਦਾ ਕੀ ਬਾਲਾ ਜ਼ੂਨੀ ਦਾ ਅੱਛਾ ਜ਼ੂਨੀ ਤੇ ਅੱਜ ਚਾਹੀਦਾ ਸੀ ਦੋ ਲਹਿੰਗੇ ਪਾੰਦੀ ਦੋ ਚੁੰਨੀਆਂ ਲੈਂਦੀ ਦੋ ਦੋ ਨੱਥਾਂ ਬਾਂਦੀ 6 6 ਟਿੱਕੇ ਲਾਉਂਦੀ ਜਿੱਡੇ ਕਨੋਂ ਨੇ ਸਾਰੇ ਉਹਨੇ ਸਾਰੀਆਂ ਚਾਲਾਂ ਚੱਲੀਆਂ ਜ਼ਰਾਰ ਨੂੰ ਅਸਰ ਕਰ ਲਈ ਤੇ ਖੱਤੀਏ ਜੇ ਹਾਸਰ ਕਰ ਲਿਆ ਤੇ ਫੇਰ ਤੂੰ ਤਿਆਰ ਕਿਉਂ ਨਹੀਂ ਐਂਜ ਹੋਈ ਤਿਆਰ ਐਂਜ ਫਟਕਾਰ ਹੀ ਪਾਈ ਉਹਨੇ ਜਿੱਡੀ ਪੜੀ ਉਹ ਤਿਆਰ ਹੋਈ ਅੱਛਾ ਜ਼ੂਨੀ ਕਸਾ ਤੋ ਵਿਛਾ ਦੀ लो जी फिर चाचा जानू, हाला के सारे चाची जान हालांकि सारी गलत बाद चची जान चची कहती है वो ना बच्चा बीमार हो जाता महल चची ची काई लो अगर इसको कुछ हो जाता हम इसके बाप को क्या जवाब देते बाप बच्चे समेत माँ को कबूल करते <laughs> तो कें फिक्र पाचा फिर लैके जा बच्चे समेत मैं जरा फिर कहना कह गंदी जलील औरत मेरे को लैके आया काला मूँह तो नीले पैर करके लै जाए यह बद औरत लगा नाम मैं माफ़ नहीं करा ਖਾਲੇ ਕੇ ਦਿਨ ਦਾ ਟਾਈਮ ਸੀ ਕੇਕ ਬੰਦਾ ਪਿਆ ਸੀ ਇਹ ਦੋ ਕਮ ਰਚ ਗਈ ਸੀ ਜ਼ਰੂਰ ਦੇ ਤੂੰ ਕਾ ਬੇਫਜ਼ੂਰ ਕਹਿੰਦਾ ਮੈਂ ਨਹੀਂ ਕਰਕੇ ਕਰਨਾ ਐਸ ਡੈਮੇਜ ਸਭ ਤੋਂ ਗਲਤ ਦੋ ਕੈਰੇਕਟਰ ਨੇ ਸਮਰਾਤੇ ਰਹੀ ਦੋ ਖੂਨ ਮਾਫਾਂ ਤੇਨਨ ਮਾਫ ਮੈਂ ਕਤਲ ਕਰ ਦਮਾ ਦੋਨੋਂ ਬੇਸ਼ਰਮ ਬਗੈਰ ਤਾ ਤੇ ਪੱਗ ਲਗਾ ਦੇਵੇ ਰਹੀਲ ਨਹੀਂ 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 ਤੈ ਉਹ ਗੂੜ ਟੁਪਨੀ ਬੁੱਚੀ ਗੂੜ ਪਾਲਾ ਲੈ ਬੱਚਾ ਉਹ ਕਿ ਨਹੀਂ ਰਹੀਲ ਹਮ ਦੋਨੋਂ ਮਿਲ ਕੇ ਉਹ ਜੀ ਤੂੰ ਤੇ ਉਹ ਯਾਰ ਰਹੀ ਸ਼ਰਮ 6 ਮਹੀਨੇ ਜਿਸ ਪਿਓ ਨੇ ਆਪਣੇ ਬੱਚੇ ਦੀ ਸ਼ਕਲ ਨਹੀਂ ਦੇਖੀ ਇਹ ਜੇ ਪਿਓ ਦੇ ਉੱਤੇ ਮੈਂ ਜੁੱਤੀ ਮਾਰਨਾ ਚਾਹਾਂਗੀ ਕਾਲਾ ਮੂੰਹ ਤੇ ਨੀਲੇ ਪੈ ਫਿਰ ਦੋਨੋਂ ਖੁਸ਼ੀ ਨਾਲ ਗੱਲ ਕਰਦੇ ਦੋਨੋਂ ਕਰੈਕਟਰ ਜਿਹੜੇ ਸੀ ਉਹ ਬਿਸ਼ਰਮ ਸਮਰਾ ਕਹਿੰਦੀ ਛੜਰਾ ਨਹੀਂ ਤੇ ਉਹ ਬਗੈਰਤ ਮਾਪੇ ਦੇ ਪਿੱਛੇ ਲਾ ਕੇ ਨਾ ਵੋਟੀ ਦੇ ਬੱਚੇ ਦੀ ਖਬਰ ਨਹੀਂ ਸੀ ਲੈਂਦਾ ਅਬ ਅਗਲੀ ਕਿਸ਼ਤੋਂ ਮੇ ਦੇਖਾਂਗੇ ਕਿ ਅਬ ਕੀ ਹੋਗਾ ਕਿ ਜੈਸੇ ਹੋਣਾ ਤੇ ਆਹੀ ਮਿਲਣਾ ਜੁਨੀ ਮਰ ਜਾਏਗੀ ਜੁਨੀ ਮਰੇਗੀ ਕਿਉਂਕਿ ਅਬ ਮਹਿਰ ਕੋ ਬੱਚਾ ਵੀ ਹੋ ਗਿਆ ਨਾ ਤੇ ਮਹਿਰੂਨ ਕੋ ਖੁਲਾਲੇ ਲੱਗੀਆਂ ਨਾ ਤੇ ਕੰਦੀ ਉਹਨਾਂ ਕਾ ਸਵਾਰੀਆਂ ਗੁੱਲਾ ਹੋ ਗਈਆਂ ਉਹ ਮੈਨੂੰ ਬਾਦਕਦਾਰ ਬਾਦਕਦਾਰ ਕਹੀ ਜਾਂਦਾ ਤੇ ਮੈਂ ਕੋ ਰਿਹਾ ਕਿ ਕੀ ਕਰਨਾ ਤੇ ਜ਼ਰਾ ਨੇ ਫੈਸਲਾ ਕੀਤਾ ਮੈਂ ਇੰਤਲਾਖ ਨਹੀਂ ਦੇਣੀ ਅੱਛਾ ਕਿਉਂ ਐਡੀ ਬਾਦਕਦਾਰ ਕਾਲਾ ਮੂਨੀਲੇ ਪਰ ਮਹਿਰੂਨ ਵਾਲਾ ਕਹਿੰਦਾ ਮਨਸਾ ਦੇਣੀ ਬਾਕੀ ਹੋਣੀ ਹਾਂ ਆਈ ਥਿੰਕ ਅੱਗੇ ਬੱਧਤੇ ਹਾਂ ਬਾਤ ਕਰਤੇ ਹਾਂ ਬਾਦਸ਼ਾਹ ਬੀਗਮ ਕੀ ਤਾਂ ਬਾਦਸ਼ਾਹ ਬੀਗਮ ਕੀ ਦੂਸਰੀ ਕਿਸ਼ਤ ਕੈਸੀ ਰਹੀ

और दोनों की केमिस्ट्री भी इतनी अच्छी लग रही थी बख्तियार की की था पता नहीं कितने कि ड्रामों में दोनों साथ काम कर चुके हैं उसके बाद बच्ची रोशनारा का सीन था अपने ड्रेसिंग रूम में वो बच्ची बैठी रो रही है ना दोबारा चला गया इतना शानदार वो भी सीन था किस तरह बच्चे ने किया कि इतना सा है जहां वो बैठी है

कहने मैं अदकारी मैं चुनना मैं चीज एंज करो इसी तरह दूसरे लगता इह, साथ बैठ के मेहनत की। फिर बहुत देर से साथ अच्छा। कि उसको बनाना चाह रहे थे तो इसलिए सबकी शक्ल आई हुई है इसके पहले लगता पोस्टर बने थे सबके तो बड़ा बड़ा मेहनत से लग भी रही है अच्छा पहला सीन आया कैसर इतनी शानदार यासर से रहा है लव यू ਬਹੁਤ ਬਹੁਤ ਸ਼ਾਨਦਾਰ ਸਿਨ ਚੁਰ ਹੋਇਆ ਤੇ ਹਸਪਤਾਲ ਗਿਆ ਕੈਸਰ ਦ ਸੋ ਜਿਹੜਾ ਕੈਸਰ ਵੇ ਉਹ ਇਹਨਾਂ ਦਾ ਕਿੱਡਾ ਹੈ ਜਿਹੜੀ ਜਗ੍ਹਾ ਜਿੱਥੇ ਇਹਦੇ ਜ਼ੁਰਮਸਤਮ ਕਰਦੇ ਕਿੱਡੀ ਵੱਡੀ ਜਗ੍ਹਾ ਹੋਣੀ ਹੈ ਛੋਟੀ ਸੀ ਹੈ ਛੋਟੀ ਸੀ ਜਗ੍ਹਾ ਛੋਟੀ ਸੀ ਜਗ੍ਹਾ ਤੇੜਾ ਇੱਕ ਹਸਪਤਾਲ ਹੋਣਾ ਕਿੱਡਾ ਕਸਤਾਲ ਹੋਣਾ ਉਹ ਹਸਪਤਾਲ ਕੈਸਰ ਗਿਆ ਪਹਿਲੇ ਤੇ ਉਹਨੂੰ ਹੀ ਪਤਾ ਹੋਣਾ ਚਾਹੀਦਾ ਕਿ ਆ ਗਏ ਨੇ ਸਾਡੇ ਠੀਕ ਹੈ ਚਲੋ ਵੀ ਪਾਗਲ ਜਿਹੜਾ ਡਾਕਟਰ ਨਮਨੇ ਵਿੱਚ ਉਹਨੂੰ ਸੀ ਪਤਾ تھا ਕਿ ਮੈਂ ਕਿੱਥੇ ਗਈਆਂ ਮਾਲਕ ਆ ਗਏ ਕਿ ਨਹੀਂ ਅੱਲਾ ਇਨਾ ਡਰੋਣਾ ਉਹਦਾ ਗੈਟਅਪ ਹੈ ਪੂਰਾ ਕੈਸਰ ਦਾ ਕਿ ਖਾਮ ਖਾ ਬੰਦਾ ਪਿਛਲੇ ਵੇ ਤੇ ਆਪ ਕਹੇ ਸੀ স্মੋਕੀ ਆਇਸ স্মੋਕੀ ਆਇਸ ਅੱਜ ਆਪ ਕਹੇ دہشت ਬੜੀ ਸੀ ਮੈਂ ਡਰ ਗਈ স্মੋਕੀ ਆਇਸ ਸੀ ਨਾ ਤੋ ਉਹਦੀਆਂ স্মੋਕ ਆਇਸ ਉਹਦੀਆਂ ਸਾਫ ਕਰ ਦਿੱਤੀਆਂ ਨਾ ਬਕਾਇਦਾ ਸਾਰਾ ਉਸਦਾ ਗੈਟਅਪ ਇਸ ਤਰ੍ਹਾਂ ਹੈ ਕਿ ਅਗਰ ਇਸ ਦੇ ਸਾਥ ਬਦਤਮੀਜ਼ ਕਰੋਗੇ ਗਰੰਟੀ ਚ ਛੁਰੀ ਮਾਰ ਦੇਣੀ ਪਲੇ ਡਾਕਟਰ ਕਹਿੰਦਾ ਮੇਰੀ ਬੀਵੀ ਔਰ ਪਲੀਜ਼ ਜੇਸੀ ਨੂੰ ਗ੍ਰਿੰਪੋਸ ਜਿਓ ਦਵਾ ਬੱਤੀ ਮਿਓ ਕਲਾਉਡ ਸੀਗੋਟੀ ਜੋ ਆਰੇਂਜ ਲਿਮਿਟ ਆਪ ਇਸੀ ਨੇ ਕਰੇ ਮੈਂ ਆਪਕੇ ਬਾਤ ਨਹੀਂ ਸੁਣੂਗੀ ਬੜੀ ਜੁਨੋਚੀ ਤੇਰੀ ਫੇਲੇ ਮੈਕਾਨਿਜ਼ਮਾ ਬੰਦਾ ਬਣ ਰਹੀ ਹਈ ਆ ਕਿ ਸਰਵਰ ਦਾ ਬੰਦਾ ਹੋਵੇ ਤੇ ਮੈਂ ਵੀ ਕੰਮ ਚਾਵਾਂ ਕੋ ਉਪਰ ਅੱਜ ਤੇ ਜਾਣ ਲੈ ਗਿਆ ਮੈਨੂੰ ਪੂਰੀ ਬਹਿਸ ਕਰਦੀ ਕਿ ਨਹੀਂ ਆਪਣੀ ਕਿਸੀ ਇਮਨਿਆਦੀ ਆਪਕੇ ਦਰੂਸਕੇ ਰਵਾਈ ਤੇ ਅਲੱਗੇ ਤਰਾ ਗਾਰਡ ਤੇ ਰਿਗਾਰਡ ਕੋ ਪਸੋਰ ਵੀ ਨਹੀਂ ਹੁੰਦੀ ਇੱਕ ਪੱਕੀ ਫੜ ਕੇ ਬੈਠਾ ਹੋਣਾ ਆਪ ਕਲੀਨਿੰਗ ਦਾ ਬਾ ਮੇਗਾ ਨੀ ਬਿੱਤ ਨੀ ਗਾਰਡ ਕੋ ਬੁਲਾਤਿਆਂ ਕਹਿੰਦਾ ਠਹਿਰ ਜਾ ਫੋੜਦਾ ਕਹਿੰਦਾ ਟਿੱਕੇ ਮਾਰ ਤਾਂ ਠਾ ਕਰਕੇ ਤਾਂਜੀ ਡਾਕਟਰ ਉਹ ਕਿਹ ਅਸਰ ਸੀ ਫਿਰ ਉਹਨੂੰ ਲੈ ਗਿਆ ਆਪਣੇ ਉੱਥੇ ਅੱਛਾ ਉਹ ਲੈ ਗਿਆ ਉੱਥੇ ਉਹ ਗੱਲ ਤੇ ਆ ਬਾਅਦ ਵਿੱਚ ਆएंगे ਆਬ ਆ ਜਤਿਆਂ ਸ਼ਹਿਰ ਸ਼ਹਿਰ ਮੇ ਅਬ ਜਹਾਂ ਆਰਾ ਕਾ ਔਰ ਇਸ ਕਾ ਸੀਨ ਹੈ ਦੋਨੋ ਕਾ ਬਖਤਿਆਰ ਬਖਤਿਆਰ ਮੈਂ ਨਹਿ ਦੱਸੇ ਬਖਤਿਆਰ ਬੇਟਾ ਹਰਕਤਾਂ ਤੇਰੀਆਂ ਜਿਹੜੀਆਂ ਹੋਈਆਂ ਨੇ ਸਾਇਆ ਰੋਸ਼ਨ ਵਾਲੀਆਂ ਚੁੱਲ ਬਲੀਆਂ ਖਲੰਡੇ ਬੱਚਿਆਂ ਵਾਲੀਆਂ ਹਰਕਤਾਂ ਖਲੰਡੀਆਂ ਵਾਲੀਆਂ ਪਿਆਰ ਕਰ ਲਿਆ ਤੂੰ ਜਹਾਰਾ ਨਾ ਜਹਾਰਾ ਤੇ ਕੜੀ ਕੜਾਈ ਬੇਟਾ ਪਿਆਦਾ ਸੋਬਰ ਬੱਚੀ ਹੋਈ ਹੋਈ ਇਹ ਸੋਬਰ ਬੱਚੀ ਨਾਲ ਪਿਆਰ ਕਰ ਲਿਆ ਕੀ ਕੀਤਾ ਪਿਆਰ ਕਰਕੇ ਸੋਬਰ ਨਾਲ ਹਰਕਤਾਂ ਕਰਦਾ ਪਿਆ ਰੋਸ਼ਨ ਰਾਣ ਖੁਸ਼ ਕਰਨ ਵਾਲੀਆਂ ਅੱਛਾ ਸਾਲਗिरा ਜਹਾਰਾ ਦੀ ਠੀਕ ਹੈ ਉਹ ਬੇਟਾ ਉਹ ਬੱਚੀ ਤੇ ਕਿਸੇ ਨੂੰ ਕੰਧਾਂ ਹੀ ਟੱਕਰਾਂ ਖਾਂਦੀ ਫਿਰਦੇ ਤੇ ਅੱਖ ਨਹੀਂ ਚੁੱਕਦੀ ਵਿਚਾਰੀ ਇੰਨ ਗੁੱਸੇ ਚ ਇੰਨ ਇੰਨ ਉਹਨੇ ਪੂਰੇ ਕਾਲਜ ਪੋਸਟਰ ਲਾਤੇ ਉਹਦੀ ਹੈਪੀ ਬਰਥਡੇ ਵਿਸ਼ ਕਰਨ ਦੇ ਓ ਉਤਪਤਲਾ ਚਿਕੀ ਚਿਕਾਈ ਚਿਕਾਈ ਨਾਲ ਵਿੱਚ ਕੀਤੀ ਜਹਰ ਚੜ ਗੁੱਸਾ ਆ ਗਿਆ ਜਾਨ ਗੁੱਸੇ ਫੁੰਨ ਫੁੰਨ ਕਰਦੀ ਨਾ ਜੇ ਦਰਸ਼ਨ ਨੇ ਕੀ ਕੀਤਾ ਉਹ ਸੁਣ ਆ ਕੇ ਤੇ ਤੜਫਣੀ ਉੱਤੇ ਰੋਣ ਮੈਂ ਹੈਸ਼ਟੈਗ ਮੈਂ ਜਖਾਰਾ ਤੇ ਬਖਸ਼ ਜਖਾਰਾ ਹੈ ਨਾ ਹਾਂ ਰੋਸ਼ਨ ਉਹ ਹੈ ਰੋਸ਼ਨ ਛੋਟੀ ਹੈ ਹਾਂ ਠੀਕ ਹੈ ਤਾਂ ਉਹ ਪਿਆਰ ਤਾਂ ਉਹ ਕਰਦੀ ਉਸਦੇ ਤੇ ਪੂਰੇ ਕੌਤ ਦੀ ਤਸਵੀਰ ਲੱਗੀਆਂ ਉਸਨੇ ਦਿਖਾਈ ਤਸਵੀਰਾਂ ਨਹੀਂ ਲੱਗੀਆਂ ਹੈਪੀ ਬਰਥਡੇ ਵਿਸ਼ ਕਰਨ ਦੇ ਪੋਸਟ ਕਰ ਰਹਾ ਹੈ ਤਾਂ ਉਸ ਦਾ ਬாய்ਫਰੈਂਡ ਉਸ ਦੀ ਭੈਣ ਕੋ ਇਸ ਤਰ੍ਹਾਂ ਕਰ ਰਹਾ ਹੈ ਉਸ ਤੇ ਫੀਲ ਨਹੀਂ ਆਇਆ ਕੁਝ ਫੀਲ ਕਰਨ ਲਈ ਹੋ ਐਸ ਟਾਈਮ ਤੇ ਫੀਲ ਹੋਦੀ ਮੈਨੂੰ ਕਿਤੇ ਲੋਲਾ ਜ਼ਰਾ ਦੱਸ ਦੇ ਅੱਛਾ ਜਹਾਰਾ ਚੜ ਗੁੱਸਾ ਗਿਆ ਜਹਾਰਾ ਨਾ ਆਪਣੇ ਘਰ ਚਲੀ ਗੁੱਸੇ ਚ ਵਾਪਸ ਜਹਾਰਾ ਵਾਪਸ ਆਈ ਗੇ ਦਰਵਾਜ਼ੇ ਚ ਬਾਹਰ ਨਿਕਲੀ ਸਿਰਫ ਜਹਾਰਾ ਦੀ ਗੱਡੀ ਖੜੀ ਗਈ ਕਿਹੜੀ ਯੂਨੀਵਰਸਿਟੀ ਕਿਹੜਾ ਕਾਲਜ ਜੀ ਜੀ ਦਾ ਬਰਛੇ ਦਾ ਇੱਕ ਗੱਡੀ ਖੜੀ ਹੁੰਦੀ ਬਕਾਇਆ ਨਾਲ ਰੀਲ ਮદાન ਇੱਕ ਖੜੀ ਗੱਡੀ ਤੇ ਇੱਕ ਖੜੀ ਮੋਟਰਸਾਈਕਲ ਅੱਛਾ ਮੋਟਰਸਾਈਕਲ ਕੜੀ ਬਖਸ਼ਿਆਰ ਦੀ ਤੇ ਗੱਡੀ ਖੜੀ ਜਹਾਰਾ ਦੀ ਕਿ ਤੁਸੀਂ ਆਓ ਤੇ ਚਲੋ ਆਪਣੀ ਚਲ ਉਹ ਬੈਠੀ ਤੋਂ ਨੇ ਪਿੱਛਾ ਕਰਨਾ ਸ਼ੁਰੂ ਕਰਤਾ ਲੋ ਜੀ ਜਿਹੜਾ ਬਖਤਿਆਰ ਬੱਚਾ ਏ ਹਰ ਵਕਤ ਰੋਸ਼ਨਾਰਾ ਨਾ ਹੁੰਦਾ ਠੀਕ ਹੈ ਈਵਨ ਕੇ ਜਹਾਰਾ ਦੇ ਅੱਬੇ ਨਾ ਵੀ ਹਮ ਇਹਨਾਂ ਦੇ ਸਮਝੋ ਫੈਮਲੀ ਫਰੈਂਡ ਹੋ ਗਿਆ ਮਨ ਹੈ ਉਹਨੇ ਆ ਕੇ ਮੋਟਰਬਾਈਕ ਖੜੀ ਕੀਤੀ ਉਹਦੇ ਅੱਗੇ ਜਹਾਰਾ ਦੇ ਅੱਗੇ ਫਿਰ ਮੋਟਰਬਾਈਕ ਖੜੀ ਕੀਤੀ ਗਾੜਾ ਨੇ ਆ ਕੇ ਫੜ ਲਿਆ ਉਸ ਤੋਂ ਬਾਅਦ ਅਗਲਾ ਸੀਨ ਦਿਖਾਇਆ ਯੂਨੀਵਰਸਿਟੀ ਦੇ ਵਿੱਚ ਬੈਠੇ ਪਏ ਨੇ ਪ੍ਰਿੰਸੀਪਲ ਕਹਿੰਦਾ ਪਿਆ ਤੈਨੂੰ ਤੇ ਕੱਢ ਦੇਣਾ ਸੀ ਯੂਨੀਵਰਸਿਟੀ ਚੋਂ

ਫਿਰ ਉਹ ਯਾਗ ਆ ਕੋਈ ਮੈਨੂੰ ਸਮਝ ਨਹੀਂ ਆਈ ਕਿ ਜੇ ਬਾਪ ਨੇ ਜਿਸ ਤਰੀਕੇ ਨਾਲ ਆਪਣੀ ਬੱਚੀਆਂ ਦੀ ਪਰਵਰਿਸ਼ ਕੀਤੀ ਹੈ ਹਮ ਇੰਨਾ ਬਾਪ ਨੂੰ ਪਤਾ ਹੈ ਕਿ ਅਸੀਂ ਪਿੰਡ ਜਾਣਾ ਤੇ ਮੇਰੀ ਐਡੀ ਬੱਚੀ ਹੈ ਨਾ ਇਹਨੇ ਬਾਦਸ਼ਾਹ ਬੇਗਮ ਬਣਨਾ ਹੈ ਅੱਛਾ ਤੇ ਜੇ ਤਾਂ ਇਹ ਪਤਾ ਜੀ ਉਹ ਤੇ ਆਈ ਦਾ ਤਨਾ ਕਿਹਾ ਤੇ ਜ਼ਿਆਦਾ ਬੁਰਾ ਹੁੰਦਾ ਕਿ ਇੱਕ ਕਿਸੇ ਇਨਸਾਨ ਨੂੰ ਤੁਸੀਂ ਐਂਜ ਲਿਆ ਕੇ ਮੋੜ ਕੇ ਦੋਜ਼ਖੇ ਲਾ ਜੋ ਹਿਸਾਬ ਹੈ ਨਾ ਅਚਾ ਜੀ ਉਹਨ ਪਿੰਡ ਆ ਜਾਓ ਕੈਸਰ ਲੈ ਗਿਆ ਉਹਨੂੰ ਉੱਥੇ ਡਾਕਟਰ ਉਹਦੇ ਡਾਕਟਰ ਅਗਲੀ ਗੰਦੀ ਕੋ ਉੱਥੇ ਬਚਾਉ ਸਕਦਾ ਕਹਿੰਦਾ ਚੀਰ ਕੇ ਵੱਡ ਕੇ ਕੱਟ ਕੇ ਜਿਸ ਵਾਂ ਕੱਟ ਕੇ ਮੇਰੀ بیوی ਚ ਬੱਚਾ ਕੱਢਣਾ ਕਢੋ ਠੀਕ ਹੈ ਫਿਰ ਮੈਨੂੰ ਬੱਚਾ ਚਾਹੀਦਾ ਬੱਚਾ ਪੈਦਾ ਹੋ ਗਿਆ ਬੱਚਾ ਪੈਦਾ ਹੋ ਗਿਆ ਅਬ ਨਾ ਇੰਨਾ ਸ਼ਾਂਤ ਨਾ ਸਸਪੈਂਸ ਪਾਇਆ ਸਭ ਨੂੰ ਸਾਨੂੰ ਨਹੀਂ ਪਤਾ ਕਿ ਬੱਚਾ ਕੀ ਹੋਇਆ ਮੁਲਾਜ਼ਮਾ ਲੈ ਕੇ ਆਈ ਹੈ ਨਾ ਮuje ਲੱਗਾ ਬੱਚਾ ਨਾ ਫੌਜਾਸਰ ਆ اچھا ਮੈਨੂੰ ਅਜਿਹਾ ਲੱਗਾ ਆ ਪਤਾ ਨਹੀਂ ਕੀ ਹੈ ਕਿਉਂਕਿ ਉਹ ਆ ਕੇ ਕਹਿੰਦੀ ਕਹਿੰਦਾ ਕੀ ਹੈ ਕਹਿੰਦੀ ਪਤਾ ਨਹੀਂ ਸਰ ਪਰੇਸ਼ਾਨੀ ਦੀ ਬਾਤ ਹੈ ਤੇ ਕੈਸੇ ਨੇ ਕੀਤਾ ਕਿ ਸਭ ਨੂੰ ਪਤਾ ਚੱਲੇ ਕੁੜੀ ਉਹ ਉਸ ਵੇਲੇ ਪਟਾਖੇ ਚਲਾਉਂਦੇ कुड़ी, बेटी, बे, बे, बेटी क्या चाहता है इनके खानदान में होता ही है, अच्छा। है।, है ना बादशाह बेगम बादशाह बेगम के पास मिठाई लेके चला गया दो टोकरे लेके गया जे टोकरिया कुछ पाते इटा ही पा देते दो टोकरे लेके गया है जाके टोकरे रखे ने टोकरेरे रखे थे कहते बादशाह बेगम्फो जाने मैं मुँह मिठा करा फिर दस डायरेक्टर बचा समझ नहीं आई गलत ਅਨੇ ਪਹਿਲੇ ਇੱਕ ਟੋਕਰਾ ਫਾੜਦਾ ਕਹਿੰਦਾ ਉਹ ਫਾੜਦਾ ਇੰਜ ਕਹਿੰਦਾ ਜੀ ਕੁਝ ਵੀ ਨਹੀਂ ਹੈਗਾ ਰੱਖ ਦਿੰਦਾ ਤੇਰੇ ਦੋਨੋਂ ਟੋਕਰੇ ਸੀ ਜੇ ਦੋਨੋਂ ਜਿਵੇਂ ਉਠਾਈਦੇ ਨੇ ਇੱਕ ਚੁੱਕਿਆ ਉਹਨੇ ਇੰਜ ਇੰਜ ਕੀਤਾ ਕਿ ਉਹ ਉਹ ਕਰ ਉਹ ਬਾਕੀ ਕਸਟਮਰ ਸੀ ਦੇ ਲਈ ਇਹ ਡਾਇਰੈਕਟਰ ਬੱਚਾ ਦੱਸਿਆ ਮਕਸਦ ਕੀ ਸੀ ਉਹਨੇ ਦੇਖਿਆ ਇੱਕ ਟੋਕਰੀ ਨੂੰ ਫਾੜ ਕੇ ਕਿਹਦੇ ਕੁਝ ਨਹੀਂ ਕੋਣ ਰੱਖਤਾ ਫਿਰ ਫਿਰ ਉਹ ਦੂਜੀ ਟੋਕਰੀ ਫੜੀ ਦੂਜੀ ਟੋਕਰੀ ਫਾੜ ਕੇ ਗਿਆ ਤੇ ਛੁਰੀ ਨਾਲ ਰਸਗੁਲਾਬ ਖਾਦਾ ਫੇ ਕਹਿੰਦਾ ਫੁੱਪੀ ਤੂੰ ਵੀ ਖਾ ਲੈ ਉਸ ਦੂਜੀ ਟੋਕਰੀ ਜਿਸ ਤੇ ਰਿਕਰਸ ਗੁਲਾ ਸੀ ਉਹਨੇ ਜਦੋਂ ਟੋਕਰੀ ਰੱਖੀ ਨਾ ਲਿਆ ਕੇ ਵਾਪਸ ਪੁੱਪੀ ਨੂੰ ਖਵਾਣ ਦੇ ਬਾਅਦ ਤੋਂ ਗ੍ਰੈਂਡ ਕਲਰ ਖੜਾ ਗਈ ਜੇ ਉਸ ਟੋਕਰੀ 'ਚ ਕੁਝ ਪਿਆ ਹੁੰਦਾ ਤੇ ਟੋਕਰੀ 'ਚ ਇੱਟਾ ਹੀ ਪਾ ਦੇ ਬੇਟਾ ਤੇ ਇੱਟਾ ਅੱਛਾ ਹੈ ਕਰ ਇੱਟਾ ਹੀ ਪਾ ਦੇ ਉਹ ਚਟਾਕ ਟੋਕਰੀ ਢੀਕ ਦੀ ਨਾ ਬਾਹਰਾ ਜੀ ਹੈ ਕਿ ਡਰਾਮੇ 'ਚ ਇਹ ਦਿਖਾਇਆ ਕਿ ਉਹਦੇ ਪਿੱਛੇ ਈ ਬਾਦਸ਼ਾਹ ਬੇਗਦੇ ਪਿੱਛੇ ਖੜੀਆਂ ਨਹੀਂ ਮੁਲਾਜ਼ਮਾਂ ਨੂੰ ਕੋਈ ਪਸਤੂਰ ਨਾ ਨੇ ਅੱਛਾ ਹਾਂ ਜੀ ਕੈਸਰ ਬੇਗਮ ਉਹਦੇ ਕੈਸਰ ਪਾਸੂਲ ਕੈਸਰ ਕਹਿੰਦਾ ਨਾ ਬਾਸ਼ ਬੇਗਮ ਐਨ ਗੋਲਦਾਰੀ ਫੁੱਫੋ ਤੂੰ ਬਹੁਤ ਚਲਾਕ ਤੇ ਚਤੂਰ ਹੈਂ ਕਿਉਂ ਤੂੰ ਹਮੇਸ਼ਾ ਗਲਤ ਫੈਸਲਾ ਕੀਤੇ ਮੇਰਾ ਬਾਹ ਕਿੱਦਾਂ ਬੰਗ ਸੀ ਉਹਨੂੰ ਕੱਢ ਬਾਹ ਕੀਤਾ ਜਿਹੜਾ ਮੈਂ ਪੁਨਸਕ ਸੀ ਸ਼ਾਹ ਅਲਮ ਉਹਨੂੰ ਗੱਦੀ ਗੱਦੀ ਤੂੰ ਉਹਦੇ ਸਮੁਰਦ ਕਰ ਦਿੱਤੀ ਤੇ ਮੇਖਾ ਕਮਜ਼ੋਰ ਮੋਹਰੇ ਚੁਣਿਆ ਤੂੰ ਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਹਾਣੀ ਬੜੀ ਸਸਪੈਂਸ ਵਾਲੀ ਏ ਜਿਹੜਾ ਸ਼ਾਹ ਜ਼ੇਬ ਵੇ ਉਹਦਾ ਭਰਾ ਆ ਜਾਂ ਮੁਰਾਦ ਵੇ ਇਨਾਂ ਦਾ ਵਿਆਹ ਆ ਹੁੰਦਾ ਇਨਾਂ ਦਾ ਇੱਕ ਬੱਚਾ ਹੁੰਦਾ ਉਹ ਵੀ ਬਾਦਸ਼ਾਹ ਬੇਗਮ ਬਣ ਜਾਂਦਾ ਇਨਾਂ ਵਿਚਾਰੇ ਬਾਦਸੀ ਬਾਦ ਵਿਆਹ ਕਿ ਨਹੀਂ ਹੋਏ ਇੱਕ بڑا ਸਸਪੈਂਸ ਹੈ ਇਹ ਖੁੱਲੇਗਾ ਕਿ ਇਨਾਂ ਦਾ ਵਿਆਹ ਕਿਉਂ ਨਹੀਂ ਹੋਇਆ ਬਾਦਸ਼ਾਹ ਬੇਗਮ ਜਿਹੜੇ ਉਹ ਵੀ ਬਾਦਸ਼ਾਹ ਬੇਗਮ ਹੈ ਅਗਲੀ ਆ ਦਿਨ ਬਾਦਸ਼ਾਹ ਬੇਗਮ ਬਣ ਗਈ ਉਹ ਬਾਦਸ਼ਾਹ ਦੀ ਸ਼ਾਦੀ ਨਹੀਂ ਹੋਈ ਬਾਦਸ਼ਾਹ ਬੇਗਮ ਵਿਚਾਰੀ ਕਮਾਨਾ ਕੁੜ ਕੁੜ ਕੇ ਵਿਚਾਰੀ ਟੀਲੇ ਜੀ ਦੀ ਜਾਨ ਬਾਦਸ਼ਾਹ ਦੀ ਸ਼ਾਦੀ ਆਪਣੀ ਨਹੀਂ ਹੋਈ ਵੀ ਹੈ ਅਭੀ ਸ਼ਾਦੀ ਨਹੀਂ ਹੋਤੀ ਮੇਰਾ ਬਾਦਸ਼ਾਹ ਬੇਗਮ ਦਾ ਵਿਆਹ ਨਹੀਂ ਹੁੰਦਾ ਅੱਛਾ ਉਹ ਬਾਦਸ਼ਾਹ ਬੇਗਮ ਟੀਲੇ ਵਰਗੀ ਜਾਨ ਬਾਦਸ਼ਾਹ ਬੇਗਮ ਵਿਚਾਰੀ ਸੁੱਕੀ ਸੜੀ ਤੇਰੀ ਬਾਸ਼ਾ ਬੇਗਮ ਕਹਿੰਦੀ ਕਿ ਸਰ ਤੂੰ ਕੀ ਸਮਝਣਾ ਹੈ ਕਿ ਮੈਂ ਸੁੱਕੀ ਸਣੀ ਆ ਦਿਮਾਗ ਤੇ ਮੇਰਾ ਬਹੁਤ ਸ਼ਾਰਪ ਹੈ ਕਹਿੰਦੀ ਤੇਰੀ ਜਿਹੜੀ ਬੱਚੀ ਪੈਦਾ ਹੋ ਗਈ ਨਾ ਉਹਨੂੰ ਮੈਂ ਨਾਈ ਤੋਂ ਹੀ ਕਰਾਂਗਾ ਉਹਦਾ ਕੀ ਕਾ ਕਰਾਂਗੀ ਤੋਂ ਜੇ ਨਾਈ ਤੋਂ ਹੀ ਕਰਾਵਾਂਗੀ ਮੈਂ ਤੇ ਆ ਕੇ ਤੇ ਨਹੀਂ ਕਰਾਂਗੀ ਹੁਣ ਕਰਨਾ ਕਿ ਕੈਸਾ ਨੇ ਕੈਸਾ ਨਾਲ ਕਿਸੇ ਵੀ ਮੁਲਾਜ਼ਮਤ ਬੱਚੀ ਫੜ ਕੇ ਬੱਚੀ ਦਾ ਹੋ ਜਾਣਾ ਉਸੇ ਤਰ੍ਹਾਂ ਹਾਂ ਇਹੀ ਕਰੇਗਾ ਬਕਾਇ ਇਸ ਵਾਲੀ ਐਪੀਸੋਡ ਮੇ ਫਰਾਂਕ ਇਤਨਾ ਕੁਛ ਕੰਮ ਨਹੀਂ ਥਾ ਬਕਾਇ ਬੱਚਾ ਜੋ ਮੁਰਾਦ ਹੈ ਉਹ ਵੀ ਬਹੁਤ ਸ਼ਾਨਦਾਰ ਵਿਲਨ ਬਣਾਵਾ ਹੈ पूरा भी बहुत शानदार सब सबका काम आगे बढ़ते आगे बढ़ते हैं बात करते हैं बदजात की तो बदजात इस हफ्ते कैसा रहा बदजात ड्रामा इतना मजा आ रहा है बिया की और वली के प्यार के सीनों का ओहो। मुझे जो वली का करेक्टर है ना मुझे इस तरह के करेक्टर बड़े अच्छे लगते हैं अफसानवी से किस्सी ला सत्या फिर उसको प्यार हो जाता है गुस्सा कर ਕਿਧਰ ਮੂੰਹ ਕਰਕੇ ਲੈ ਹਲਕਾ ਕਾਸ ਦਾ ਬੜਾ ਸੋਹਣਾ ਲੱਗਦਾ ਬੀਆਂ ਪਿਛਲੇ ਪਤਾ ਨਾ ਗੋਲੀ ਚੱਲੀ ਸੀ ਹਾਂ ਬੀਆਂ ਨਾ ਡਰ ਗਈ ਨਾ ਡਰ ਕੇ ਬੀਆਂ ਖੁਸ਼ ਨਹੀਂ ਕਰਨ ਦੇ ਬੀਆਂ ਬੈੱਡ ਤੇ ਬੈਠੀ ਹਰ ਟਾਈਮ ਖਾਬ ਚ ਨਹੀਂ ਦਾ ਨਿਆਲ ਆਂਦਾ ਕਮਰੇ ਚ ਪੁੱਛਣ ਦਾ ਨਿਆਲ ਭਾਈ ਮੈਨੂੰ ਬਹੁਤ ਡਰ ਲੱਗਦਾ ਬੋਲੀ ਮੈਨੂੰ ਮਾਰ ਦੇਗਾ ਮੈਨੂੰ ਬਚਾ ਲੋ ਉਹ ਕਹਿੰਦਾ ਨਹੀਂ ਕੁਛ ਨਹੀਂ ਤਬੀਅਤ ਨਾ ਡਰੋ ਬੋਲੀ ਕਹਿੰਦਾ ਹੁਣ ਮੈਂ ਸੌਰੀ ਕਰ ਲਵਾਂ ਹਾਂ ਬਲੀ ਨਾ ਬੀਆਂ ਨਾ ਸੌਰੀ ਕਰਨ ਲੱਗਦਾ ਉਹ ਨਾ ਉਸ ਦਾ ਹੱਥ ਇਸ ਪਕੜਾ ਉੱਪਰ ਤੋਂ ਨਾ ਆ ਜਾਂਦਾ ਉਹ ਦਾਨਿਆ ਤੇ ਦਾਨਿਆ ਦੀ ਦਾਨਿਆ ਕਹਿੰਦੇ ਇਹ ਕੀ ਕਰਨਾ ਮੈਂ ਕੁਝ ਦਾਨ ਨਾਲ ਇਲਜ਼ਾਮ ਲਾਉਣਾ ਕਿ ਤੂੰ ਗਲਤ ਐਕ ਕਰਨਾ ਕਿਸ ਕੁਝ ਉਹਦੇ ਵਿੱਚ ਫਿਰ ਨੰਤਾਨਾ ਮਾਰਦਾ ਕੰਦੇ ਖੋਹਦਾ ਮੈਨੂੰ ਸਮਝ ਨਹੀਂ ਆ ਜਿਹੜਾ ਮੇਰਾ ਬੱਚਾ ਵਲੀਏ ਇਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਪੂਰੇ ਡਰਾਮੇ 'ਚ ਅੱਲਾਓ ਬੱਚੇ ਦੇ ਨਾਲ ਤੇ ਉਹਦੀ ਅੰਮੀ ਤੇ ਉਹਦੀ ਭੈਣ ਤੇ ਤਵੇ ਡਰਾਮੇ ਕਹਾਣਾ ਹੈ ਬਦਸਾਤ ਅੱਛਾ ਬਦਸਾਤ ਕਿਉਂਕਿ ਉੱਤੇ ਹਰ ਕਿਸ਼ਤ ਚੋਂ ਨਿੱਕ ਤਾਨਾ ਜ਼ਰੂਰ ਪੈਂਦਾ ਹੈ ਉਹਦੀ ਅੰਮੀ ਦਾ ਤੇ ਮੈਨੂੰ ਸਮਝ ਨਹੀਂ ਆਈ ਬਲੀ ਬਟਾ ਤਾਂ ਆਪਣੇ ਜ਼ਾਬ ਕਿਉਂ ਛੇੜਿਆ ਤੇ ਇਹਦੀ ਜਿਹੜੀ ਬਲੀ ਦੀ ਮਾਂ ਐ ਮੈਂ ਰਾਇਟਰ ਨੂੰ ਪੁੱਛਿਆ ਚੰਨੀ ਆ ਬੇਟਾ ਰਾਇਟਰ ਜਿਹੜੀਆਂ ਜਿਹੜੀਆਂ ਨਾਇਕਾ ਹੁੰਦੀਆਂ ਨੇ ਨਾ ਹਾਂ ਨਾਇਕਾ ਨਾਇਕਾ ਮਤਲਬ ਅੰਮੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਸਰਪ੍ਰਸਤ ਹਾਰਾ ਨਾਇਕਾ ਜਿਹੜੀਆਂ ਨੇ ਮਰਦੀਆਂ ਮਰ ਜਾਂਦੀਆਂ ਨੇ ਐਂਡ ਤੱਕ ਕਪੜਾ ਮੇਕਅਪ ਹਾਂ ਆਪਣਾ ਲੁਚਪੁਣਾ ਛੱਡਦੀਆਂ ਨਹੀਂ ਉਹ ਮਰਦੀਆਂ ਮਰ ਜਿੰਦੇ 100 ਸਾਲ ਉਮਰ ਉਹ ਇੰਦੋਂ ਨੋਹ ਪਾਲ ਨਹੀਂ ਲਾਣੀ ਪੂਰੀ ਤਿਆਰੀ ਕਰਨੀ ਬਰੀਕ ਪਵਾ ਬਣਾਉਣੀਆਂ ਉਹਨਾਂ ਨੇ ਜਿਹੜੀ ਬਲੀ ਦੀ ਮਾਂ ਐ ਹਰ ਟਾਈਮ ਮਨੇ ਰਾਜ ਕੇ 12 ਮਾਲ ਮੇਕਅੱਪ ਆ ਡੇ ਡੇ ਚੋੜੇ ਉਹਨੇ ਸੈਟ ਜਿਹੜੀ ਲੈਲਾ ਮਾਂ ਐ ਨਾਇਕਾ ਹਾਂ ਤਾਂ ਆਪ ਨੂੰ ਤੇ ਅਸੀ ਹੋਣਾ ਚਾਹੀਏ ਸੁਣ ਤੇ ਲੈ ਬੇਟਾ ਹਰ ਟਾਈਮ ਉਹਦੀ ਸਿਰ ਤੋਰ ਤਿਆਰੀ ਹੁੰਦੀ ਸਿਰ ਤੋਰ ਤਿਆਰੀ ਕਰਕੇ ਕੀ ਕਰਦੀ ਚੋਕਦਾਨ ਬਸ ਖਾ ਕੇ ਆਪਣਾ ਦਿਲ ਖੁਸ਼ ਕਰਦੀ ਕੀ ਕਰਦੀ ਓ ਤੇ ਐਡੀ شریف ਦਵਾਈ ਉਹਦੀ ਸਵਾਇਵ ਵਾਲੀ ਲੇ ਕੋ ਦੂਸਰੀ ਗੱਲ ਹੀ ਨਹੀਂ ਕਰਦੀ ਅੱਛਾ ਜਿਹੜੀਆਂ ਅੰਜੀ ਜੀ ਉਹ ਕਹਿੰਦੇ خود ਹੀ ਸਮਝੋ ਕਿਆ ਕਰਦੀ ਹੈ ਜੋ ਇਸ ਤਰ੍ਹਾਂ ਕੀ ਔਰਤਾਂ ਹੁੰਦੀਆਂ ਹੈ ਅੱਛਾ ਇਹਦੇ ਆਪਣੇ ਖਾਵਾਂ ਦਾ ਵੀ ਤਿਆਹੀ ਸੀ ਉਹਨੇ ਕਹਿੰਦੀ ਤੂੰ ਛਰੀ ਬਣ ਜਾ ਆਬ ਹਰ ਵਕਤ ਉਹ ਕਹਿੰਦੇ ਖੁਦ ਹੀ ਸੋਚੋ ਕਿਆਰੀ ਕਰ ਕਿਉਂ ਕਿਆ ਕਰਦੀ ਰਹਤੀ ਹੈ ਅੱਛਾ ਕਿਉਂਕਿ ਹਾਟੇ ਮੈਨੂੰ ਨਹੀਂ ਡਰਾਂਦੀ ਨਾ ਕਿ ਬਲੀ ਨੇ ਸਹਾਂ ਕਰ ਦਿੱਤਾ ਹੈ ਬਲੀ ਨੇ ਸਾਰਿਆਂ ਚ ਕੀਤਾ ਹੈ ਸਾਰਾ ਖੱਚਾ ਇੱਕ ਇੱਕ ਦੀ ਬਲੀ ਕਰ ਰਹਾ ਹੈ ਤੇ ਮਾਂ ਸਾਰੀ ਸਿਰ ਤੋਂ ਪੈਰ ਤਿਆਰੀ ਕਰਕੇ ਕਰਦੀ ਕੀ ਹੈ ਐਨੇ ਆਪ ਕਹਿ ਰਹੀ ਨਾ ਕਿ ਮੈਨੇ ਫਿਲਮ ਮੇ ਮੇਰੇ ਹੀ ਰਵਨ ਦਾ ਚਾਂਸ ਮਿਲ ਗਿਆ ਤੇ ਮਾਂ ਮਨਾ ਕਰਦੀ ਪਈਏ ਤੇ ਕਹਿੰਦੀ ਐ ਰਾਇਟ ਨੇ ਕੀ ਦਿਖਾਇਆ ਜਿਹੜੀਆਂ ਜਿਹਦੀਆਂ ਦੀਆਂ ਉਹ ਤੇ ਸਾਨ ਬੰਦੀਆਂ ਹੀ ਨਹੀਂ ਆਪਣੀ ਧੀ ਦਾ ਹੀ ਨਾ ਕਰਨਾ ਚਾਹੀਦਾ ਨਾ ਬੇਟੀ ਕੋ ਵੀ ਕਰਤੀ ਫਿਰ ਆ ਗਿਆ ਨਾ ਉਹ ਉਸ ਤਰ੍ਹਾਂ ਮਤਲਬ ਹਾਂ ਜੋ ਵੀ ਬੇਟਾ ਹਾਂ ਲਾ ਕੇ ਬੇਟੀਆਂ ਬਾਅਦ ਵਾਰ ਕਹਿੰਦੀ ਨਹੀਂ ਕਰਨ ਤਾਂ ਮਾਵਾ ਕਹਿੰਦੇ ਸਰਾ ਕਰ ਉਹ ਹੁਣ ਸਮਝਾਉਂਦੀ ਇੱਕ ਵਲੀਆਂ ਚ ਗਰੇ ਗਾਵਾ ਕਿ ਹੁਣ ਜਿਹੜੀ ਹੋਣੀ ਅੱਗੇ ਬਦਸੀਆਂ ਨੇ ਐ ਨਹੀਂ ਕਹਿੰਦੀ ਕਿ ਮੈਂ ਨਾ ਇਹ ਕਰ ਲੈਣੀ ਨਾ ਫਿਲਮ ਸਾਈਨ ਮੈਂ ਬਾਹਰ ਜਾਵਾਂਗੀ ਮੈਂ ਬਰਨ ਕਮਗ ਮੈਂ ਪੜਨ ਵਾਸਤੇ ਬਾਹਰ ਚਲੀ ਹਾਂ ਤੇ ਮੈਂ ਮੈਂ ਕਹਿੰਦੀ ਉਹ ਘਰ ਛੱਡ ਕੇ ਚਲੀ ਗਈ ਉਹ ਅੱਛਾ ਐ ਨਹੀਂ ਉਪਨੀ ਮਾਂ ਕਹਿੰਦੀ ਰਹਿਤ ਵਲੀ ਦੇ ਘਰ ਚ ਮੈਂ ਤੇ ਆਪਣਾ ਘਰ ਲੈਣ ਲੱਗਿਆ ਮੈਂ ਸ਼ਾਨ ਉਹ ਥੇ ਰਵਾਂਗੀ ਕਾਲਾ ਮੂ ਤੇ ਨੀਲੇ ਪੈਰ ਤੇ ਵਲੀ ਨੇ ਪਤਪਾ ਨਹੀਂ ਕਿਸ ਦੁੱਖੋਂ ਆਪਣੀ ਮਾਂ ਜਿਹੜੀ ਲੈਲਾ ਸੀ ਨਾਂ ਤਨ ਬਚਪਨ ਜਿਹੜਾ ਪਿਆਰ ਦਿੱਤਾ ਉਸ ਨੂੰ ਛੱਡਿਆ ਕਿਉਂ ਨਹੀਂ ਤੂੰ ਅੱਛਾ ਜਿਉਣਾ ਆਯੋ ਵਲੀ ਦੇ ਘਰ ਵਲੀ ਦੇ ਘਰ ਹਾਂ ਅਮ ਜਿੰਦਗੀ ਮੇ ਵੀ ਮੈਂ ਇਹ ਵਾਲੀ ਬਾਤ ਕਹਿੰਦੀ ਹਾਂ ਕਿ ਜਿਨ ਬੱਚੋਂ ਕੀ ਮਾਂ ਪੜ੍ਹੀ ਲਿਖੀ ਹੁੰਦੀ ਹੈ ਨਾ ਉਹ ਮਾਂ ਪੜ੍ਹੀ ਲਿਖੀ ਹੋ ਉਹ ਬੱਚੋਂ ਕੇ ਬੜਾ ਮਤਲਬ ਹੁੰਦਾ ਹੈ ਕਿ ਦੁਨੀਆ ਕਈਆਂ ਪਤਾ ਨਹੀਂ ਦਾਦੀਆਂ ਵੀ ਪੜ੍ਹੀਆਂ ਹੋਣਗੀਆਂ ਅਬ ਇਸਮੇ ਵਲੀ ਦਾ ਘਰ ਜੋ ਹੈ ਨਾ ਵਲੀ ਕੀ ਜੋ ਆ ਜਿਹੜਾ ਅਮੀਰਾਂ ਵਾਲਾ ਘਰ ਦੇ ਵਲੀ ਦੀ ਅੰਮੀ ਤੇ ਵਲੀ ਦੀ ਚਾਚੀ ਹਰ ਵਕਤ ਮੇਕਅਪ ਕਰਕੇ ਸਾਰੀਆਂ ਪਾ ਕੇ ਇੰਜ ਤਿਆਰ ਹੁੰਦੀਆਂ ਨੇ ਜਿਹਦਾ ਹਿਸਾਬ ਕੋਈ ਨਹੀਂ ਠੀਕ ਹੈ ਇੰਨੀਆਂ ਤਿਆਰ ਜਿਹੜੀਆਂ ਮਾਵਾਂ ਤੁਸੀਂ ਯਕੀਨ ਕਰੋ ਕਦੀ ਮੇਰੇ ਘਰ ਆਣਾ ਕਿਪਕੇ ਨਾ ਤੁਸੀਂ ਆਣਾ ਤੁਸੀਂ ਚੀਕ ਮਾਰੋਗੇ ਮਾਂ ਕੇ ਨੌਕਰਾਂ ਨਹੀਂ ਮੇਰਾ ਐਡਾ ਭੈੜਾ ਹੁਲ ਗਿਆ ਹੁੰਦਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਦੀ ਮੈਂ ਚੀਜ਼ਾਂ ਮਿਲਦੀਆਂ ਨਹੀਂ ਪਾਈਆਂ ਹਾਂ ਬੁਰੇ ਹਾਲਪੋਂ ਕਿ ਨਾਸਾਂ 'ਚ ਮੇਰੇ ਵਾਲ ਪੇ ਹੁੰਦੇ ਨੇ ਇਹ ਸ਼ਰ ਹੁੰਦਾ ਸਭ ਲੋ ਹਮ ਇਸ ਤੇ ਮੋਸਤੇਸੀ ਹੁੰਦੇ ਨੇ ਕੈਜੂਅਲ ਹੁੰਦੇ ਨੇ ਤੇ ਜਿਨ੍ਹਾਂ ਦੀਆਂ ਮਾਮਾ ਘਰ 'ਚ ਤਿਆਰ ਹੁੰਦੇ ਨੇ ਜੀਆਂ ਸੀਰ ਤੋਂ ਫੈਰ ਉਹ ਬੜੇ ਅਮੀਰ ਲੋਕ ਹੁੰਦੇ ਨੇ ਉਨ੍ਹਾਂ ਘਰ ਮਲਾਜ਼ਮਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਨੇ ਹਾਂ ਹਾਂਜੀ ਤਿਹਾੜ ਜਿਹਨੇ ਸਵੇਰੇ ਉੱਠਦੇ ਸਾਰ ਸਾਰੀਆਂ ਪਾਣੀਆਂ ਨੇ ਇੰਨੇ ਤਿਆਰ ਹੋਣਾ ਨੌਕਰੀ ਹੁੰਨ ਤੇ ਸਾਰੀਆਂ ਤਿਆਰੀਆਂ ਹੁੰਦੀਆਂ ਨੇ ਉਸ ਘਰ 'ਚ ਇੱਕ ਪਰਵੀਨ ਹੈ ਇੱਕ ਪਰਵੀਨ ਵਾਸਤੇ ਉਹ ਵੀ ਅਸੀਂ ਬੜੀ ਮੁਸ਼ਕਿਲਾਂ ਦੇਖਨੇ ਆ। ਵਲੀ ਬੱਚਾ ਰਾਤ ਨੂੰ ਘਰ ਆਇਆ। ਠੀਕ ਹੈ। ਵਲੀ ਜਿਹਦੀ ਮਾਂ ਲੈਲਾਏ ਜਿਹਦੇ ਘਰ ਦਾ ਮਹਾਨਾ ਖਰਚ 5 ਕ ਲੱਖ ਹੋਏਗਾ ਜਿੱਡਾ ਵੱਡਾ ਘਰ ਉਹਨੇ ਮਾਂ ਨੂੰ ਲੈ ਕੇ ਦਿੱਤਾ। ਜਿੱਦੀ ਮਾਂ ਜੁਐਲਰੀ ਤੇ ਮੇਕਅਪ ਕਰਦਗੀ। 5 ਲੱਖ ਰੁਪਏ ਮਹੀਨਾ ਜ਼ਿੰਦਾ ਪੈ ਦਸਨਾਂ ਦਾ ਘਰ ਲੋਕਾਂ ਦਾ ਕੀ ਸਾਹਿਬ ਹੈ ਵਲੀ ਆਇਆ। ਕਿਚਨ ਚ ਆ ਕੇ ਮਾਂ ਸੱਤਿਆ ਜਾਵੇ। ਸਵੇਰ ਦੀ ਪਈ ਡਬਰੋਟੀ। ਅਮਾ ਠੰਡੀ ਠਾਹ ਡਬਰੋਟੀ ਫੜੀ। ਜਾਮ ਫੜਿਆ। ਉਹ ਤੇ ਬੀਆ ਮਜੂਸੀ ਕਿਚਨ ਚ ਠੀਕ ਹੈ ਚਾਹ ਵੀ ਆਨੇ ਬਣਾ ਦਿੱਤੀ ਠੀਕ ਹੈ ਜਿਹੜਾ ਨੇ ਸਲਾਈਟ ਡਬੋੜ ਬੋਕ ਨੂੰ ਸਿੱਕ ਕੇ ਸੇ ਮੀਂਦੇ ਸਾਕ ਚਾਹ ਚ ਡਬੋ ਕੇ ਖਾਦੇ ਇਕਦਾਂ ਮੀਰ ਮੁੰਡਾ ਜਿਹਦੇ ਘਰ ਚ ਸਾਰਾ ਕੁਝ ਹੈ ਸਿਸਟਮ ਹੈ ਸਾਰੇ ਕਪੜੇ ਲਾਂਡਰੀ ਚ ਜਾਂਦੇ ਨੇ ਉਹਨਾਂ ਦੇ ਧੋਣ ਲਈ ਤੇ ਇਸਤਰੀ ਕਰਨ ਲਈ ਤੇ ਬੱਚਾ ਚਾਹ ਡਬੋ ਖਾਂਦੇ ਕਿ ਨੌਕਰ ਹੀ ਨਹੀਂ ਕਾ ਜਿਹੜਾ ਮਾਲਕ ਨੂੰ ਕਹਿੰਦਾ ਚਾਹ ਬੀਆ ਦੇਤੀ ਕਹਿੰਦਾ ਮੈਂ ਕਿਨੇ ਦੇਣਾ ਕੁਝ ਕਹਿੰਦਾ ਕੁਝ ਬਣਾ ਦੂ ਕਹਿੰਦਾ ਨਹੀਂ ਮੈਂ ਤੇ ਆਦਤ ਐ ਇੰਜ ਏਡਾ ਦੁਖੀ ਕਿਉਂ ਰਾਤ ਜਿਹੜੇ ਮਰਜ਼ੀ ਆਵੇ ਖਾਨ ਸਾਹਿਬ ਆਵੇ ਮਾਲਕ ਨੂੰ ਖਾਣਾ ਦੇਵੇ ਸੋਹਣਾ ਗਰਮ ਕਰਕੇ ਬੇਟਾ ਜੀ ਮਾਲਕ ਕਹਿੰਦਾ ਸਵੇਰ ਦੀਆਂ ਡੱਬੋ ਰੋਟੀਆਂ ਖਾਣ ਲਿਆ ਆਮਲਾ ਕੇ ਆ ਚਲੋ ਜੀ ਉਸ ਬਹਾਨਾ ਵਿਆਹ ਦਾ ਸੀਨ ਆ ਗਿਆ ਲੋ ਬੀ ਆ ਇੱਕ ਗਰੀਬ ਬੱਚੀ ਹੈ ਤੇ ਇੱਕ ਇਗਤਿਮ ਬੱਚੀ ਹੈ ਐਡੇ ਮਹਿੰਗੇ ਕੱਪੜੀਓ ਨੇ ਪਾਈ ਜਿਦ ਤਸਾਹ ਕੋਈ ਨਹੀਂ ਮਹਿੰਗੇ ਕੱਪੜੇ ਪਾ ਕੇ ਲੋ ਜੀ ਵਿਆਹ ਦਾ ਫੰਕਸ਼ਨ ਹੋ ਗਿਆ ਸ਼ੁਰੂ ਵਿਆਹ ਦਾ ਫੰਕਸ਼ਨ ਹੋ ਗਿਆ ਤੇ ਪੂਰੇ ਵਿਆਹ ਦੇ ਚੱਲ ਗਿਆ ਇਹ ਵੀ ਆ ਵਿਆਹ ਆਪਣਾ ਫਰਾਗ ਆਪਾਂ ਨੱਚਣ ਲਈ ਉਹ ਫਰਾਂਕ ਪਾਪਾ ਕਰਨ ਚੰਡਈ ਤੇ ਜਿਹੜਾ ਦਾਨਿਆ ਲੁੱਚਾ ਉਹਦੀ ਵੀਡੀਓ ਬਣਾਉਣ ਡਿਆ ਹੂੰ ਵੀਡੀਓ ਬਣਾਉਣ ਡਿਆ ਤੇ ਉਹਦੇ ਬਾਅਦ ਕੀ ਹੁਣ ਆਬ ਇਹ ਮਾਈਓ ਕਾ ਸੀਨ ਹੈ ਮਾਈਓ ਦਾ ਸਾਰੇ ਮਾਈਓ ਲਾਂਡੇ ਨੇ ਇਹ ਮਾਈਓ ਲਾਂਲਾਂ ਚ ਮੈਂ ਸਿਰਫ ਹੈ ਡਾਇਰੈਕਟਰ ਬੱਚਾ ਦੱਸੇ ਸੁੱਕੀ ਪਲੇਟ ਹਲਦੀ ਵਾਲੀ ਸੁੱਕੀ ਪਲੇਟ ਦੀ ਕੀ ਠੁਕ ਬਣੀ ਚੰਗੀ ਪਰਾ ਖਾਣ ਦਾ ਪੀਣ ਦਾ ਸਿਲਸਾ ਚੱਲਦਾ ਪਿਆ ਬੀ ਆ ਗਈਏ ਬੀਆ ਨੇ ਬੋਤਲ ਰੱਖ ਕੇ ਸੁੱਕੀ ਪਲੇਟ ਵਿੱਚ ਪਾਊਡਰ ਪਿਆ ਹੋਇਆ ਹਲਦੀ ਪਾਊਡਰ ਫੜਿਆ ਤੇ ਠਾ ਸਾਰਾ ਬਲੀ ਦੇ ਸੜਦਾ ਉਹ ਬਲੀ ਦੇ ਟੱਕਰ ਲੱਗੀ ਨਾ ਟੱਕਰਾਂ ਬਹੁਤ ਲੱਗੀਆਂ ਬੀਆਨ ਤਕਰੀਬਨ 600 ਟੱਕਰਾਂ ਲੱਗੀਆਂ ਹਰ ਇੱਕ ਮੌਕੇ ਦੇ ਅਸੀਂ ਜਿੰਦਗੀ ਵਿੱਚ ਬੁੱਢੇ ਹੋ ਗਏ ਤਰਜ਼ ਦੇ ਕੰਸਰਟੀਫਿਕੇਟਸ ਨਾਲ ਟੱਕਰ ਲੱਗ ਜਾਂਦੀ ਐਂਜੀ ਟੱਕਰ ਲਾਦਿਆਂ ਤੇ ਐਂਜੀ ਹੀਰੋ ਫੜ ਲੈਂਦੇ ਨੇ ਅੱਛਾ ਬਹੁਤ ਟੱਕਰਾਂ ਲੱਗੀਆਂ ਬਾਰ ਬਾਰ ਉਹਨੇ ਫੜਿਆ ਉਹਨਾਂ ਤੇ ਉਹਨਾਂ ਐਂਜ ਕਰਕੇ ਛਿੜਦੀ ਪਲੇਟ ਤੇ ਸਾਰਾ ਬੂਰਾ ਕੱਕਾ ਹੋ ਗਿਆ ਬਾਲੂ ਬਣ ਗਿਆ ਉਹ ਬੀਆ ਪੱਤੀ ਨੂੰ ਕੰਬਦੀ ਆ ਬੀਆ ਬਹੁਤ ਮਸੂਮਦੀ ਲਗਾਈਏ ਉਹਨੂੰ ਬਾਲੂ ਬਣਾ ਕੇ ਆਪ ਨੂੰ ਸੋਣੀਆਂ ਮਾਇਆਂ ਨਾਲ ਸਮਾਕਰ ਲਾ ਫੇ ਫੁੱਲ ਖਾਦੀ ਖੇੜਦੀ ਪਤਾ ਹੀ ਨਹੀਂ ਕਿ ਮੈਂ ਬਲੀਦਾਨ ਖਰਜੋ ਕੀਤਾ ਬਲੀ ਮੇਰਾ ਕੀ ਸ਼ਰ ਕਰੇਗਾ ਸਾਰੀਆਂ ਰਸਮਾਂ ਕਰਨ ਲਾਪੀ ਬੀਆ ਸੋਰੀ ਮੈਂ ਬੀਆ ਕਹਿੰਦੀ 12.5 ਸਾਲ ਦੀ ਸੋਰੀ ਬੀਆ 6 ਸਾਲ ਦੀ ਸਾਢੇ 12 ਸਾਲ ਬੱਚ ਕੇ ਫੇਰ ਸੰਸ ਹੁੰਦੀ ਏ 6 ਸਾਲ ਬੱਚਾ ਬਾਲ ਕੀ ਕਰਦਾ ਆ ਬੀਆ ਜਿਹੜੀ ਹੈ ਨਾ ਇਹਨੂੰ ਲਾਦਾ ਰਹਾਤ ਨੂੰ ਮਜ਼ਦੂਰੀ ਕਰਦੀ ਏ ਜਿੱਥੇ ਹੁੰਦਾ ਤੇ ਸੋ ਜਾਂਦੀ ਏ ਸੀ ਨੇ ਲੈਬੇਰ ਦੀ ਸੁੱਤੀ ਪਈ ਏ ਰਸਾਲਾ ਰੱਖ ਕੇ ਦੁਪੱਟਾ ਡਿੱਗਿਆ ਪਿਆ ਬਲੀ ਦੁਪੱਟਾ ਸਹੀ ਕਹਾਗਾ ਅੱਖ ਖੁੱਲ ਜਾਂਦੀ ਇਕਦਮ ਬੋਲਣ ਵਾਲੀ ਤੇ ਬਲੀ ਕਹਿੰਦਾ ਚੁੱਪ ਹਾਂ ਰੋਮੈਂਟਿਕ ਸੀ ਹਾਂ ਠੀਕ ਹੈ ਬੱਚੇ ਕੀ ਕਰਦੇ ਨੇ ਪਹਿਲਾਂ ਬੱਚੇ ਛੋਟੇ ਹੁੰਦੇ ਨਾ 6 ਸਾਲ ਦੇ ਉਹਨਾਂ ਨੂੰ ਕੋਈ ਨਾ ਹੌਂਗਲੀ ਰੱਖੋ ਚੁੱਪ ਕਰ ਜਾ ਇੰਜ ਕਰਨਗੇ ਨੱਕ ਤੇ ਰੱਖ ਲੈਣਗੇ ਬੀਆ 6 ਸਾਲਾਂ ਦੀ ਉਹਨੇ ਕਾ ਚੁੱਪ ਉਹਨੇ ਨੱਕ ਤੇ ਉਂਗਲੀ ਰੱਖ ਲਈ ਕਿ ਮੈਂ ਚੁੱਪ ਸੋਰੀ ਬੀਆ ਤੂੰ 6 ਸਾਲਾਂ ਦੀ ਮੈਂ ਤੂੰ 6 12 ਸਾਲ ਤੇ ਕਿਹਾ ਸੀ ਉਸਕੇ ਬਾਅਦ ਆ ਬਲੀ ਕਾ ਸੀ ਕਮ ਮੈਨ ਸਮਝ ਨਹੀਂ ਆਈ ਬਲੀ ਕਹਿੰਦਾ ਬੀਆ ਬਲੀ ਦੀ ਸ਼ਰਾਰਤ ਦੇਖੀ ਬਲੀ ਦੀ ਸ਼ਰ ਕਹਿੰਦਾ ਬੀਆ ਨੂੰ ਕਿ ਤੂੰ ਨਾ ਸਵੇਰੇ ਨਾ ਮੇਰੇ ਸਾਰੇ ਜਿਹੜੇ ਕੱਪੜੇ ਨਾ ਉਹ ਧੋਣੇ ਨੇ ਸਾਰੇ ਸਾਰੇ ਆਲੇ ਕਹਿੰਦਾ ਕਾਚੀ ਲਾਂਡਰੀ ਦੇ ਕੱਪੜੇ ਨੇ ਕੱਪੜਾ ਕਿਹੋ ਜਿਹਾ ਨੇ ਸਾਰੇ ਕੱਪੜੇ ਧੋਣੇ ਨੇ ਤੇ ਸਾਰੇ ਇਸਤਰੀ ਵੀ ਕਰਨੇ ਨੇ ਓ ਬੀਆ ਦੀ ਪੋਲੀ ਇੰਨੀ ਚੰਗੀ ਐਂ ਜਿੰਦਗੀ ਜਿੰਦਗੀ ਕਿੰਨੀ ਕਿਹ 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 ਨਹੀਂ ਇਹ ਕੰਨ ਨਹੀਂ ਕਰਨ ਸਵੇਰੇ ਉਹਨਾਂ ਇੱਕ ਪਰਵੀਨ ਜਿਹੜਾ ਪੂਰੇ ਕਾਲਜ ਨੇ ਪਰਵੀਨ ਨੇ ਸਮਝਾ ਲਿਆ ਪਿਆ ਹੈ ਪਰ ਵੀ ਨੂੰ ਨਾਲ ਲੈ ਕੇ ਤੇ ਦੱਸੋ ਜਦੋਂ ਕੱਪੜੇ ਤੋਂ ਦੀ ਸੀ ਕਾਦੀ ਪੂਰੇ ਘਰ ਕਿਸ ਤਰ੍ਹਾਂ ਪ੍ਰਵੀਨ ਦੀ ਜ਼ਰੂਰਤ ਪਈ ਹੋਏਗੀ ਕੱਪੜੇ ਇਸ ਤਰੀ ਕਰਦੀ ਪਈਏ ਤੇ ਫਿਰ ਬਲੀ ਔਰ ਇਸ ਕੀ ਮਤਲਬ ਨਾ ਇਸ ਬਲੀ ਕੀ ਮਾਂ ਔਰ ਇਸ ਕੀ ਮਾਂ ਵੀ ਆ ਗਈ ਮਾਸੂਮ ਭੋਲੀ ਥਾਈ ਨਾ ਬਹੁਤੀ ਤੇ ਕਹਿੰਦੀ ਐ ਕਿ ਕਹਿੰਦੀ ਅਮੀ ਮੈਂ ਕੱਪੜੇ ਇਸ ਤਰੀ ਬਲੀ ਕਹਿੰਦਾ ਦੱਸੀ ਨਾ ਤੂੰ ਐ ਕਿ ਮੈਂ ਆਪਣੇ ਸ਼ੋਕ ਹੈ ਮੈਨੂੰ ਕੱਪੜੇ ਤੋਂ ਹੁੰਦਾ ਤੇ ਇਸ ਤਰੀ ਕਰਦਾ ਤੇ ਦੱਸਦੀ ਨੇ ਆਪਣੀ ਮਾਂ ਤੇ ਮਾਂ ਕਹਿੰਦੀ ਲੈ ਸਾਰੇ ਵਿਆਹ ਬਸ ਜਾਣ ਨੂੰ ਤਿਆਰ ਤੂੰ ਕੱਪੜੇ ਧੋਣ ਤੇ ਇਸੇ ਤਰ੍ਹਾਂ ਨਹੀਂ ਹੈ ਕਹਿੰਦੀ ਨਹੀਂ ਉਹ ਮਾਂ ਪਤਾ ਚੱਲ ਜਾਂਦਾ ਬਲੀ ਮਾਂ ਅੱਛਾ ਉਹ ਮਾਂ ਕੋ ਭੇਜ ਕੇ ਕਹਿੰਦੀ ਹੈ ਬਲੀ ਨੇ ਕਹਿੰਦੀ ਬਲੀ ਨੂੰ ਕਹਿੰਦੀ ਕਹਿੰਦੀ ਜਾ ਬੇਟਾ ਤੂੰ ਤਿਆਰ ਕਹਿੰਦੀ ਬਲੀ ਬੇਟਾ ਤੂੰ ਇਹ ਕੀ ਕਰਨਾ ਪਿਆ ਕਹਿੰਦਾ ਤੈਨੂੰ ਕਹਿੰਦੀ ਕਿ ਤੈਨੂੰ ਕਿਤੇ ਪਸੰਦ ਨਹੀਂ ਆ ਗਈ ਉਹ ਫਿਰ ਕੀ ਹਲਕਾ ਜਾਂਦੀ ਹੈ ਤੇ ਮਾਂ ਦਾ ਮੁਸਕਰਾਉਂਦਾ ਅੱਬ ਅੱਗੇ ਦੇਖਣਾ ਦਿਲਚਸਪ ਹੋਗਾ ਕਿ ਮਜ਼ਾ ਆਏਗਾ ਕਿਾ ਦੋਨੋਂ ਕਾ ਜੈਸੇ ਆ ਜੋ ਸ਼ੁਰੂ ਹੋਗਾ ਅੱਗੇ ਵਧੇ ਫਿਰ ਅੱਗੇ ਵਧਤੇ ਹਾਂ ਬਾਤ ਕਰਤੇ ਹਾਂ ਦੁਬਾਰਾ ਕੀ ਤੋ ਦੁਬਾਰਾ ਇਸ ਹਫਤੇ ਕਿਹੈਸਾ ਰਹਾ ਦੁਬਾਰਾ ਡਰਾਮਾ ਸ਼ੁਰੂ ਵਾ ਇਸ ਮੇ ਜਹਾਂਗੀਰ ਮਾਹਿਰ ਕੇ ਬਾਪ ਦਾ ਨਾਮ ਜਹਾਂਗੀਰ ਹੈ ਮੇਰਾ ਖਿਆਲ ਹੈ ਜਹਾਂਗੀਰ ਦਾ ਦਿਲ ਮਹਿਰੂ ਤੇ ਆ ਗਿਆ ਮਾਹਿਰ ਕੇ ਬਾਪ ਦਾ ਮਾਹਿਰ ਕੇ ਬਾਪ ਦਾ ਇੰਨਾ ਸਖਤ ਪਰੇਸ਼ਾਨ ਹੈ ਕਿ ਅੰਦਾ ਇਹਦੀ ਮਖਲਿਸ ਸੂਰਤ ਮੇਰਾ ਬੇਟਾ ਧੁੱਖਾ ਦੇ ਰਿਹਾ ਕੀ ਤੇਨਾਂ ਕੀ ਮਖਲਿਸਮਾਨ ਕੀਤਾ ਤੈਨ ਆਪਣੀ ਗੱਡੀ 'ਚ ਬਿਠਾ ਕੇ ਤੈਨ ਤੇਰੇ ਬੱਚੇ ਮਹਿਰ ਤੱਕ ਲੈ ਆ ਗਈ ਤੇਰੀ ਨੋ ਸੀ ਉਹ ਆ ਗਿਆ ਨਾ ਤਰਸ ਆ ਗਿਆ ਥੋੜਾ ਸੇ ਉੱਤਰ ਦੇ ਤਰਸਣਾ ਆਇਆ ਵਿਚਾਰਾ ਜਿਹੜਾ ਘਰ ਹੁਲਦਾ ਪਿਆ ਉਹਦੇ ਮਾਤਾ ਦਾ ਤਰਸ ਆ ਗਿਆ ਹੁਣ ਉਹ ਤਲ ਫੰਡਿਆ ਅਗਲੇ ਨੂੰ ਦਿਲ ਦੀ ਤਕਲੀਫ ਜ਼ਿਆਦਾ ਸਿੱਦਤ ਨਾ ਹੋ ਲੱਪਈਏ ਕਿ ਮੈਂ ਕਿਸ ਤੋਂ ਮਖਲਿਸ ਸਹਰਦ ਨੂੰ ਬਚਾਵਾਂ ਇਸੇ ਪਤਾ ਕਿ ਠਾਗ ਬਚੇ ਉਸੇ ਇਸੇ ਪਤਾ ਕਿ ਮੈਂ ਹੀ ਠਾਗ ਰਹਾ ਹਾਂ ਉਸੇ ਇਹਨੇ ਸੁਣ ਲਿਆ ਨਾ ਬੱਚੀ ਉਹਨਾਂ ਕਹਿੰਦੇ ਤੇ ਦੂਜੀ ਗੱਲ ਹੈ ਜੋ ਮਹਿਰੂ ਹੈ ਮਹਿਰੂ ਬੇਟਾ ਐ ਤਾਂ ਦੱਸ ਤੂੰ ਕਿ ਮਹਿਰੂ ਜਦ ਇਤਨਾ ਬੋਲਡ ਸਟੈਪ ਉਠਾ ਲਿਆ ਇੱਕ ਜਵਾਨ ਮੁੰਡੇ ਨਾਲ ਵਿਆਹ ਕਰਨ ਦਾ जब ये वाला बोल्ड स्टेप उठा लिया तो उसके बाद आप इस चीज का क्या अब मैं कहना चाहूँगा कि हदीका को कि हदीका का अगर इसमें दिखाया वो ड्रामे में ही है ना कि अब हदीका वो वाली एक्टिंग नहीं कर रही उस तरह क्लोज नहीं जा रही कि जिस तरह होना चाहिए हाँ। जितना बीच में बोल्ड ये करैक्टर चला गया है हाँ। बोल्ड चला गया कि मेरे को एड्डा बोल्ड बर्दाश्त नहीं ना पाया करैक्टर बोलना मुराद है कि एक औरत जिदे दो जवान बच्चे ने ਦੋ ਜਵਾਨ ਬੱਚਿਆਂ ਦੀ ਮਾਂ ਨੇ ਇੱਕ ਜਵਾਨ ਆਦਮੀ ਨਾਲ ਸ਼ਾਦੀ ਕਰ ਲਿਆ ਫਿਰ ਉਹਨੂੰ ਕਾਰ ਵਿੱਚ ਹੀ ਲੈ ਆਈਏ ਇਹ ਬੋਲਡ ਸਟੈਪ ਸੀ ਨਾ ਜਦ ਇਹ ਬੋਲਡ ਸਟੈਪ ਕਰ ਲਿਆ ਦਿਖਾਇਆ ਕਿ ਐਡੀ ਦਿਖਾਈਏ ਫਿਰ ਅੱਗੇ ਸਿਰਫ ਇੱਕ ਐਕਟਿੰਗ ਹੀ ਕਰਨੀ ਸੀ ਨਾ ਆਪ ਉਹ ਐਕਟਿੰਗ ਕਿਉਂ ਨਹੀਂ ਮਹਿਰੂ ਕਰ ਰਹੀ ਮਹਿਰੂ ਜਰਾ ਜਿੰਨੀ ਨਹੀਂ ਲੱਗਦੀ ਪਈ ਕਿ ਉਹਦੇ ਦੇ ਨਾਲ ਉਹਦੀ ਕੈਮਿਸਟਰੀ ਐ ਵੇਲੇ ਚੀਜ਼ ਮੈਚ ਕਰਦੀ ਪਈਏ ਕਿ ਉਹਨੇ ਉਹਦਾ ਵਿਆਹ ਕਰਾਇਆ ਜੋ ਇੱਕ ਸ਼ੁਰੂ ਮੇਂ ਸੀ ਨਾ ਕਿ ਹਰ ਕਿਸੇ ਦਾ ਦੀਦ ਰੱਖਣ ਵਾਲੀ ਇੱਕ ਮਿੱਠੀ ਹਮ ਬਰਸੀ ਔਰ ਤੂੰ ਜਿਸ ਸਭ ਦਾ ਖਿਆਲ ਕਰਦੀ ਹੈ ਗਲਤ ਇਹ ਨਹੀਂ ਹੋਣਾ ਚਾਹੀਦਾ ਸੁਣ ਹਮ ਸਮਝ ਰਖੀ ਵਾਦਾ ਅਜਾ ਚਲ ਗਿਆ ਕਿ ਆ ਬਗਦ ਅਗਰ ਵੀ ਖਾਇਆ ਕਿ ਤੂੰ ਇੰਨਾ ਸਟੈਪ ਲੀਤਾ ਕਿ ਜਵਾਨ ਮੁੰਡੇ ਨਾਲ ਵਿਆਹ ਕਰਾਇਆ ਫਿਰ ਇਹ ਜ ਦਿਖਾ ਦੋ ਤੇ ਇਹਨੂੰ ਹਦੀਕਾ ਨੂੰ ਖੁੱਲ ਕੇ ਕਰਨੀ ਚਾਹੀਦੀ ਸੀ ਕਿਉਂਕਿ ਅਦਾਕਾਰੀ ਸੀ ਤੂ 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 ਜੋ ਦੇ ਕੋ ਇੰਜ ਬਾਤ ਚੀ ਦੀ ਬਸ ਬੜਾ ਕਰਦੀ ਬਸ ਘਰ ਜਾ ਕੇ ਨਾ ਇੰਜ ਕਰਕੇ ਬਸ ਐ ਮੋੜੇ ਤੇ ਇੰਜ ਸਿੱਧਾ ਖ ਦਿੰਦੀ ਏ ਬਕਾਇਆ ਜਰਾ ਸੀ ਕੈਮਿਸਟਰੀ ਕੁਛ ਨਹੀਂ ਲੱਗ ਰਹੀ ਕਿ ਦੋਨੋਂ ਕਾ ਲੱਗ ਨਹੀਂ ਰਹਾ ਕਿ ਉਸਨੇ ਸ਼ਾਦੀ ਕੀ ਹੈ ਇਹਨਾਂ ਤੇ ਤਲਾਕ ਹੋਈ ਇਹ ਤੇ ਬਿਹਤਰ ਰਹੀ ਸੀ ਇੰਨਾ ਕਿਆ ਸੀ ਹਾਈ ਇਤਨਾ ਮਜ਼ਾ ਆਏਗਾ ਮਹਿਰੂ ਮਹੀਰਤ ਸਾਰੀਆਂ ਔਰਤਾਂ ਪਾਗਲ ਹੋਈਆਂ ਪਈਆਂ ਸੀ ਹਦੀਕਾ ਉਹ ਚੀਜ਼ ਕਰ ਹੀ ਨਹੀਂ ਰਹੀ ਕੋ ਜਿਤਨਾ ਉਹ ਕਲੋਜ਼ ਜੋ ਸਾਰਾ ਕੁਝ ਹੋਣਾ ਚਾਹੀਏ ਨਹੀਂ ਬਕਾਇਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਰਾਈਟਰ ਬੱਚੀ ਬਹੁਤ ਬਹੁਤ ਅੱਛੀ ਰਾਈਟਰ ਹੈ ਨੋ ਡਾਊਟ ਦੁਸ਼ਮੇ ਜਾਂ ਡਰਾਮੇ 'ਚ ਇੱਕ ਇਤਨਾ ਸਾਨੀਤਾ ਫਾਲਟ ਇਹਦੇ 'ਚ ਮੈਂ ਕਹਿਣਾ ਚਾਹਨੀ ਆ ਮਹਿਰੂ ਜੋ ਥੀ ਐ ਰਾਈਟਰ ਨੇ ਲਿਖਿਆ ਨਾ ਕਿ ਮਹਿਰੂ ਕੀ ਬੇਟੀ ਮੀਨਾਲ ਆਪਣੀ ਮਾਂ ਕੇ ਸਾਥ ਇਤਨੀ ਅੱਛੀ ਸੀ ਜਿਵੇਂ ਬੇਟੀਆਂ ਅੱਛੀ ਹੋਤੀ ਹੈ ਮਹਿਰੂ ਇੰਨੀ ਲੁੱਚੀ ਦਿਖਾ ਦਿੱਤੀ ਐਡੀ ਬਦਮਾਸ਼ ਦਿਖਾਈਏ ਕਿ ਚਲੋ ਮੁੰਡਾ ਸੀ ਨਾ ਮੁੰਡਾ ਸ਼ੁਰੂ ਤੋਂ ਬਦਤਮੀਜ਼ੀਆਂ ਕਰਦਾ ਸੀ ਈਵਨ ਘਾਲਾ ਕੇ ਆਪਣੇ ਮੁੰਡੇ ਨਾਲ ਨਹੀਂ ਇੰਜ ਕਰਨਾ ਚਾਹੀਦਾ ਕਿ ਕਹਿਆ ਜਾ ਕਿ ਧੀ ਜਿਹੜੀ ਏ ਇੱਕ ਸ਼ਰਧਿਤਾ ਤੇਰੀ ਬੇਟੀ ਤੂੰ ਉਹ ਚੀਜ਼ਾ ਮੁੜ ਕੇ ਤੂੰ ਆਪਣੀ ਧੀ ਨਾਲ ਜਿਸ ਨਾਲ ਤੂੰ ਆਪਣੀ ਸਹੇਲੀ ਨਾਲ ਗੱਲਾਂ ਕਰਨੀਆਂ ਕੁਝ ਕਰਨੀ ਸਾਰਾ ਦੱਸਣੀ ਹੈ ਨਾ ਇਹੇ ਤੂੰ ਆਪਣੀ ਧੀ ਨਾਲ ਧੀਆਂ ਤੇ ਇਹੀ ਹੁੰਦੀਆਂ ਨੇ ਧੀ ਨਾਲ ਤੇ ਗੱਲ ਕਰ ਧੀ ਨਾਲ ਤੇ ਕਹਿ ਕੇ ਸਾਰਾ ਕੁਖਿਆ ਜੀ ਚੱਲ ਮੈਂ ਕਰ ਲਿਆ ਬੇਟਾ ਜੋ ਵੀ ਕੁਝ ਕਰ ਤੇ ਧੀ ਕੋ ਵੀ ਦੂਰ ਹੋ ਗਈ ਪੁੱਤਰ ਕੋ ਵੀ ਦੂਰ ਹੋ ਗਈ ਉਹਦੀ ਜਿੰਦਗੀ ਸਿਰਫ ਇੱਕੋ ਹੀ ਹੈ ਮਾਹੀਰ ਮਾਹੀਰ ਇਹ ਐਨਆਈ ਵਿਰੋਧ ਕਰੋਸ ਤੇ ਜਾ ਅਬ ਘਰ ਮੇ ਮਾਹੀਰ ਆ ਗਿਆ ਉਹਨੇ ਆਪਣੇ ਹੱਥ ਹੱਥ ਵਾਲੀ ਕੁਰਸੀ ਤੇ ਕਹਿੰਦੀ ਤੂੰ ਬੈਠੇਂਗਾ ਤੁਹੇ ਤੂੰ ਹੁਣ ਸਰਬਰਾਂ ਐ ਇਸ ਘਰ ਦਾ ਮੇਰ ਦੀ ਕਹ ਦੱਸਿਆ ਕੁਰਸੀ ਨੂੰ ਅੱਗ ਹੀ ਲਾ ਦਵਾਂ ਆ ਦੇ ਇੰਡੀਆ ਦਾ ਡਰਾਮਾ ਹੁੰਦਾ ਐਸੇ ਵਕਤ ਹੁਦੈਤullah ਨੇ ਆਉਣਾ ਸੀ ਰੂ ਬਣ ਕੇ ਆਉਣਾ ਸੀ ਉਹਨੇ ਗੱਦਮ ਰੋਣੀ ਸੀ ਮਹਿਰੂਦੀ ਮਹਿਰੂ ਇਹ ਗੱਲ ਖਾਲਾ ਤੇ ਸੌਰੀ ਟੂ ਸੇ ਤੂੰ ਕਰ ਲਿਆ ਤੂੰ ਜਿਹੜੀ ਮਰਜ਼ੀ ਕੋਈ ਕੁਰਸੀ ਤੇ ਬਿਠਾ ਇਹ ਗਲਤ ਗੱਲ ਬਿਹ ਹੁਦੈਤullah ਵਾਲੀ ਕੁਰਸੀ ਤੇ ਬਿਠਾਣਾ ਪਹਿਲੇ ਇਸ ਤਰ੍ਹਾਂ ਕੋਈ ਮਰਦ ਜਦੋਂ ਕਰਦਾ ਆਪਣੀ ਪਹਿਲੀ ਔਰਤ ਵਾਲੀ ਚੀਜ਼ਾ ਕਿ ਉਹ ਵੀ ਕੁਝ ਉਹ ਵੀ ਬਹੁਤ ਬੁਰੀ ਗੱਲ ਹੁੰਦੀ ਹੈ ਉਹ ਤੂੰ ਹੋਰ ਕਿਸੇ ਵੀ ਕੁਰਸੀ ਤੇ ਬਿਠਾ ਦੇਂ ਤੇਰਾ ਹਜ਼ਰਤullah ਦੀ ਕੁਰਸੀ ਤੇ ਬਿਠਾਤਾ ਉਸਕੇ ਬਾਅਦ ਆਫਾਨ ਘਰ ਆ ਗਿਆ ਪੁੱਪੀ ਨੇ ਕਿਆ ਘਰ ਆ ਗਿਆ ਏਡੀ ਲੁੱਚੀ ਮਹਿਰੂਦ ਭਾਈ ਮਹਿਰੂਦ ਮੇਰ ਕੋ ਬੱਚ ਮਹਿਰੂਦ ਜਵਾਨ ਬੱਚਾ ਸੀ ਤੇਰਾ ਮਹਿਰੂ ਬਾਰ ਬਾਰ ਕਹਿੰਦੀ ਇਹ ਮਹੀਰ ਮੈਂ ਮਰ ਜਾਵਾਂਗੀ ਮਹੀਰ ਮੇਰੇ ਲਈ ਇੰਜ ਕਰਨ ਲੱਗਾ ਮਹਿਰੂਪ ਲੀਦ ਬੱਚੇ ਆਪਣੇ ਦਿਮਾਗ ਦੇ ਤਾਲੇ ਖੋਲ ਲੜਾਈ ਹੋਈ ਸੀ ਮਹੀਰ ਦੀ ਤੇ ਆਫਾਨ ਦੀ ਲੜਾਈ ਐ ਸੀ ਆਫਾਨ ਆਪਣੇ ਆਪ ਨੂੰ ਗੋਲੀ ਮਾਰਨ ਲੱਗਾ ਜਿੱਤ ਮਹੀਰ ਉਹ ਕਹਿੰਦਾ ਸੀ ਇਹ ਨਾ ਕਰ ਹਾਂ ਐ ਵਾਲੀ ਕੀ ਚੀਜ਼ ਕਿਸੇ ਨੇ ਗੋਲੀ ਕਿ ਜਣੇ ਵੱਜਣੀ ਸੀ ਇਹਦੇ ਚ ਇਹ ਕਿੱਥੋਂ ਆ ਗਿਆ ਕਿ ਮਹੀਰ ਨੇ ਮੇਰੀ ਖਾਤਰ ਆਪਣੀ ਜਾਨ ਉਹ ਬੱਚਾ ਕਹਿੰਦਾ ਵੀ ਅਫਾਨ ਕਿ ਅੰਮੀ ਮੈਂ ਤੇ ਆਪਣੇ ਆਪ ਨੂੰ ਮਾਰਨ ਲੱਗਾ ਸੀ ਤੇ ਉਹਨੂੰ ਮੱਜ ਗਈ ਅਫਾਨ ਵੀ ਤੇ ਮਰ ਸਕਦਾ ਸੀ ਨਾ ਹੁਣ ਜਵਾਨ ਬੱਚਾ ਸ਼ਾਦੀशुदा ਅੱਪੇ ਹੀ ਬਗੈਰਤ ਵਾਂ ਕੇ ਨਾ ਘਰ ਆ ਗਿਆ ਘਰ ਆਇਆ ਮਹਿਰੂਨ ਕਹਿੰਦੀ ਏ ਮਾਫੀ ਮੰਗ ਮਹੀਰ ਕੋ ਮਹੀਰ ਨੂੰ ਸ਼ਰਮ ਆ ਗਈ ਏ ਬੁੜੀ ਔਰਤ ਕੀ ਕਰਨ ਢਈ ਬਾਤ ਨਹੀਂ ਆਂਦੀ ਪਈ ਉਹ ਕਹਿੰਦਾ ਤੁਹਾਡੇ ਮਹਾਪਿਟਰ ਦਾ ਮਾਮਲਾ ਤੇ ਮੈਂ ਆਫਿਸ ਚ ਲਾਵਾਂ ਅੱਛਾ ਇਹ ਆਫਿਸ ਦਾ ਸਾਰਾ ਇਹਦੇ ਸਪੁੱਧ ਕਰ ਦਿੱਤਾ ਬਈ ਮੇਰੇ ਅੱਲਾਹ ਆਫਿਸ ਦੇ ਵਿੱਚੀ ਮੁਲਾਜ਼ਮ ਕਹਿੰਦਾ ਹੈ ਕਿ ਐਂਡ ਦੇ ਨਾਲ ਇਹਦਾ ਕੁਛ ਐਂਜ ਦਾ ਕਰਨ ਲੱਗਾ ਸਾਰਾ ਕੁਛ ਹਮਨ ਹਾ ਡਰਾਮੇ ਚ ਬਿਜ਼ਨਸ ਕਰਨ ਵਾਸਤੇ ਮੈਂ ਕਹਿੰਨੀ ਹਾਂ ਲੰਬਤ ਬਿਜ਼ਨਸ ਵਾਸਤੇ ਜ਼ਿਆਦਾ ਮਸ਼ਹੂਰ ਹੈ ਨਾ ਬਿਜ਼ਨਸ ਕਰਨ ਵਾਸਤੇ ਲੋਕਾਂ ਨੇ ਡਿਗ ਡਮੇਂਗੇ ਕੋਰਸ ਕੀਤੇ ਹੁੰਦੇ ਹੁਦਾਇਤullah ਦਾ ਐਡਾ ਬਿਜ਼ਨਸ ਐਡੀ ਉਮਰ ਕੀ ਜਮੀਆਂ ਜਮਾਇਆ ਜਿਹੜਾ ਬਿਜ਼ਨਸ ਨਹੀਂ ਉਹ ਬਿਜ਼ਨਸ ਜਿਹੜਾ ਚੰਦ ਆਲਾ ਇੱਕ ਦਿਨ ਚ ਉਹ ਗਿਆ ਤੇ ਮਹੀਰ ਨੇ ਸਾਰਾ ਸਮਝ ਲਿਆ ਉਹ ਮੀਟਿੰਗ ਬੁਲਾ ਕੇ ਸਾਰੇ ਫੈਸਲੇ ਉਹ ਕਰਦਾ ਪਿਆ। ਹਾਂ ਤੇ ਉਹ ਜਿਹੜਾ ਮੁਲਾਜ਼ਮ ਹੈ ਉਹ ਕਹਿੰਦਾ ਪਿਆ ਸਾਰੇ ਜਿਹੜਾ ਤੁਸੀਂ ਉਹਦੇ ਨਾਲ ਕਰਨ ਲੱਗੇ ਹੋ ਡੀਲ ਕਰਨ ਲੱਗੇ ਹੋ پتہ ਕਿ ਉਹਦੇ ਦੋਸਤ ਦਾ ਕਿ ਨਾਂ ਹੈ ਜੇ ਨਾ ਜ਼ਮੀਰ ਵੀ ਕਰਦਾ ਪਿਆ ਸੀ। ਉਹ ਕੋਈ ਇਸ ਦੀ ਦਾਕਾ ਹੱਦੇ ਹੱਥ ਲਗਾ ਦੋਸਤਾ ਉਹ ਨੌਕਰ ਸਮਝਾਉਂਦਾ ਕਿ ਸਰ ਮਹੀਰ ਨੂੰ ਕਿ ਇੰਜ ਨਾ ਕਰੋ ਇਹ ਮੈਂ ਇਹਨਾਂ ਦਾ ਦਿਮਾਗ ਹੈ। ਜੇ ਤੂੰ ਕਰੇਗਾ ਤੇ ਦਿਮਾਗ ਨੂੰ ਬੁਰਾ ਲੱਗੇਗਾ ਇਸ ਘਰ ਦਾ ਦਿਮਾਗ ਦੇ ਧਿਆਤੀ ਦਾ ਕੰਮ ਜਣਾ ਮਹੀਰ ਕਹਿੰਦਾ ਮੈਂ ਸੀਓ ਹਾਂ ਲੋ ਜੀ ਇਸ ਕੰਪਨੀ ਦਾ ਸਾਰਾ ਤੇ ਮੈਨੂੰ ਮੈਡਮ ਜਿਹਨੇ ਪੂਰੀ ਪਰਮਿਸ਼ਨ ਦਿੱਤੀ ਮੈਡਮ ਵੀ ਮੇਰੇ ਕੋਈ ਕੁਛ ਨਹੀਂ ਮਤਲਬ ਮਹਿਰੂ ਕੁਝ ਨਹੀਂ ਕਹਿ ਸਕਦੀ ਜਿਹੜਾ ਮੈਂ ਫੈਸਲਾ ਕਰਦਾ ਉਹ ਹੀ ਫੈਸਲਾ ਹੋਏਗਾ ਹੁਣ ਮਹਿਰੂ ਮਹੀਰ ਪਿਛਲਾ ਕਿਤੀ ਦਾਕਰ ਵੀ ਤੂੰ ਜਿਹੜਾ ਕਰੇਗਾ ਸਾਰਾ ਕੁਝ ਐਵਲ ਚੀਜ਼ ਕਰੇਗਾ ਕਿਉਂਕਿ ਜ਼ਮੀਰ ਤੇ ਉਹਦਾ ਭਰਾ ਦੋਨੋਂ ਵੀ ਗਲਤ ਦਿਖਾਈ ਨੇ ਨਾ ਹਾਂ तो वो आप सारा बिजनेस का सारा जो कुछ कर रहे हैं वो कहे जो गलत बात है मेहरू को एक दफा बैठ के अपनी बेटी और बेटे दोनों से बात करनी चाहिए थी फिर उसके बाद करती मेहरू ने उन्हें तो टोटल सिर तक कफन बांध के बस यही कह दी जो कुछ हुए माहिर है माहिर गलत आगे बढ़े फिर आगे बढ़ते हैं बात करते हैं इश्कला की तो वो इस हफ्ते कैसा रहा अजम पालिया इश्केला ड्रामा या अल्लाह राइटर बेटा ਹਾਂ ਇਹ ਬੱਚੀ ਐ ਤੁਮਨ ਮਜਬੂਰ ਕਹਾ ਤਾਂ ਮੈਂ ਕਹਾ ਤਾਂ ਕੋਣ ਹੈ ਰਾਈਟਰ ਦੇਖਿਆ ਤੇ ਬੱਚੀ ਤੇ ਮਾਂ ਸਦਕੇ ਜੇ ਬੱਚੀ ਐ ਕੀ ਰਾਈਟਿੰਗ ਕੀਤੀ ਹੋ ਯਾ ਅੱਲਾ ਡਾਕਟਰੀ ਜਿਹੜੀ ਪੜਾਈ ਐ ਅੱਲਾ ਡਾਕਟਰੀ ਇੱਕ ਤੋਂ ਮੁਸ਼ਕਿਲ ਇੱਕ ਮਹਿੰਗੀ ਅੱਛਾ ਐਡੀ ਮਹਿੰਗੀ ਮੁਸ਼ਕਿਲ ਪੜਾਈ ਲਾਲ ਭਾਈ ਚਾਰ ਦਿਨੋਂ ਨਾਲ ਹੋਈ ਨੇ ਯੂਨੀਵਰਸਿਟੀ ਆਏ ਨੇ 19 ਸਾਲ ਦੇ ਦੋਨੋਂ ਬੱਚੇ ਨੇ ਦੋਨਾਂ ਦਾ ਘਰ ਤੇ ਲਾਫ ਫੁੱਲ ਖਰਾਬ ਨੇ ਜ਼ੈਨ ਜਿਹੜਾ ਬੱਚਾ ਐ ਉਹਦੀ ਭੈਣ ਦਾ ਵਿਆਹ ਟੁੱਟ ਗਿਆ ਗਰੀਬੀ ਦੀ ਵਜ੍ਹਾ ਤੋਂ ਉਹ 19 ਸਾਲਾਂ ਦਾ ਜ਼ੈਦ ਤੇ 19 ਸਾਲਾਂ ਦੀ ਅਸਕਾ ਦੋਨੋਂ ਇੰਨਾ ਲਵ ਲਪਾਟੇ ਚ ਪੈ ਗਏ ਨੇ ਦੋਨੋਂ ਹੁਣ ਕਹਿੰਦੇ ਤੂੰ ਕੰਜੀ ਕਹਿੰਦਾ ਤੂੰ ਮੇਰੀ ਭੈਣ ਸੋਰੀ ਤੂੰ ਮੇਰੀ ਜਾਨ ਹੈ ਉਹ ਕਹਿੰਦੀ ਤੂੰ ਮੇਰੀ ਜਾਨ ਉਹ ਕਹਿੰਦੇ ਅਸਦਪਾ ਮਾਂ ਚ ਮਰ ਜਾਵਾਂਗੇ ਅਸੀਂ ਇੱਕ ਦੂਸਰੇ ਛੱਡਣਾ ਨਹੀਂ ਠੀਕ ਹੈ ਐਸ ਇਸ ਟੀਮ ਤੇ ਦੋਨਾਂ ਦਾ ਪਿਆਰ ਦਾਤਾ ਤਾਂ ਆਪ ਕੋ ਮਸਲਾ ਕੀ ਦੋਨੋਂ ਕੇ ਪਿਆਰ ਸੇ 3 ਹੱਥ ਲੱਗੀਆਂ ਮੈਂ 6 ਪਿਓ ਲੱਗਾ ਕਿ ਐਡੀ ਮੁਸ਼ਕਿਲ ਪ੍ਰੈਜ ਪੈਂਦ ਸਾਰੇ ਨਾਲ ਪਿਆਰ ਚ ਪੈਂਦਾ ਮਕਸਦ ਕਿ ਕੁਝ 2-3 ਸਾਲ ਤੇ ਦਿਖਾ ਦਿੰਦੇ ਅਮਈਆ ਅੱਛਾ ਕਾਲਜ ਜਦੋਂ ਇੱਕ ਬੰਦਾ ਇੱਕ ਏਮ ਲੈ ਕੇ ਜਾਂਦਾ ਮੈਂ ਹੋਵਾਂ ਜਾਂ ਕੋਈ ਵੀ ਹੋਵੇ ਜਦੋਂ ਇੱਕ ਏਮ ਲੈ ਕੇ ਜਾਂਦਾ ਡਾਕਟਰ ਦਾ ਏਮ ਲੈ ਕੇ ਗਈਏ ਉਹ ਬੱਚੇ ਤੇ ਘਰ ਦੇ ਨਾਲ ਡਾਕਟਰ ਦਾ ਏਮ ਲੈ ਕੇ ਗਿਆ ਏਮ ਲੈ ਕੇ ਗਿਆ ਕੁਛ ਤੇ ਕਰੋ ਤੇ ਬਾਅਦ ਤੁਹਾਨੂੰ ਕੁਝ ਸੀਨ ਕੁਝ ਚੀਜ਼ ਦਾ ਪਿਆਰ ਹੁੰਦਾ ਇਸੇ ਲਈ ਮੁਸ਼ਕਿਲ ਪੈਂਦੀ ਹੱਗੋ ਤਾਂ ਪਿਆਰ ਹੁੰਦਾ ਇਹ ਕਿਸ ਤਰ੍ਹਾਂ ਪਿਆਰ ਹੋ ਗਿਆ ਕਿ ਤੁਸੀਂ ਕਾਲਜ ਗਏ ਹੋ ਤੂੰ ਮੁੰਡੇ ਨੇ ਜ਼ੈਨ ਨੇ ਕਿਤਾਬ ਡਾਕਟਰੀ ਦੀ ਖੋਲੀ ਬਾਅਦ ਚੋਂ ਪਹਿਲੋ ਨੇ ਲਵ ਦੀ ਕਿਤਾਬ ਖੋਲ ਲਈ ਇਸ ਤਰ੍ਹਾਂ ਕਿਸਾਨ ਨਹੀਂ ਹੋ ਗਿਆ ਆਪੀ ਕਹਿ ਰਹੇ ਕਿ ਜਿੱਤੇ ਮੁਸ਼ਕਲ ਸੇ ਅਸਕਾ ਪਹੁੰਚੀ ਵਹਾਂ ਤੱਕ ਉਸਕੋ ਇਹ ਦਿਨਾਂ ਤੇ ਜੇ ਕੁਛ ਮੇਰੇ ਅੱਬੇ ਵਰਗੇ ਦੇਖਦੇ ਹੋਣਗੇ ਡਰਾਮਾ ਜੇ ਡਰਾਮਾ ਦੇ ਰੋਦ ਆਪਣੇ ਬੱਚਿਆਂ ਨੂੰ ਕਹਿਣਗੇ ਲੈ ਤੇ ਜੰਦ ਲਵ ਲਪਾਟ ਸ਼ੁਰੂ ਹੋ ਗਏ ਨੇ ਗਲਤ ਦਿਖਾਇਆ ਹੈ ਤੁਸੀਂ ਮੈਂ ਸਾਰੇ ਵੀ ਅਗਰੀ ਨਹੀਂ ਕਰਦਾ ਤੂੰ ਨਾ ਕਰ ਤੂੰ ਨਾ ਕਰ ਅਗਰੀ ਤੂੰ ਨਾ ਕਰ ਦਫਾ ਆਪਾਂ ਸੇ ਕਮੈਂਟ ਵੀ ਅੰਮਾ ਬਹੁਤ ਐਕਸਟ੍ਰੀਮ ਜਾ ਰਹੀ ਹੋ ਬਿਲਕੁਲ ਸ

ਪੂਰੇ ਬੋਰਡ ਦੀ ਪੰਜਵੀਂ ਪੋਜੀਸ਼ਨ ਦੋਨੋਂ ਐਡੇ ਪੜਾਈ ਦੇ ਦੋਨੋਂ ਇਹ ਇੱਕ ਗ੍ਰੇਡ ਸਟੂਡੈਂਟ ਹੋ ਗਏ ਠੀਕ ਹੈ ਲੇਕਿਨ ਅਮਾ ਪਿਆਰ ਹੋ ਇਹ ਫਰਕ ਤੇ ਕਰਤੇ ਆ ਜਾ ਕੇ ਬੱਚੇ ਹਾਂ ਨਹੀਂ ਜਿੱਦੋਂ ਹੁਣ ਇੱਕ ਬੱਚੇ ਦੋਨੋਂ ਏਮ ਲੈ ਕੇ ਕਹਿੰਦੇ ਡਰਾਫਟੀ ਦਾ ਕੁਝ ਤਾਂ ਵਕਤ ਗੁਜ਼ਾਰ ਦੇ ਕੁਝ ਦੇ ਦੋ ਦਾ ਚੰਗਾ ਬਾਈ ਕੁਝ ਬੇਤੁਕਾ ਪੁਆਇੰਟ ਅਮਾ ਕੋ ਸੌਰੀ ਮੈਂ ਬਿਲਕੁਲ ਨਹੀਂ ਦਿੱਤਾ ਆਪ ਸੇ ਕੋਈ ਗ੍ਰੀਡ ਕਰਨ ਵਾਲਾ ਜਾ ਨਾ ਕਰੇ ਚਲ ਤੋ ਆਰ ਲੈਣ ਕੇ ਨੈਗਰੀ ਕਰ ਦੇਨੇ ਤੇ ਨਾ ਕਰ ਦੇ ਮੈਨਾ ਕਰ ਦੇ ਆਪਕੀ ਉਮਰ ਕੀ ਕੁਝ ਹੋ ਜਾਗੀ ਚਾਰ ਪੰਜ ਔਰਤਾਂ ਦਕਾਨ ਉਸ ਖਲਾਤਕਤੀ ਹੋਗੀ ਮੈਂ ਤਾਂ ਦਕਾਨ ਉਸਤ ਗਾਲੀ ਨਹੀਂ ਕੀਤੀ ਬੇਸ਼ਰਮ ਇਨਸਾਨਾ ਮੈਂ ਕਹਿਨੀ ਪਈ ਕੁਛ ਦਿਨ ਤੇ ਗੁਜ਼ਾਰਦੇ ਇੱਕ ਸਾਲ ਤੇ ਗੁਜ਼ਾਰ ਲੈਂਦੇ ਉਹ ਮੁੰਡਾ ਕਹਿੰਦਾ ਪਿਆ ਉਹਨੂੰ ਕਿ ਮੈਂ ਅੰਮਾ ਅੰਮਾ ਨੂੰ ਬਸ ਦੁੱਖ ਹੈ ਕਿ ਮੈਨੇ ਇਸ ਤਰ੍ਹਾਂ ਕੇ ਪਿਆਰ ਨਹੀਂ ਕੀ ਆਪਣੇ ਕਾਲਜ ਮੇ ਲੋਕ ਕਿਉਂ ਕਰ ਰਹੇ ਮੁੰਡਾ ਵਿਕਾਸ ਸਕਦੀ ਆ ਹਏ ਮਹਿਰੂ ਕਰ ਸਕਦੀ ਤੇ ਮੈਂ ਕਿਉਂ ਨਹੀਂ ਕਰ ਸਕਦੀ ਬਚ ਕੇ ਰਹੀ ਡਰ ਕੇ ਰਹੀ ਨੂੰ ਸਾਰਾ ਕੁਝ ਵੀ ਦੋ ਉਹਦੇ ਵੀ ਦੋ ਹੀ ਨੇ ਬੱਚੀ ਹੁਣ ਮੈਂ ਵੀ ਟੈਨੈਂਸ ਕੇ ਲੈਣ ਚੱਲ ਰਹੀ ਆ ਫਾਕ ਕਰਨ ਚੱਲੀਆਂ ਨੇ ਲੋ ਜੀ ਹਾਂ ਫੇਜ਼ 5 ਬੱਚੀ ਹੁਣ ਤੂੰ ਚੈਲੰਜ ਕੀਤਾ ਹੁਣ ਮੈਨਾਂ ਕੋਈ ਸੁਣਿਆ ਨਹੀਂ ਐਸਾ ਡਰਾਮਾ ਮੈਂ ਹੁੰਦਾ ਐਸਾ ਕਿ ਲੜਕੇ ਲੈ ਬਹਿਰੂ ਦਾ ਡਰਾਮਾ ਦੇਖ ਕੇ ਸਭ ਨੇ ਛੁਰੀਆਂ ਤੀਸ ਕਾਲੀਆਂ ਮੁੰਡਿਆਂ ਨੇ ਸਾਰੀਆਂ ਬੁੱਢੀਆਂ ਆਂਟੀਆਂ ਸਾੜੀਆਂ ਤਾਂ ਅਸੀਂ ਬਸਾਵਾਂਗੇ ਅਸੀਂ ਬਸਾਵਾਂਗੇ ਹੱਸ ਲੈ ਐਸਾ ਹੱਥ ਨਾਲ ਰੋਣਾ ਤੂੰ ਜੇ ਚੈਲਿੰਗ ਕਰਦਾ ਸੌਰੀ ਕਰ ਲੈ ਸੌਰੀ ਕਰ ਆਪਣੀ ਗਲਤੀ ਮੰਨ ਇੰਦੇ ਆ ਫਿਰ ਦੱਸਣਾ

ਤੂੰ ਨਾ ਕਮਾ ਐਸ ਤੇ ਮੈਨੂੰ ਪਿਆਰ ਜ਼ੇਬਾ ਨਾ ਉਹ ਜਿਹੜਾ ਪੋਤਰਾ ਇੰਡੀਆ ਜਾ ਕੇ ਬੈਠ ਗਿਆ ਮੈਂ ਕੀ ਕਰਾਂ ਉਹਨੂੰ ਅੱਛਾ ਅ ਨੀ ਸ਼ਾਨਦਾਰ ਜਲਾਨ ਕੀ ਐਂਟਰੀ ਥੀ ਪੂਰਾ ਸਲਮਾਨ ਖਾਨ ਲਗਾ ਢੰਡਨ ਢੰਡਨ ਜੀ ਮਿਊਜ਼ਿਕ ਵੱਜਿਆ ਹੈ ਮਸਦ ਕੇ ਜਾਵੇ ਹਾਲ ਕਿ ਮਨ ਬੜੀ ਸ਼ਿਕਾਇਤ ਸੀ ਜਿਹੜਾ ਅਰਬਾਬ ਦਾ ਬੱਚਾ ਨਹੀਂਗਾ ਇਨਾ ਉल्लू ਬੱਚਾ ਹੈ ਨਾ ਉल्लू ਅਰਬਾਬ ਵਿੱਚ ਦਿਖਾਇਆ ਐ ਐਡਾ ਪਾਵਰਫੁਲ ਬੰਦਾ ਉਹ ਕਰੈਕਟਰ ਉਸ ਬੰਦੇ ਦਾ ਸਹਜਦਾ ਵੀ ਬੜਾ ਮਨੋਵਿਗ ਬੰਦਾ ਬੜਾ ਪਸੰਦ ਆਵੇ ਸਬਾਤ ਵਾਲੇ ਨਾਂ ਕਰ ਸਬਾਤ ਵਾਲੇ ਹਾਂ ਅਬ 16 ਬੈਂਕਾਂ ਵਾਲਾ ਜਿਹੜਾ ਹੈ ਓਰ ਬਾਪ ਸਾਹਮਣੇ ਕੁਛ ਨਹੀਂਗਾ ਤੇ ਜਿਹੜਾ ਬੱਚਾ ਰੱਖਿਆ ਚ ਕੁਛ ਤੇ ਕੁਛ ਉਹਦੀ ਸ਼ਖਸੀਅਤ ਵਾਲੀ ਉਹ ਰੱਖ ਦੇ ਕੋ ਬੱਚਾ ਲਾਦਾ ਕਿ ਵਾਪੀ ਅਰਬਾਬ ਦਾ ਹੀ ਬੱਚਾ ਹੈ ਪਰ ਇਹ ਕਿਵੇਂ ਨੂੰ ਬੜਾਈ ਤਰਸ ਆਇਆ ਕਿਉਂ ਅੱਖਾਂ ਬਨੀਆਂ ਹੀ ਸੀ ਨਾ ਤੇ ਨਾ ਅਜ਼ਲਾਨ ਕਹਿੰਦਾ ਇਹਦੀਆਂ ਅੱਖਾਂ ਖੋਲੋ ਤੇ ਭਾਈ ਕਹਿੰਦਾ ਕਿ ਸਰ ਤੁਹਾਡਾ ਮੂੰਹ ਨੰਗਾ ਤੇ ਅਜ਼ਲਾਨ ਕਹਿੰਦਾ ਤੇਰਾ ਮੂੰਹ ਤੇ ਟੱਕਿਆ ਹੋਇਆ ਹੈ ਨਾ ਅੱਛਾ ਖੋਲ ਲਈਆਂ ਅੱਖਾਂ ਤੇ ਖੜਕੜੇ ਕਹਿੰਦਾ ਅੱਖਾਂ ਖੋਲਦੇ ਨੇ ਕਹਿੰਦਾ ਅਜ਼ਲਾਨ ਬਈ ਇਦਰਾਏ ਨਾ ਮਸੂਮ ਲੱਗਾ ਮੈਂ ਪਿਆਰ ਹੀ ਆ ਗਿਆ ਉੱਤੇ ਮੇਰਾ ਦਿਲ ਕਰ ਅਜ਼ਲਾਨ ਕਮੈਨ ਛੱਡ ਦੇ ਇਹਦੇ ਅਬੇਟਿਡ ਚ ਗੋਲੀ ਮਾਰ ਆਇਓ ਤੇ ਡਾ ਭੋਲਾ ਬੱਚਾ ਲਾਂ ਦੇ ਸਾਰੇ ਕਹਿਣ ਲੱਪੇ ਕ ਅਜ਼ਲਾਨ ਬਈ ਮੈਂ ਵਿਚਾਲਿਆ ਮੈਨੂੰ ਗਵਾਹ ਕਰਕੇ ਲੈ ਸਦਾਇਓ ਤੇ ਦੋ ਹੀ ਬੰਦੇ ਖੜੇ ਪਏ ਅਜ਼ਲਾਨ ਕਹਿੰਦਾ ਗਧਿਆ ਤੂੰ ਤੇ ਲਾਦੇ ਨੇ ਰਬਾਬ ਦਾ ਬੱਚਾ ਇਹਨੇ ਖਤਿਆ ਮੈਂ ਹੀ ਤੇਨੂੰ ਗਵਾਹ ਕੀਤਾ ਤੈਨੂੰ ਮੈਂ ਅੰਦਰ ਕੀਮਾ ਕਰਾਂਗਾ ਫਲਾਣਾ ਆ ਪਰਬਾਬ ਦਾ ਪਤਾ ਚੱਲ ਗਿਆ ਕਿ ਇਸਨੇ ਕੀ ਫਿਰ ਇਨਕੇ ਘਰ ਜਾਤਾ ਨਾ ਉਹ ਕਹਿੰਦਾ ਤੂੰ ਜਾ ਕੇ ਆਪਣਾ ਕਰੇਗਾ ਨਹੀਂ ਤੇ ਜਾ ਜੋ ਕਰਨਾ ਮੈਂ ਤਾਂ ਸੀ ਤੱਕ ਆਪਣਾ ਬੰਨ ਲਿਆ ਜੋ ਤੂੰ ਕਰਨਾ ਚਾਹਨਾ ਕਰ ਲੈ ਅੱਛਾ ਮੇਰੇ ਨਾਲ ਆਪ ਇਹ ਸਮਝ ਨਹੀਂ ਆਈ ਇਹਨਾਂ ਆਪ ਜੈਸੇ ਅਜ਼ਲਾਨ ਉਸ ਕੋ ਪੜਾ ਰਹਾ ਹੈ ਨਾ ਅਸਤਾ ਕੋ ਐਸਾ ਹਮ ਕਿਸੇ ਨੇ ਨਾ ਦੱਸਿਆ ਪਰ ਸਾਨੂੰ ਪਤਾ ਕਿ ਉਹ ਪੜਾ ਰਿਹਾ ਇਸੀ ਤਰ੍ਹਾਂ ਆਪ ਹਮੇ ਤਾਂ ਕਿ ਹਾਇਲਾ ਉਹ ਕਿਆ ਸੀਨ ਹੋਗਾ ਜਦ ਅਜ਼ਲਾਨ ਕੋ ਪਤਾ ਚਲੇਗਾ ਕਿ ਅਛਨਾਇਆ ਮਾਂ ਵੀ ਬੰਨੇ ਵਾਲੀ ਸੀ ਉਹ ਸੀਨੋ ਸੇ ਦੇਖਣ ਦੀ ਤਰਫ ਨੇ ਆਂ ਅਜ਼ਲਾਨ ਪਤਾ ਵੀ ਹੈ ਪਤਾ ਉਸ ਕੋ ਉਹਨ ਪਤਾ ਹੈ ਪਤਾ ਨਹੀਂ ਕਿਹੜੇ ਵੇਲੇ ਦੱਸ ਦਿੱਤਾ ਸਾਨੂੰ ਨਹੀਂ ਪਤਾ ਦੱਸਿਆ ਸਾਰਕੋ ਗੁਪਤ ਰੱਖਿਆ ਹੈ ਅੱਛੇ ਸਾਰੇ ਮਉਂਤਜ਼ਿਰ ਸੀ ਕਿ ਕਿਦੋਂ ਪਤਾ ਚਲੇਗਾ ਅਸੀਓ ਲੰਮੇ ਗਿਣਨ ਦੇ ਸੀ ਅੱਲਾ ਕਿਦੋਂ ਪਤਾ ਚਲੇਗਾ ਕਿਦੋਂ ਪਤਾ ਚਲੇਗਾ ਉਸ ਨੂੰ ਨਾ ਪਤਾ ਵੀ ਹੈ ਕਿ ਮੇਰੀ ਸ਼ਨਾਇ ਮਾਂ ਵੀ ਬੜਨ ਵਾਲੀ ਸੀ ਉਸਕੇ ਬਾਅਦ ਅਸਕਾ ਦੇ ਘਰ ਕਸੀਨ ਅਸਕਾ ਕੀ ਅੱਛੇ ਫੇ ਦੁਕਾਨਾ ਪਏ ਪਹਿਲੇ ਉਹਨਾਂ ਨੇ ਪਿਆਰ ਕਰ ਲਿਆ ਗਲਤ ਕਰ ਲਿਆ ਨਾਲ ਹੀ ਹੁਣ ਦੱਸ ਅਸਕਾ ਦੇ ਘਰ ਵਾਲੇ ਹੁੰਦੇ ਤੁਹਾਨੂੰ ਕੋਈ ਮਿਲ ਗਿਆ ਮੈਂ ਕਹਿੰਨੀ ਆ ਕੋਈ ਵੀ ਇਨਸਾਨ ਜਿੱਦ ਹੁੰਦਾ ਜਿੱਦਾਂ ਜੀ ਡਾਕਟਰ ਬੰਦਾ ਬੰਦਾ 5 ਸਾਲ ਕੰਮ ਅਸਕਾ ਆਪਣੇ ਘਰ ਵਾਲਿਆਂ ਨੂੰ ਸੁੱਖ ਚਾਹੁੰਦੇ ਆ ਕਿ ਤੁਹਾਡੇ ਏਡੀ ਮੁਸ਼ਕਿਲ ਪਰੇ ਦੇ ਬਾਅਦ ਤੁਸੀਂ ਕੁਝ ਕਮਾਉਂਦੇ ਹੋ ਕੁਝ ਕਰਦੇ ਹੋ ਮੈਂ ਆਪਿਆਂ ਨੂੰ ਵੀ ਸੁੱਖ ਦੇ ਤੇਰੀ ਭਾਬੀ ਨੇ ਤੇਰੇ ਵਾਸਤੇ ਦੇਵਰ ਵੇਚਦੇ ਸੀ ਲੋ ਜੀ ਹੁਣ ਉਸ ਘਰ ਦੇ ਸਾਰੇ ਵਿਆਹ ਦੀਆਂ ਤਿਆਰੀਆਂ ਹੋਣੀਆਂ ਅਸਕਾ ਇਹ ਕੀ ਬਕਵਾਸ ਸੁਖਾਈ ਹੈ ਅਸਕਾ ਦਾ ਅਸਕਾ ਕੇ ਲਈ ਰਿਸ਼ਤਾ ਆ ਗਿਆ ਅਸਕਾ ਦੁਆਏ ਮੰਗ ਰਹੀ ਹੈ ਕਿਉਂਕਿ ਜ਼ੈਨਾ ਪਿਆਰ ਕਰ ਲਿਆ ਭੀ ਯਾ ਅੱਲਾ ਰਿਸ਼ਤਾ ਖਤਮ ਕਰ ਦੇ ਮੈਂ ਤਾਂ ਇਸ ਨਾਲ ਜ਼ੈਨਾ ਵਿਆਹ ਕਰਵਾਉਣਾ ਚਾਹਨੀ ਪਈਆਂ ਭਾਬੀ ਨੇ ਕਹਿੰਦੀ ਭਾਬੀ ਕਹਿੰਦੀ ਨਹੀਂ ਵੀ ਨਹੀਂ ਕੁੜੀਆਂ ਜੀ ਕਹਿੰਦੀਆਂ ਹੁੰਦੀਆਂ ਨੇ ਰਿਸ਼ਤਾ ਬਹੁਤ ਅੱਛਾ ਆ ਗਿਆ ਲੋਅਰ ਰਿਸ਼ਤਾ ਆ ਗਿਆ ਦੱਸੋ ਕੀ ਕੀ ਪੜੇ ਲਿਖੇ ਚੰਗੇ ਭਲੇ ਵੈਲ ਸੈਟਡ ਲੋਗ ਨੇ ਹੋ ਇਹਨਾਂ ਦੇ ਘਰ ਆਏ ਨੇ ਇਹਨਾਂ ਦੇ ਘਰ ਦੀ ਐਂਟਰੈਂਸ ਤੇ ਇੱਕ ਝੂਲਾ ਲੱਗਾ ਹੋਇਆ ਜਿਹੜਾ ਵੀ ਘਰ ਦੇ ਨਾਲ ਝੂਲਾ ਦੇ ਮੂੰਹ ਤੇ ਵੱਜੇਗਾ ਤਾਂ ਘਰ ਦੇ ਅੰਦਰ ਰਹਿ ਗਣ ਤਾਂ ਉਂਝ ਨਹੀਂ ਆ ਸਕਦਾ ਉਹ ਝੂਲੇ ਤੇ ਲੀਹਾ ਬੈਠੀ ਹੋਈ ਹੈ ਅਲੀਹਾ ਛੇ ਕਿਸ਼ਤਾਂ ਨਜ਼ਰ ਨਹੀਂ ਆਜੀ ਝੂਲੇ ਤੇ ਲੀਹਾ ਬੈਠੀ ਪਈ ਅਲੀਹਾ ਝੂਲੇ ਤੇ ਬੈਠੀ ਤੇ ਜਿਹੜੇ ਸਾਰੇ ਮਹਿਮਾਨ ਨੇ ਜਿਹੜੇ ਝੂਲਿਆਂ ਟਕਰਾਰ ਕਰਾ ਕੇ ਡਿੱਗੇ ਹੋਣਗੇ और सारे घर च खड़े हैं अलिहा झूले बैठी हो अ चंगी बड़ी लौंठे का लौंठा बच्ची है इनी क बच्ची होती माफ ही कर दिखाई अली हालांठे लोंठा झूले पर बैठा मेहमान खड़े ने लौंठे लौंठे उतर जाूले तो खाला झूले तो क्या देखो जरा मेहमान आए ने कमल अपने काम के गई होती हुई घर च बोतल नहीं दू क्या मेहमान सामने ਦਾਦੀ ਕੰਨ ਜਾਲ ਲਿਖਾ ਬੋਤਲ ਲੈ ਕੇ ਆ ਅੱਛਾ ਫਿਰ ਅਲੀਹਾ ਬੋਤਲਾਂ ਚਲੀਦੇ ਮਹਿਮਾਨ ਬੈਠ ਕੇ ਨੇ ਉਹ ਮਹਿਮਾਨ ਜਿਨ੍ਹਾਂ ਦੇ ਆਣ ਦਾ ਪੂਰੇ ਘਰ ਚ ਕਿਸਨ ਟਾਈਮ ਨਹੀਂ ਪਤਾਗਾ ਸ਼ਾਦੀ ਵਾ ਉਹ ਮਹਿਮਾਨ ਅੰਗੂਠੀ ਪਵਾਉਣ ਲੱਗੇ ਉਸਕਾ ਨੂੰ ਉਸ ਵਕਤ ਇਹ ਕੀ ਗੱਲ ਸੀ ਮਹਿਮਾਨ ਅੰਗੂਠੀ ਪਵਾਉਣ ਤਾਂ ਦੀ ਨੋਬਤ ਤੇ ਆਏ ਬੇ ਨੇ ਘਰ ਚ ਆ ਗਏ ਨੇ ਕਿਸਨ ਪਤਾ ਹੀ ਨਹੀਂਗਾ ਕਮਲ ਆਪਣੇ ਕੰਮ ਤੇ ਸਾਰਾ ਕੁਝ ਹੈ ਆ ਬੱਚੀ ਬੋਤਲ ਕੇ ਜਾ ਕੇ ਬੋਤਾਤੀ ਹੈ ਨਾ तो पता जाता है। को, को असका, अस, असका करवा दिया असक खत्म कर पूरे घर डॉक्टरी बन के बजाय कुछ कर दी रोज पहले दिखाया कल प्यार बजाया चलो हम पिछले पै गए चल आगे बढ़ते हैं बात करते हैं मेरे हम सफ़र की तो वो इस हफ्ते कैसा रहा मेरे हम सफ़र बहुत मज़ा आ रहा देखने का क्योंकि मुझे बच्ची हाला और बच्चा हमसा और जो है मेरी बेटी है काश जैसे मेरी पसंदीदा तो बहुत मज़े से देख रही हूँ वैसे कहानी राइटर ने बिल्कुल मेहनत नहीं में की थी आने जिन्नी बाल के मैथ कहने राइटर है ही नहीं बे फिर उन्होंने कहा दादी वाली गाल कह लगी शादी उसके साथ ना हो हमसा के साथ वो वैन वाले मुंडा चक्कर जी अब वैन वाला लड़का घर में मतलब आ गया ना वैन वाले लगा तू बस इन फास्ट वैन वाला ਵੈਨ ਵਾਲਾ ਸਮੀਨ ਨੂੰ ਹਣੀ ਕਮਰੇ ਚ ਲੈ ਕੇ ਚੱਲਾ ਸੀ ਅੱਛਾ ਉਹ ਇੰਜੀਨ ਦਾ ਸ਼ੁਰੂਆਤ ਹੈ ਉਹ ਹੈ ਪਹਿਲੀ ਵਾਰੀ ਇੱਕ ਕੁੜੀ ਨੂੰ ਸਮਝ ਡੇਟ ਮਾਰਨ ਵਾਸਤੇ ਬੰਦਾ ਇਹ ਕਹਿੰਦਾ ਜਾ ਕੇ ਹੋਟਲ ਜਾ ਕੇ ਬਹੁਤ ਤੇ ਪਹਿਲੀ ਕੁਝ ਕਰ ਲਈ ਉਹ ਕਮਰੇ ਮੇਂ ਲੈ ਕੇ ਜਾ ਰਹਾ ਸੀ ਉਸ ਨੂੰ ਵੈਨ ਵਾਲਾ ਵੈਨ ਜਿੱਤੇ ਆਪਣਾ ਜਾਂਦੀਆਂ ਨੇ ਪੜਨ ਵਾਸਤੇ ਤਾਂ ਉਹ ਜ ਸਮੀਨ ਤਾਂ ਫੋਲਗੜੀ ਸੀ ਰੀਅਲ ਚੀਜ਼ ਸਮੀਨ ਖਿੱਚ ਕੇ ਥੱਪੜ ਉਹਨਾਂ ਮਾਰਦੀ ਹੈ ਵੈਨ ਵਾਲਾ ਪੂਰਾ ਬਦਮਾਸ਼ ਸੀ ਉਹਦੇ ਪਿੱਛੇ ਨਸਦਾ ਘਰ ਤੱਕ ਆ ਗਿਆ ਅੱਛਾ ਉਹਨਾਂ ਕਾ ਦਮਾ ਤੇ ਪੂਰੇ ਮੱਲੇ ਚੀ ਬਦਨਾਮ ਕਰਾਂਗਾ ਇੰਜ ਕੀਤਾ ਇੰਜ ਕੀਤਾ ਆਪ ਉਸ ਕੀ ਕਜ਼ਨ ਜੋ ਰੂ ਹਮਜ਼ਾ ਕੀ ਭੈਣ ਰੂ ਮੀ ਉਸਨੇ ਕਿਆ ਕੀਆ ਕਿ ਨਾਮ ਇਸ ਕਾ ਲੈ ਕੇ ਮਤਲਬ ਕਿ ਸਮੀਨ ਔਰ ਬਾਤੇ ਸਾਰੀ ਉਸ ਕੀ ਆਪਣਾ ਬਣਾ ਦਿਆ ਰੂਮੀ ਕਾ ਕਿ ਮੇਰਾ ਬਾਪ ਐਸੇ ਮੇਰਾ ਬਾਪ ਐਸੇ ਹੈ ਸਭ ਨੂੰ ਫਸਾ ਤਾ ਉਹਨੇ ਅੱਛਾ ਆਪ ਉਹ ਆ ਕੇ ਆਦਮੀ ਬੋਲ ਰਿਹਾ ਤਾਂ ਆਪ ਇਹ ਤੀਨੋਂ ਮਤਲਬ ਘਰ ਕੀ ਲੜਕੀਆਂ ਫਸ ਰਹੀਆਂ ਤਾਈ ਆਈਏ ਤਾਈ ਨੂੰ ਪਤਾ ਚੱਲ ਗਿਆ ਕਿ ਮੇਰੀ ਜਿਹੜੀ ਧੀ ਰੂਮੀ ਦੇ ਪਿਛਕਲ ਧੀ ਦੇ ਨਜ਼ਰ ਆਂਦੀ ਹੈ ਨਾ ਇਹ ਸਾਰਾ ਕੁਝ ਮੇਰੀ ਧੀ ਨੇ ਕੀਤਾ ਤੇ ਤਾਈ ਫੜਦੀ ਏ ਹਾਲਾਕਾ ਬਾਲ ਤੇ ਤਾਈ ਲਾਡੇ ਪੜੇ ਤਰੀਕੇ ਨਾਲ ਤੋਬਾ ਤਾਈ ਦੀ ਵੀ ਹੱਦ ਵੇ ਤਾਈ ਫਾੜ ਕੇ ਦਾ ਸੀ ਠਾ ਠਾ ਕੰਦਨਾ ਮਾਰਦੀ ਏ ਤਾਈ ਨੇ ਠਾ ਠਾ ਕੰਦਨਾ ਸਿਰ ਮਾਰਿਆ ਤੇ ਹੈਰਾਨੀ ਮੰਨੇ ਐ ਡਾਇਰੈਕਟਰ ਬੇਟਾ ਐ ਕਿ ਮਾਰਿਆ ਨੇ ਕੰਦਨਾ ਸਿਰੇ ਜ਼ਖਮ ਹੋਣੀ ਜ਼ਖਮੀ ਨਜ਼ਾਰਾ ਤੇ ਹੋਂਟ ਤੇ ਕਰਕੇ ਹੋ ਗਏ ਹੋ ਗਏ ਇੰਨਾ ਅਕ ਜਿੰਨਾ ਸੀ ਹੋਇਆ ਜ਼ਿਆਦਾ ਹੋਂਟ ਹੋ ਗਈ ਚਲੋ ਇਹ ਚੀਜ਼ ਹੋ ਗਈ ਮੁੜ ਕੇ ਅੱਜ ਪੂਰੀ ਇਸ ਡਰਾਮਿਕ ਹਾਈਲਾਈਟ ਹਾਲਾ ਕੀ ਮਾਰ ਸੀ ਠੀਕ ਹੈ ਦੂਸਰੇ ਸੀਨ ਦੀ ਹਾਲਾ ਮੂੰਹ ਪੂਰਾ ਐ ਵੀ ਤੇ ਐ ਵੀ ਸਾਫ ਇਹ ਕਿਸ ਤਰ੍ਹਾਂ ਇੱਕ ਕਿਸ਼ਤ ਪੂਰੀ ਐਸੇ ਚੀਜ਼ ਤੇ ਚਲਦੀ ਵੀ ਇੱਕ ਰੂਮਿੰਨ ਸਾਟ ਲੱਗੀ ਅੱਛਾ ਉਸਕੇ ਬਾਅਦ ਆ ਅੱਗੇ تھا ਮੈਂ ਕਹਿੰਨੀ ਅੱਗੇ ਜ਼ੁਲਮ ਥੋੜੇ ਸੀ ਕਤਾਈ ਰਾਜੀ ਕੇ ਜ਼ੁਲਮ ਕਰਦੀ ਸੀ ਹੁਣ ਜਿੰਨੀ ਤਾਈ ਜ਼ਲੀਲੇ ਤਾਇਆ ਵੀ ਹੋਟਾ ਜ਼ਲੀਲ ਹੋ ਗਿਆ ਕਦੀ ਸੁਣਿਆ ਨਹੀਂ ਆਪ ਜਿੰਨਕੀ ਚਾਰ ਕੁੜੀਆਂ ਹੁੰਦੀਆਂ ਹੋਣਗੀਆਂ ਜਿੰਦੀਆਂ ਅਵਾਰਾ ਜਿਹੜੀਆਂ ਹੁੰਦੀਆਂ ਹੋਣਗੀਆਂ ਠੀਕ ਹੈ ਤਾਇਆ ਕਹਿੰਦਾ ਕਿ ਐ ਵਲੀ ਹਰਕਤ ਦੇ ਬਾਅਦ ਅਸੀਂ ਇਹਨੂੰ ਘਰ ਨਹੀਂ ਬਾੜਨਾ ਕੋਈ ਕਪੜੀ ਜਵਾਨ ਤੀਨ ਕੋੋਂ ਬਾਹਰ ਕੱਢਦਾ ਕਿ ਸੁਣੀ ਤੁਸੀਂ ਇਹ ਗੱਲ ਤਾਇਆ ਕਹਿੰਦਾ ਕੋ ਰਬਾਟ ਕਰਨਾ ਹਮਜ਼ਾ ਕਹਿੰਦਾ ਐ ਕੀ ਗੱਲ ਹੋਈ ਐਂ ਜਿੰਨੀ ਕਰਨਾ ਕੋਈ ਨਹੀਂ ਉਮ ਦਾਸ ਕੋਲੇ ਕੇ ਅੰਦਰ ਆ ਜਾਂਦਾ ਇਤਨਾ ਅੱਛਾ ਇਹ ਸੀਨ ਲੱਗਾ ਦਿਲ ਖੁਸ਼ ਹੋ ਗਿਆ ਦਾਦੀ ਇਸਵੇਂ ਨਾ ਹਾਲਾ ਕਿ ਨਾ ਸਾਈਡ ਲੇਤੀ ਨਾ ਕਹਿੰਦੇ ਨਾ ਕਿ ਹਾਲਾ ਫੋਨ ਕਰਦੀ ਸੀ ਕਹਿੰਦਾ ਨਾ ਇਸ ਘਰ ਤੋਂ ਨਾ ਕਿਸੇ ਨੇ ਉਸ ਮੁੰਡੇਆਂ ਮੁੰਡੀਆਂ ਨੇ ਕਹਿੰਨਾ ਮੈਂ ਇਸ ਘਰ ਤੋਂ ਰਜਣਾ ਕੋੜੀ ਫੋਨ ਕਰਦੀ ਠੀਕ ਹੈ ਕੌਣ ਹੈ ਉਹ ਕੁੜੀ ਤੇ ਹਾਲਾ ਦਾ ਨਾਮ ਜਿਹ ਲਿਤਾ ਹੋਇਆ ਸੀ ਤੇ ਹਾਲਾ ਕਹਿੰਦੀ ਮੈਂ ਤਾਂ ਫੋਨ ਹੀ ਨਹੀਂ ਇਸਤੇਮਾਲ ਕਰਨ ਦਾ ਟੱਚ ਵਾਲਾ ਫੋਨ ਸੀਨ ਕਾ ਸੀ ਮੈਨੂੰ ਤਾਂ ਇਹ ਫੋਨ ਹੀ ਨਹੀਂ ਇਸਤੇਮਾਲ ਕਰਨਾ ਨਹੀਂ ਆਤਾ ਦਾਦੀ ਕਹਿੰਦੀ ਇਹ ਜਿਹੜੀ ਹਾਲਾ ਹੈ ਨਾ ਇਹ ਬੱਚੀ ਤੇ ਸਾਰੀ ਰਾਤ ਮੈਂ ਨਾ ਜੱਫੀ ਪਾ ਕੇ ਸੌਂਦੀ ਏ। ਅੱਛਾ। ਇਹ ਫੋਨ ਕਿਹੜੇ ਵੇਲੇ ਕੱਲ ਜਿਹੜੇ ਵੇਲੇ ਕਦੀ ਮੇਰੀ ਅੱਖ ਖੁੱਲਦੀ ਮੈਂ ਕਦੀ ਇਹਨੂੰ ਕੁਛ ਕਹਿੰਦੀਆਂ ਕਦੀ ਕੁਛ। ਮਾਵਾ ਵੀ ਇੰਦੀ ਝੂਠ ਬੋਲਦੀਆਂ ਨੇ। ਉਹਦੇ ਮੁਸਲਸਲ ਫੁਰਮ ਨਾਲ ਰਾਤਾਂ ਨੂੰ ਗੱਲਾਂ ਕਰਦੀ ਸੀ। ਅੱਛਾ। ਮੁੰਡਾ ਬੇਚਕ ਬਦਲ ਗਿਆ ਵੈਨ ਵਾਲਾ ਨਹੀਂ। ਤੇ ਗੱਲਾਂ ਤੇ ਕਰਦੀ ਸੀ ਐ। ਸਾਈਡ ਲਿਪਸਟਿਕ ਲੱਗੀ ਆਪਕੇ। ਅੱਜ ਤੂੰ ਮੈਨੂੰ ਜੀਣ ਨਹੀਂ ਤੱਕਦੀ ਹਰ ਗੱਲ ਸ਼ੁਰੂ ਐ ਜੀ। ਹੁਣ ਐਂਡੇ ਹੋ ਗਏ ਹੁਣ ਕੀ ਕਰਾਂ? ਨੀਚੇ ਲੱਗੀ। ਨਜ਼ਰ ਆਈ ਮੈਨੂੰ। ਨਜ਼ਰ ਆਈ ਮੈਨੂੰ। हूं बनी हुए हाँ। अच्छा, अच्छा, क्या, क्या होगा अंदर लुहला कहानी ड्रामे कुछ भी नहीं यकीन करो बचपन की गल मेरी कदम शुभाना मैं बंदी सुस्तेली अम्मी ਉਹ ਮੇਰੀ ਉਸਤਰੀ ਤੇਲੀ ਦੀ ਐਕਟਿੰਗ ਕਰਦੇ ਸਨ ਐਕਟਿੰਗ ਕਰਦੇ ਸੀ ਮੈਂ ਬਹੁਤ ਕੁੱਟਦੀ ਹੁੰਦੀ ਸੀ ਉਸਤਰੀ ਮਿਸਟੇਲੀ ਦੀ ਮੈਂ ਆਸਟ੍ਰੇਲੀਆ ਮਿਸਟੇਲੀ ਦੀ ਸਣਾ ਮੈਂ ਕੁੱਟਦੀ ਸੀ ਆ ਮੈਂ ਉਸਤਰੀ ਅੰਮੀ ਸੀ ਤੇ ਨਾਰਮਲ ਅੰਮੀ ਬੇਟੀ ਵੀ ਨੰਦਰ ਤੇ ਨਾਰਮਲ ਨੇ ਕਿਉਂ ਕੁੱਟਣਾ ਸੀ ਇੰਨਾ ਮੈਨੂੰ ਕੁੱਟਦੀ ਹੁੰਦੀ ਸੀ ਬੜਾ ਹੀ ਕੁੱਟਦੀ ਹੁੰਦੀ ਸੀ ਤੇ ਮੈਨੂੰ ਯਾਦ ਆ ਗਿਆ ਉਸ ਤੇ ਬੱਚੀਆਂ ਸੀ ਕੁੱਟਣਾ ਵਾਲਾ ਸੀਨ ਉਹ ਸਾਰਾ ਅੱਜਕੱਲ 2021 ਦੀ ਵੀ ਪੂਰੀ ਸਟੋਰੀ ਜਿਹੜੀ ਸਾਰੀ ਇੰਜ ਦੀ ਬਕਵਾਸ ਉਹਦੇ ਬੜੀ ਖਤਰਨਾਕ ਬੱਚੀਆਂ ਥੇ ਆਪ ਲੋਗ ਹੈ ਬੜੀ ਖਤਰਨਾਕ ਬੱਚੀਆਂ ਥੀ ਉਸਤਰੀ ਅੰਮੀ ਮੰਦਦੀ ਉਸਤਰੀ ਅਦੀ ਉਹਨੇ ਦੇਖਾਗਾ ਆਪਣੇ ਇਰ ਦੇ ਘੁੱਤੇ ਤੇ ਫੇ ਆਪਣੇ ਇਰ ਦੇ ਘੁੱਤੇ ਦਿਖਾਉਗਾ ਆਪਣੇ ਲੜਕੀ ਦੇਖਿਆ ਸਾਨੂੰ ਪਤਾ ਆਪਨਾ ਕੀ ਚਾਚੀ ਨੂੰ ਅੱਲਾ ਸੁੱਤੀ ਬਈ ਨੇ ਤਾਈ ਨੂੰ ਖਿਆਲ ਆਂਦਾ ਹੋ ਖੋ ਹਮਜ਼ਾ ਜੇ ਕਰਕੇ ਸੈਡ ਲੰਦਾ ਮੈਂ ਕੀ ਕਰਾਂ ਅੱਧੀ ਰਾਤ ਤਾਈ ਉੱਠਦੀ ਏ ਹਾਲਾਂ ਕਮਰ ਕੈਂ ਕਰਕੇ ਬੁਲਾਉਂਦੀ ਏ ਹਾਲਾਂ ਕਮਰੇ ਦੁਬਾਰਾ ਆ ਗਈ ਏ ਉਨ ਕੋ ਰੋਂਬਾਰ ਕੱਢ ਦਿੰਦੀ ਓਹ ਹਾਂ ਅੱਧੀ ਰਾਤ ਨੂੰ ਹਾਲਾਂ ਕਹਿੰਦੀ ਮੈਂ ਜਨਾਲਾ ਚੀਕ ਮਾਰ ਤੇ ਮੂੰਹ ਤੇ ਹੱਥ ਰੱਖ ਕੇ ਤੇ ਬਾਹਰ ਕੱਢ ਦਿੰਦੀ ਕੋਈ ਜਵਾਨ ਕੁੜੀ ਨੂੰ ਪਸ ਸੈਂਸਿਬਲ ਗੱਲ ਬੰਦੀ ਏ ਇਹ ਲੱਗਦਾ ਮੈਂ 2021 ਦਾ ਡਰਾਮਾ ਹੁਣ ਕੋ ਰੰਬਾਰ ਕੱਢ ਦਿੱਤਾ ਅੱਲਾ ਨੂੰ ਤੇ ਕਹਿੰਦੀ ਗੱਲ ਨਾ ਵਜਾਈ ਮੈਂ ਦਰਵਾਜ਼ੇ ਦੇ ਅੰਦਰ ਇੱਥੇ ਖੜੀ ਆ ਮੈਂ ਤਾਂ ਛੱਡਣਾ ਨਹੀਂ ਤੇ ਬੈਲ ਵਜਾਈ ਉਸਕੇ ਬਾਅਦ ਆਪਕਿਆਦ ਕਹਿ ਕੇ ਜੋ ਸਵੇਰ ਹੋ ਗਈ ਏ ਸਵੇਰ ਹੋ ਗਈ ਤੇ ਚਾਹ ਕੇ ਵਕਤ ਤਾਂ ਇਹ ਕਹਿੰਦਾ ਇਹ ਚਾਲ ਹੈ ਕਹਿੰਦੀ ਤਾਂ ਇਹ ਕਹਿੰਦਾ ਉਹ ਕਿੱਥੇ ਹੈ ਲੜਕੀ ਮੁਫਤ ਕੀ ਰੋਟੀਆਂ ਤੋੜ ਲਈ ਰਾਈਟਰ ਬੱਚਾ ਬੇਟਾ ਇਹ ਦੱਸ ਕਿ ਇਸ ਘਰ ਦਾ ਪੂਰਾ ਖਰਚ ਹਾਲਾ ਦਾ ਬੱਦ ਚਲਾਉਂਦਾ ਪਿਆ ਹੈ ਜਿਹੜਾ ਬੱਚਾ ਆਸਟ੍ਰੇਲੀਆ ਤੋਂ ਪੜ੍ਹ ਕੇ ਆ ਵੀ ਹਾਲਾ ਦੇ ਅੱਬੇ ਦੇ ਪੈਸੇ ਨੇ ਮੁਫਤ ਦੀਆਂ ਰੋਟੀਆਂ ਕਿਸ ਤਰ੍ਹਾਂ ਹੋ ਗਈਆਂ ਪਤਾ ਨਹੀਂ ਫੇ ਪਤਾ ਚਲਦਾ ਫੇ ਖਾਤੇੜਾ ਤਾਈ ਨੇ ਲਿਖਿਆ ਖਾਤੂ ਦੀ ਜਨਸਕ ਤੁਕ ਬਣੀ ਹੈ ਖਾਤੇ ਚ ਲਿਖਿਆ ਹਾਲਾ ਕਹਿੰਦੀ ਐ ਜ਼ਮੀਨ ਦਾ ਵਿਆਹ ਤੇ ਹੋਣ ਡਿਆ ਖਮਜ਼ਾਨਾ ਤੇ ਮੇਰਾ ਤੁਸੀਂ ਕਰਦੇ ਪੇਸ਼ੀ ਨਵੀਦਨਾ ਮੈਂ ਘਰ ਛੱਡ ਕੇ ਚੱਲੀ ਆ ਉਹ ਬੱਚਾ ਜਿਹੜੀ ਹਾਲਾ ਇਹ ਪੂਰੇ ਘਰ ਚ ਈ ਨਹੀਂ ਕਰਦੀ ਤੇ ਚੀਨ ਹੀ ਕਰਦੀ ਉਹ ਬੋਲਦੀ ਨਹੀਂ ਇੰਨਾ ਜਿੰਨਾ ਇhtijaaj ਹੀ ਕਰਦੀ ਉਹ ਐਡੀ ਵੱਡੀ ਗੱਲ ਕਰ ਸਕਦੀ ਏ घर छो मैं चलिए वो बहुत भोंक रहे हैं जैन कर क्या तो जैन अपनी लड़की को बचा रहा के, कुत्तों के भौंक है कुत्तों पर भोंक रहे हैं कुत्ते जी बीबी लुकी पई है तू तो सबेर वे निकली पई है निकल जो बाहर कहला तू क्यों कहती मां ने खड़ता फिर जैन उसे पकड़ के घर ले गया अच्छा अब उसके बाद जैन की और हालांकि होनी है शादी ਰਾਈਟਰ ਬੱਚੇ ਨੇ ਮੈਂ ਕਿੰਨੀਆਂ ਕਿਹੜੀ ਸਦੀ ਦੀ ਕਹਾਣੀ ਲਿਖੀ ਏ ਕਿਉਂਕਿ ਜਿਹੜੀ ਤਾਈ ਏ ਅਭੀ ਹਾਲਾ ਬਹੁ ਨਹੀਂ ਹੈ ਤਾਈ ਹਰ ਟਾਈਮ ਕਹਿੰਦੀ ਉਹਦੀ ਗਰਦਨ ਮਰੋਣੀ ਹੈ ਤੇ ਜਦੋਂ ਬਣੇਗੀ ਨੋ ਨੋ ਉਹ ਤੇ ਚੰਗੇ ਬਲੇ ਸਸਾ ਕਹਿੰਦੀ ਅਸੀਂ ਜਖ ਨਹੀਂ ਪੀ ਜਾਈਏ ਤਾਈ ਦੇ ਜ਼ੁਲਮ ਵਧਣਗੇ ਕਿ ਨਹੀਂ ਹੋ ਉਹ ਤਾਂ ਤਾਇਆ ਵੀ ਐਡਾ ਸਰੀਲ ਹੋ ਗਿਆ ਸ਼ਾਦੀ ਦੇ ਬਾਅਦ ਜ਼ੁਲਮ ਹੋਰ ਵਧਣੇ ਨੇ ਆਹੋ ਚਲੋ ਅੱਗੇ ਬੜੇ ਫਿਰ ਆਦੀ ਅੱਗੇ ਵਧਦੇ ਹਾਂ ਬਾਤ ਕਰਦੇ ਹਾਂ ਸਿਨਫ ਅਹਨ ਕੀ ਜਿਸ ਵਿੱਚ ਅੰਮਾ ਦੇ ਸਾਥ ਅੰਮਾ ਦਾ ਸਾਥ ਇਮਾਨ ਦੇਗੀ क्योंकि मैं जा रहा हूँ कराची अम्मा की फेवरेट टेलीफिल्म रुपोश <laughs> की, की सक्सेस पार्टी में उन्होंने इनवाइट किया है तो आप कभी जब गैलेक्सी में देख चुके होंगे तो मैं जा रहा हूँ कराची और ईमान अभी करेगी अगले दो ड्रामों के रिव्यू अम्मा के साथ बैठ के देखते हैं अम्मा की कंटिन्यूटी कितनी बरकरार रहती है अम्मा कल अपना लुक सेम रख पाती हैं कि नहीं लोग तो अम्मा बड़ा पॉइंट आउट करती हैं लिपस्टिक और थी कल आपको दान भी लाने पड़ी लिपस्टिक अपने ताकि आपकी नो कंटिन्यूटी सेम रहे तो कल अम्मा करेंगे सिंफे आहन का और क्या कर रिव्यू तो सिंफे आहन अम्मा कैसा रहा सिंफे आहन रिव्यू होगा बाद में पहले देखो कौन कौन साथ कौन

ایک وجہ سے نا 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 اے گندی گل اب جو عمران خان نے کر دیا ہے نا ساری جو سب ہر چیز کی قیمتیں بڑھا دی سوری نہیں عمران بھائی بہت ہی پتہ نہیں کیا حرکتیں بڑا چد نا نا سوری میں بڑا کیا خراب انسان نہیں نہیں سوری اگر پتہ چلے ایک کلی تو ہوویں تے 10 بندے تنے سوال لیتے نا یہ جاب کون تو چرن کی پتہ سی سارے ایٹے میں بہت بولے جانے دو

नहीं। नहीं था। चली <laughs> अच्छा, सिन फ्यान। सिन फ्यान। अच्छा मतलब दस की कुछ आर्मी का का पावरफुल कुड़ी मुंडा पता है ना कुड़ी कुछ का मतलब है कि नाजुक लड़कियां जोहे वर्गी ब्रामे का ये नाम है इसमें बच्चियां आर्मी में जाके मजबूत ਨਾ ਦੱਸੋ ਤੁਸੀਂ ਮੈਂ ਕੰਨੀਆਂ ਸ਼ੁਰੂ ਦਾ ਜਦਸੇ ਇਹ ਸੀ ਜਬਸੇ ਕਰਤੀ ਹੈ ਜਬਸੇ ਸ਼ੁਰੂ ਹੋਇਆ ਉਸ ਵਕਤ ਤੁਸੀਂ ਦਹਾਣਾ ਸ਼ੁਰੂ ਕੀਤਾ ਹੈ ਬੱਚੀਆਂ ਕਰਨ ਕਿ ਗਈਆਂ ਆਰਮੀ ਚ ਹੋ ਮੈਂ ਤੁਸੀਂ ਕੱਸਾ ਮੇਰਾ ਦਿਲ ਕਰਦਾ ਵਾ ਇੱਕ ਮੇਰੇ ਟ੍ਰੇਨਿੰਗ ਮੈਂ ਭੇਜੋ ਮੈਂ ਤੁਹਾਨੂੰ ਦੱਸਾਂ ਆਰਮੀ ਚ ਮੇਹਰੀ ਜਜ਼ਬਾ ਹੈ ਤੇ ਮੈਂ ਜਾ ਕੇ ਕੀ ਕਰਾਂਗੀ ਮੈਂ ਜਿੱੱਡੂ ਮੇਰਾ ਰੋਸਾ ਬਣਾ ਤੁਸੀਂ ਸਮਝ ਤਾਂ ਕੀ ਕਰਕੇ ਦਿਖਾਨੀਆ ਆਬ ਉਹ ਸਭ ਕੁਝ ਸੋਚੀ ਗਈ ਹੈ ਨਾ ਹਾਂ ਬੈਠੇ ਤਾਂ ਨਾ ਗਈਆਂ ਹੂੰ ਸ਼ੁਰੂ ਸੇ ਬੱਚੀ ਜੋ ਸਿੱਧਰਾ ਹੈ ਸ਼ੁਰੂ ਤੋਂ ਡਰਦੀ ਆਂਦੀ ਪਈਏ ਉਹ ਬੱਚੀ ਜਿਹੜੀ ਹੈ ਇਸ ਐਪੀਸੋਡ ਨੇ ਮਜ਼ਾ ਬਹੁਤ ਆਇਆ ਉਸਦੀ ਕਾਮੇਡੀ ਵਾਲੀ ਬਾਤੋਂ ਦਾ ਲਵ ਯੂ ਹਾਂ ਐ ਕਾਮੇਡੀ ਦਾ ਮਜ਼ਾ ਆਇਆ ਐ ਇੱਕ ਅਲੱਗਾ ਗੱਲ ਐ ਪਰ ਤੁਸੀਂ ਖੁਦਾ ਦੀ ਵਾਸਤੇ ਦੱਸੋ ਕੀ ਦਿਖਾਇਆ ਤੁਸੀਂ ਉਹ ਬੱਚੀ ਜਿੱਦੋਂ ਦੀ ਸ਼ੁਰੂ ਹੋਇਆ ਡਰਾਮਾ ਇੱਕ ਇੱਕ ਚੀਜ਼ ਉਹਨੇ ਦਿਲਾਂ ਨੇ ਕੀਤੀ ਇੱਕ ਚੀਜ਼ ਉਹਨੇ ਸਹੀ ਨਹੀਂ ਕੀਤੀ ਆਪ ਇਸ ਵਿੱਚ ਪੜ ਕੇ ਬੱਚੀ ਨੂੰ ਉਹ ਜੋ ਉਹਨਾਂ ਨੇ ਫਲਾਈਂਗ ਵਾਲਾ ਕਰਨਾ ਪੈਰਾਗਲਾਈਡ ਵੀ ਹੁਸ਼ੀ ਹੋ ਗਈ वो पहले दिन से बहुत ही ऐसे तो प्ली राइटर ये वाली बात इसमें जरूर डाले कि इस ये बच्ची इकलौती है इसके माँ बाप को है कि हमारी बच्ची इकलौती है और बड़ी डर वो बुजदिल सी है हाँ। हम कहते हैं ये बाहिम्मत और मजबूत दलेर बने हाँ। इसलिए इसको आर्मी में भेजा दलेर करने के लिए ਕਿਉਂਕਿ ਬੱਚੇ ਦਾ ਇੰਨਾ ਜਿੰਨਾ ਇੰਟਰਸਟ ਨਹੀਂਗਾ ਆਰਮੀ ਨਾ ਇੱਥੇ ਆਂਦਾ ਹਾਂ ਹਾਂ ਹਰ ਚੀਜ਼ ਮੈਂ ਉਹ ਕਹਿੰਦੀ ਮੈਂ ਨਹੀਂ ਕਰਵਾ ਮੈਂ ਨਹੀਂ ਕਰਵਾ ਮੈਂ ਨਹੀਂ ਕਰੀ ਹਾਂ ਉਸ ਤਰ੍ਹਾਂ ਕੀ ਹੈ ਮਸਤ ਉਹ ਜਿਹੜੀ ਉਹ ਆਰਮੀ ਵਾਲੀ ਇੱਕ ਕੋਈ ਨਹੀਂ ਮੇਰੇ ਚੋ ਟੈਸਟ ਮੇਰਾ ਲੈ ਲਓ 99 ਮੱਚ ਖੁਦਾ ਅਕਸਮੇ ਹਾਲੇ ਵੀ ਉਹ ਬੱਤੀਆਂ ਜਦ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਅਮਾ ਨੇ ਚਲੀ ਵੀ ਜਾਣਾ ਥਾ ਮਨੇ ਪਾਰ ਸੇ ਝਰਾਂਗੀ ਮਾਰ ਦਿਨ ਥੀ ਹਾਂ ਸਭ ਕੁਝ ਕਰ ਲਿਆ ਮਨਸਬ ਉਸਕੇ ਅੰਦਰ ਬੜਾ ਜਜ਼ਬਾ ਹੈ ਪਰ ਉਹ ਉਮਰ ਨਹੀਂ ਜਾਣੀ ਉਹਦੇ ਬਹੁਤ ਫਿਰ ਵੀ ਅਮਨੇ ਕਰ ਲੈਣਾ ਥਾ ਹਾਂ ਅੱਛਾ ਉਸਕੇ ਬਾਅਦ ਆਪ ਇਸਮੇ ਉਹ ਸ਼ੁਰੂ ਜੀ ਦਮ ਦਾ ਕੀ ਤੋਂ ਦਾ ਜੀ ਦਮ ਦਾ ਸ਼ੁਰੂ ਆ ਕਿਰਨ ਜਿਹੜੀ ਬੱਚੀ ਬੰਦ ਜਾਗਤ ਕਹਿੰਦਾ ਗਦਰ ਨੂੰ ਖਤਮ ਬਰੋੜ ਦਵਾ ਰਾਈਟਰ ਬਟ ਐਕੀ ਨੰਨੀ ਅੱਛੀ ਤੋਂ ਰਾਈਟਰ ਇੰਨੀ ਅੱਛੀ ਲਵ ਯੂ ਉਹ ਕਿਰਨ ਦੇ ਕਰੈਕਟਰ ਨੂੰ ਯਕੀਨ ਕਰ ਬੱਚੀ ਆਰਮੀ ਉਸਾਮਾ ਉਹਦੀ بیوی ਦਿਖਾਈਏ ਹਰ ਇਹ ਪੇ ਥੋੜੀ ਜਾਗਤ ਜਿਹੜੀ ਸ਼ੂਰੀ ਮਾਰ ਮੇਰਾ ਦਿਲ ਕਰਦਾ ਉਹ ਕੀ ਬੱਚੀ ਅੱਬੀ ਤੱਕ 스킬 ਉਹ ਬੱਚੀ ਇਨਸਾਨ ਦੇ ਬੱਚੇ ਨਹੀਂ ਬੰਦੀ ਪਈ ਉਹ ਚਾਹਦੇ ਬਨੇ ਕੋਈ ਜਾ ਕੇ ਆਮ ਸਿਵਿਲਿਅਨ ਜਾਵੇ ਉਹਨੂੰ ਖਤਮ ਕਰਕੇ ਆ अब वो बच्चा और सामा इतना अच्छा बच्चा लाज खाली और सामा नहीं आर्मी का इसी तरह होती है मैं ये कहती ये बात सिविलियन में बिल्कुल नहीं है थोड़ी सी होगी इसलिए में।, में तो इस इस मस्ट चीज होती इस इस इसी है अब इस ड्रामे में जो बच्ची किरण का करेक्टर है वो आम जो बच्चे अभी छोटे हैं कैप्टन है वो चीज को जैसे मैं कहती हूँ ये बेवा से शादी वाला होता है आर्मी का लव सामा का जो करेक्टर है बिल्कुल इसी तरह करते हैं ਤਾਂ ਜਿਹੜੀ ਇਹ ਬੱਚੀ ਇਹ ਬੱਚੇਨ ਕੀ ਹੈ 5 ਸਾਲਾਂ ਦੀ ਉਹਦੀ ਬੱਚੀ ਦਿਖਾਈਏ ਤੁਸੀਂ ਕਾਮਤ ਕਮ ਐਸ ਵਾਕਿਆ ਨੂੰ 3 ਸਾਲ ਤੇ ਚਲੋ ਹੋਈ ਹੋਣਗੇ ਨਾ 3 ਸਾਲ ਤੇ ਸਟਿਲ ਉਸ ਅਸਾਮਨ ਐਡੀ ਰੂਲੀ ਐਡੀ ਬਦਤਮੀਜ਼ ਖਲਕ ਹੈ ਉਹ ਇਨਾ ਦਿਖਾ ਰਹੇ ਆਂ ਅਬ ਇਸ ਬਾਤ ਕਾ ਮੈਂ ਵੀ ਕਦੀ ਜਵਾਨ ਥੀ ਉਹ ਲੋਕਾਂ ਕਹਿੰਦਾ ਬੁੱਢੀ ਕਰਕੇ ਇਹ ਗੱਲ ਕਹਿੰਦੀ ਪਈਏ ਸ਼ੁਰੂ ਸੇ ਮੈਂ ਇਸ ਚੀਜ਼ ਕੋ ਕਹਤੀ ਕਿ ਇਹ ਬਾਤ ਸਹੀ ਹੈ ਕਿ ਮਾਂ ਨੂੰ ਪੁੱਤ ਨਹੀਂ ਲੱਭਣੇ ਤੇ ਉਹ ਯਾਦ ਬਥੇਰੇ ਅਮਾ ਬਿਲਕੁਲ ਸਹੀ ਯਾ ਹੋ ਗਿਆ ਕਿ ਰੰਦਾ ਖਾਮਤ ਮਿਲ ਗਿਆ ਬੱਚੇ ਵੀ ਪੈਦਾ ਕਰੇਗੀ ਤੇ ਮੂਰ ਮਰ ਗਿਆ ਮਾਂ ਨੂੰ ਤੇ ਮੂਰ ਤੇ ਨਹੀਂ ਨਾ ਮਿਲਣਾ ਹਮ ਆਬ ਤੈ ਮੂਰ ਉਸ ਆਸਾਮਾ ਕਾ ਔਰ ਉਸ ਕੀ ਮਾਂ ਕਾ ਉਸ

ਰਬਿਆ ਸਾਰਾ ਕਸੂਰ ਰਬਿਆ ਦਾ ਜਿਨੇ ਤੁਸੀਂ ਦੋ ਬੈਸਟ ਫਰੈਂਡ ਹੋ ਵੋ ਇੱਕ ਹੀ ਗੱਲ ਤੁਸੀਂ ਸ਼ੇਅਰ ਕਰਦੀਆਂ ਹੋ ਇਹ ਗੱਲ ਦੇਖ ਰਬਿਆ ਸ਼ਾਦੀ ਕਰਨਾ ਚਾਹਦੀ ਸੀ ਆਪਣੇ ਭਾਈ ਕੀ ਹਾਂ ਮੈਂ ਮੈਚ ਬਿਲ ਦੇ ਸਾਥ ਮੈਚ ਬਿਲ ਦੇ ਸਾਥ ਤੇ ਜਦੋਂ ਤੇਨੇ ਗਈ ਮਾਝਬੀਨੇ ਕਜ਼ਨ ਨੇ ਗੱਲ ਸੁਣ ਕੇ ਵਾਪਸ ਆਈਆਂ ਆਪ ਤੂੰ ਇਸ ਬਾਗੋਂ ਮਾਝਬੀਨ ਸੇ ਕਲੀਅਰ ਤਾਂ ਕਰਦੀ ਇੰਨਾ ਰੂਡਲੀ ਬਲਕੇ ਜਿਸ ਜਿਸ ਨੇ ਗੱਲ ਕੀਤੀ ਨਾ ਉਹਦੇ ਨਾਲ ਲੱਗਾ ਕੋ ਕੀ ਫਖਾਸ਼ ਕਿ ਤੈਨ ਤੇ ਪਿਆਰ ਵੀ ਹੋ ਸਕਦਾ ਤੂੰ ਤੇ ਅਮੀਰਵੇਂ ਤੂੰ ਤੇ ਮੈਲ ਬੈਂਚੀ ਉਹ ਨਾਲ ਗੱਲ ਕਰਦੀ ਕਿ ਮੈਂ ਤੇ ਤੇਰੇ ਕਜ਼ਨ ਦੀ ਗੱਲ ਸੁਣੀ ਤੇ ਮੈਂ ਅਬ ਜੋ ਮਾਂ ਚ ਬਿਨੇ ਉਸ ਕੋ ਇਹ ਗਲਤ ਸਹੀ ਵੀ ਹੋ ਰਹੀ ਹੈ ਕਿ ਇਹ ਆਪਣੇ ਭਰਾ ਮੇਰਾ ਹੋ ਨਹੀਂ ਦੇਦੀ ਬਈ ਅੱਛਾ ਉਹ ਤੇਰਾ ਫਰਤਵੰਦ ਅਸਦੰਦ ਜੀ ਕਿ ਮੈਂ ਤੇ ਆਸ ਗਤ ਪਾਗਲੇ ਮੈਂ ਤੇ ਤੇਰਾ ਵਿਆਹ ਕਰਨਾ ਚਾਹੁੰਦੀ ਸੀ ਅਸਲ ਵਿੱਚ ਦੁੱਖ ਮੇ ਆ ਕੇ ਕਿ ਕਿੱਦਿਆ ਨ ਕੋਚਣਾ ਸੀ ਇੰਨਿਆ ਗੰਦਾ ਰੀਜ਼ਨ ਪਾਇਆ ਦੋਨਾਂ ਦੀ ਜੁਦਾਈ ਦਾ ਇਹ ਟੋਟਲ ਮੁਜਰਮ ਰ ਵਿਆਹੀ हाँ, सही बात है, एक ये था था है। कि थोड़ा थोड़ा दोनों का कुछ ही दिखाते हैं जबीर बिल्कुल मुझे एंड वाला सीन देखे मजा भी वो तो तीनों ने डर थी ना वो करने में पर मुझे ये था की मैंने नहीं डरना था मैं क्यूँकी दो दिन ले रहे हैं दो दिन उन्होंने दी है ये सारी चीज करने में ट्रेनिंग सारी दी है ऐसे करना ऐसे करना तो सारा खड़े हैं सारा कुछ कर रहे हैं

कहानी अच्छी है तो उसको डायरेक्ट भी कोई अच्छा कर लेगा हाँ, ये हाँ। कहानी फेल है डायरेक्टर बेचारा कुछ कर नहीं सकता अब हाँ, जैसे उसकी कहानी इश्कला की कहानी है हाँ। डायरेक्टर की कड़ी अनेक कहानी जी तो बाहर गलती है इसमें राइटिंग की जो बातें हैं ये वाली जो एपिसोड है पूरी एपिसोड जिस जिस फैमिली में जिस जिसकी अपने कजनों से बहनों से लड़ाई है ये वाली एपिसोड जरूर देखें इतनी शानदार जब दो बहनों की जरगोना जरसांगा की मुलाकात है इतनी शानदार सी इतनी अच्छी राइटर ने बातें लिखी हैं लव यू इतनी दिल पे वो बातें असर कर रही थी दिल को चीर रही तो थी दोनों बहनों की बातें थी दाँग ना दाँग दाँग इतना अच्छा ये वाला मुझे लगा कहती जब हम एक सर ये वाली बात हम बहन जब कहती हम छोटे थे ना तब अच्छे थे अब बड़े हुए हैं ਯਾਬ ਛੋਟੇ ਹੋ ਗਏ ਪਤਾ ਚੱਲ ਗਿਆ ਕਿ ਹੁਣ ਕਮਜ਼ਰਫ ਕਮੀਨੇ ਕੁੱਤੇ ਹੋ ਗਏ ਹਾਂ ਹਾਂ ਉਹ ਨਾ ਵਿਚ ਵਿੱਚ ਪਿਆ ਜਾਂਦਾ ਨਾ ਵਿਚ ਵਿੱਚ ਨਾ ਵਿਚ ਵਿੱਚ ਪਤਾ ਨਹੀਂ ਜੋ ਵੀ ਕੁਝ ਆ ਜਾਂਦਾ ਆ ਜਾਂਦਾ ਬਸ ਜਿਸમે ਨਹੀਂ ਅੱਛਾ ਆਪਣਾ ਸ਼ੁਰੂ ਹੈ ਆਪ ਇਸ ਵਿੱਚ ਪਹਿਲਾ ਸੀਨ ਹੈ ਜ਼ਰਗੋਨਾ ਗਈ ਸ਼ਾਹ ਜੀ ਕੋ ਮੈਂ ਕੈਨੀ ਪਿਆ ਜ਼ਰਗੋਨਾ ਸ਼ਾਹ ਜੀ ਕੋ ਗਈ ਤੇ ਜ਼ਿੰਦਗੀ ਬਦਲ ਗਈ ਹਜ਼ਰਗੋਨਾ ਸ਼ਾਹ ਜੀ ਕੋ ਪਹਿਲੇ ਕਦੇ ਗਈ ਨਹੀਂ ਸੀ ਜ਼ਿੰਦਗੀ ਚ ਕਾਸ਼ ਪਹਿਲੇ ਚਲ ਜਾਂਦੀ ਤੇਡੇ ਪਵਾੜੇ ਨਾ ਪੈਂਦੇ ਢੀਆਂ ਨਫ਼ਰਤਾਂ ਨਾ ਪੈਂਦੀਆਂ ਜ਼ਰਗੋਨਾ ਦਾ ਇੱਕ ਵਿਜ਼ਿਟ ਸ਼ਾਹ ਜੀ ਕੋ ਦਿਖਾਇਆ ਜ਼ਰਗੋਨਾ ਬਿਲਕੁਲ ਚੇਂਜ ਹੋ ਗਈ ਅੱਛਾ ਜ਼ਰਗੋਨਾ ਸ਼ਾਹ ਜੀ ਕੋ ਗਈ ਹੈ ਹਾਂ ਅੱਛਾ ਮੋਲਵੀਆ ਦਾ ਮਾਇਨਾ ਕਰਦਾ ਮੋਲਵੀ ਵੀ ਇਨਸਾਨ ਨੇ ਉਹ ਵੀ ਸ਼ਾਦੀ ਕਰਦੇ ਬੱਚੇ ਵੀ ਨੇ ਮੋਲਵੀ ਸਾਹਿਬ ਜਿਹੜੇ ਨੇ ਮੈਂ ਬਿਟੇ ਵਾਂਗ ਸੇ ਕਹਿ ਰਹੇ ਸੀ ਕੋਈ ਐਸੀ ਗੱਲ ਨਹੀਂ ਮੋਤ ਸਾਹਿਬ ਦੀ ਇੰਜ ਉਹਨੇ ਆ ਕੇ ਗੱਲ ਕੀਤੀ ਕਿ ਜੀ ਚਾਲਿਕ ਮਿਸ਼ਾਹ ਸਾਹਿਬ ਦੇਖ ਸ਼ਕਲ ਦੇਖ ਕੇ ਉਹਨੇ ਵਾਹ ਪਛਾਣ ਲਈ ਕਿ ਡਾ ਮੋਲਵੀ ਦਾ ਮੈਂ ਕਿੰਸੀ ਦੱਸੋ ਕਿਸੇ ਦੀ ਆਵਾਜ਼ ਉਹਨੇ ਆਵਾਜ਼ ਕਹਿੰਦਾ ਤੂੰ ਉਸਦੀ ਬੀਬੀ ਹੰ ਅਸਦੁੱਲਾ ਮੈਂ ਕਹਾਂ ਵਾਹ ਬਈ ਵਾਸਦੁੱਲਾ ਕੀ ਬੀ ਐਸਦੁੱਲਾ ਜੀ ਵੀ ਪੂਰੇ ਪਿੰਡ ਚ ਅਗਲੀ ਪੂਰੇ ਪਿੰਡ ਚ ਨੰਗੇ ਸੀ ਭਿੰਦੀ ਐ ਇੱਥੇ ਗਈਏ ਸੀਤੇ ਵੀ ਦੁਪੱਟਾ ਲਿਤਾ ਤੇ ਆਪਣਾ ਮੂੰਹ ਵੀ ਲਕੋਇਆ ਉਹਨੇ ਤੇ ਅੱਛੀ ਬਾਤ ਐ ਨਾ ਪਿੰਡ ਦੇ ਵਿੱਚ ਸਾਰੇ ਪਿੰਡ ਜਿਆਦਾ ਸੀ ਵਾਹ ਪਰ ਤਾਂ ਉਹ ਨਹੀਂ ਥਾ ਕੁਝ ਇਸਨੇ ਉਤਾਰ ਰਹਾ ਥਾ ਉਹ ਜਿਹੜਾ ਕਿ ਜ਼ਰ ਜ਼ਰ ਗੋਨਾ ਭੈਣ ਮੇਰੇ ਜਿਹੜੇ ਤੇ ਦੁਪੱਟਾ ਲਾਇਆ ਮੇਰੇ ਪੱਲੇ ਤੇਰੀ ਦੁਪੱਟੇ ਲਾਣ ਮੈਨੂੰ ਕਹਾਣੀ ਸੀ ਪਈ ਨਹੀਂ ਪੂਰੀ ਉਹ ਜ਼ਿੰਦਗੀ ਪਰਵਾਹ ਕਰ ਦਿੱਤੀ ਵਿਚਾਰੇ ਮਸਤਾਨ ਦੀ ਉਹਨੂੰ ਪੂਰੀ ਸਜ਼ਾ ਦੇ ਦਿੱਤੀ ਤੂੰ ਦੁਪੱਟਾ ਛਿੱਧੇ ਕਿਉਂ ਨਾ ਲਿਆ

ਅਨ ਤੇ ਤੁਸੀਂ ਗੱਲ ਅੱਗੇ ਵੀ ਬੱਚੇ ਕਹਿੰਦੇ ਹੁੰਦੇ ਹੋ ਕਿ ਫੈਮਲੀ ਵਿੱਚ ਜੋ ਆਪਣੇ ਕਦਰੋਂ ਕਸਾਰਾ ਕੁਝ ਬੜੋਂ ਨੇ ਜਿ ਬੜਾ ਬੜੋ ਲੋਗ ਨੇ ਕੀ ਆਵੇ ਅਭੀ ਤੱਕ ਕੀ ਆਵੇ ਸ਼ਾਹ ਜੀ ਦੀਆਂ ਗੱਲਾਂ ਬਹੁਤ ਸ਼ਾਨਦਾਰ ਬੜ ਚੁਕੇ ਹੈ ਅਚਾ ਉਸਕੇ ਬਾਅਦ ਨਾ ਆਪ ਇਹ ਉਸਕੇ ਮਾਪੇ ਕਹਤੇ ਹਨ ਨਾ ਕਿ ਸਾਡੇ ਮਸਤਾਨ ਨੂੰ ਮਾਫ ਕਰ ਦੇ ਦੀ ਮੈਨੂੰ ਇਹ ਸਮਝ ਨਹੀਂ ਆਈ ਹਰਸ਼ਾਲੀ ਦੇ ਮਾਪੇ ਹੋ ਸੀ ਦਰਖਾਸਤ ਕਰਨਾ ਐਸੀ ਕਿ ਤੁਸੀਂ ਨਾ ਉਸ ਮਸਤਾਨ ਨੂੰ ਨਾ ਦੇ ਨਾ ਕਹੇ ਇਹਦਾ ਉਹਨੂੰ ਮਾਫ ਨਾ ਕਰੋ ਬੇਚੱਕ ਹਰਸ਼ਾਲੀ ਨੂੰ ਵੀ ਤੁਸੀਂ ਇਹਦਾ ਵਿਆਹ ਕਰਕੇ ਆਪਣੇ ਘਰ ਫਿਲਮ ਮੁਲਾਜ਼ਮਾ ਤੇ ਤੋਰ ਤੇ ਰੱਖ ਲੋ ਇਹ ਕਰਮਾਸਿਆ ਹੈ ਤੁਸੀਂ ਨੀਤ ਪਾਸ ਤੁਹਾਡੀ ਪੂਰੀ ਸੀ ਕਿ ਜਗੋਂ ਨਾ ਮੰਦੀ ਨਾ ਜਗੋਂ ਸਭ ਤੋਂ ਵੱਡੀ ਚੀੜਸਿਰ ਤੇ ਚੁੰਨੀ ਹੈ ਉਹਨੂੰ ਮਨਾਉਂਦੇ ਨੇ ਤੇ ਉਹ ਪਹਿਲੇ ਤੇ ਨਹੀਂ ਮੰਦੀ ਫਿਰ ਸਾਜੀਆਂ ਗੱਲਾਂ ਮਾਚਾਉਂਦੀਆਂ ਤੇ ਫਿਰ ਉਹ ਮੰਨ ਜਾਂਦੀ ਹੈ ਉਹ ਕਹਿੰਦੀ ਜੋ ਮੈਂ ਮਸਤਾਨ ਨੂੰ ਆਜ਼ਾਦ ਹੀ ਕਰਤਾ ਠੀਕ ਹੈ ਭਾਈ ਮੇਰੀ ਅੱਲਾ ਮੈਂ ਕਨੇ ਲਾਨ ਬਚਾਇਆ ਫਟਾਫਟ ਉੱਠਿਆ ਜਿੱਥੋਂ ਉਹਦੀ ਚੀੜ ਚਾਦਰ ਵੇ ਹੋਏ ਉਹਦੀ ਵਰ ਸ਼ਾਲੀ ਦੇ ਬੇ ਚਾਦਰ ਕਢੀ ਠਾ ਦੇ ਸਿੱਟਦੀ ਦੀ ਉਹਦੀ ਚੀੜ ਬੋਦ ਕਿ ਮੈਂ ਮਰ ਜਾਵਾਂਗੀ ਅਮਾ ਉਹ ਵੀ ਦੁਪੱਟਾ ਨਹੀਂ ਆਵਾਜ਼ ਹੋ ਗਈ ਨਾ ਉਸ ਤੋਂ ਉਹਨੇ ਨਹੀਂ ਆਦਤ ਪੈ ਗਈ ਉਹ ਸਿਰ ਨਾ ਤਾਂ ਕਦੀ ਦਸ ਤੂੰ ਛੱਡ ਵੀ ਦਿੱਤਾ ਜੇ ਤੇਰੇ ਸਿੱਤੇ ਉਹ ਸਿੱਖ ਦਿਖਾਏ ਨੇ ਸਿੱਖ ਤੇ ਦੀ ਬੋਟੀ ਜਿਉਂਨੇ ਤੇਰੇ ਸਿੱਤੇ ਚੱਦਰ ਪਾ ਹੀ ਦਿੱਤੀ ਤੂੰ ਹੁਣ ਮਾਫੀ ਕਰ ਤਾਂ ਤੇ ਜੇ ਉਹਨੇ ਚੱਦਰ ਨਹੀਂ ਸੀ ਛਿੱਤ ਲੈਣੀ ਨਾ ਇਹ ਚੱਦਰ ਪਾਉਂਦੇ ਨਾ ਮੈਂ ਮਾਸੀ ਲੋਕਾਂ ਕਾ ਦਸ ਉਹਨੇ ਚੱਦਰ ਪਾ ਤੂੰ ਕਿ ਇੱਕ ਇੱਕ ਚੱਦਰ ਪਾਤੀ ਸੀ ਫੋੜਾ ਤਰ ਦਿੱਤੇ ਓਏ ਇੱਕ ਸਟੈਪ